ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਦੇ ਉੱਪਰ ਗੱਲਬਾਤ ਕਰਦੇ ਹਾਂ, ਜੋ ਵੀ ਨਵੇਂ ਚੇਂਜਸ ਹੁੰਦੇ ਨੇ ਇਮੀਗ੍ਰੇਸ਼ਨ ਕਾਨੂੰਨ ਸੰਬੰਧੀ, ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ। ਅਤੇ ਇਹ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਕੋਈ ਨਾ ਕੋਈ ਐਕਸਪਰਟ ਮੌਜੂਦ ਹੁੰਦੇ ਨੇ ਸਾਡੇ ਨਾਲ। ਅਤੇ ਅੱਜ ਸਾਡੇ ਨਾਲ ਨੇ ਜੀ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਮਨੂ ਜੀ, ਮੈਂ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ ਭੈਣ ਜੀ, ਐਂਡ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਸਾਰੇ ਹੀ ਵਿਊਜ਼ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, MD ਤੇ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਅਤੇ ਇੰਟਾਇਰ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਇਮੀਗ੍ਰੇਸ਼ਨ ਮੈਟਰਸ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਵਿੱਚ, ਕਿਉਂਕਿ ਇਮੀਗ੍ਰੇਸ਼ਨ ਲਾਅ ਦੇ ਬਾਰੇ ਅਗਰ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਤਾਂ ਅਸੀਂ ਬਹੁਤ ਸਾਰੇ ਜਿਹੜੇ ਪਰੇਸ਼ਾਨੀਆਂ ਦੇ ਵਿੱਚ ਫਸ ਜਾਂਦੇ ਹਾਂ ਜਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਸਾਡੀ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕੋਸ਼ਿਸ਼ ਹੈ ਕਿ ਅਸੀਂ ਇਮੀਗ੍ਰੇਸ਼ਨ ਲਾਅ ਦੇ ਸੰਬੰਧੀ ਜਿਹੜੀ ਇਨਫੋਰਮੇਸ਼ਨ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ। ਅਤੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ, ਤੁਹਾਡਾ ਵੀ ਅਗਰ ਕੋਈ ਕੁਐਸਚਨ ਹੋਵੇ ਤੁਸੀਂ ਮਨੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਕਰੀਨ 'ਤੇ ਤੁਸੀਂ ਨੰਬਰ ਦੇਖ ਸਕਦੇ ਹੋ ਜੀ। ਨਾਲ ਦੀ ਨਾਲ ਇਹ ਪ੍ਰੋਗਰਾਮ ਹਮਦਰਦ ਮੀਡੀਆ ਗਰੁੱਪ ਦੇ ਫੇਸਬੁੱਕ ਪੇਜ 'ਤੇ ਵੀ ਚੱਲ ਰਿਹਾ, ਤੁਸੀਂ ਉਸ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਅਤੇ ਮਨੂ ਦੱਤਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ICC ਇਮੀਗ੍ਰੇਸ਼ਨ ਫਰਮ ਬਾਰੇ ਥੋੜ੍ਹੀ ਬਰੀਫ ਦੇ ਵਿੱਚ ਇਨਫੋਰਮੇਸ਼ਨ ਦਿਓ, ਤਾਂ ਜੋ ਉਹਨਾਂ ਨੂੰ ਕਦੀ ਵੀ ਇਮੀਗ੍ਰੇਸ਼ਨ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣ ਦੀ ਜ਼ਰੂਰਤ ਹੋਵੇ ਤਾਂ ਉਹ ਤੁਹਾਡੇ ਨਾਲ ਮਿਲ ਸਕਣ। ਭੈਣ ਜੀ, ਸਾਡੇ ICC ਇਮੀਗ੍ਰੇਸ਼ਨ ਦਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ। ਸਾਡੇ 5 ਦਫ਼ਤਰ ਹੈਗੇ ਨੇ, 5 ਦੇ 5 ਕੈਨੇਡਾ ਦੇ ਵਿੱਚ ਹੈਗੇ ਨੇ। ਐਂਡ ICC ਇਮੀਗ੍ਰੇਸ਼ਨ ਦੇ ਸਾਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਨੇ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਇਮੀਗ੍ਰੇਸ਼ਨ ਦੀ ਪ੍ਰੋਫੈਸ਼ਨਲ ਸਰਵਿਸਿਜ਼। ਐਂਡ ਜਦੋਂ ਅਸੀਂ ਹੋਣ ਦੇ ਵਿੱਚ ਆਏ ਸੀ ਤਾਂ 2 ਇੰਟੈਂਸ਼ਨ ਸੀਗੀਆਂ। ਪਹਿਲੀ ਤਾਂ ਸੀਗੀ ਕਿ ਟਰਾਂਸਪੇਰੈਂਟ ਐਂਡ ਕ੍ਰਿਸਟਲ ਕਲੀਅਰ ਐਡਵਾਈਸ ਦੇਣੀ, ਦੂਸਰੀ ਸੀਗੀ ਕਿ ਇੱਥੇ ਫੈਮਲੀਜ਼ ਨੂੰ ਰੀਯੂਨਾਈਟ ਕਰਨਾ। ਐਂਡ ICC ਇਮੀਗ੍ਰੇਸ਼ਨ ਦੇ ਸਾਨੂੰ ਫਖਰ ਹੁੰਦਾ ਕਿ ਵੀ ਹੈਵ ਬੀਨ ਸਕਸੈਸਫੁਲ ਇਨ ਬੋਥ ਆਫ ਦੀਜ਼। ਐਂਡ ਅੱਜ ICC ਇਮੀਗ੍ਰੇਸ਼ਨ ਦੇ ਵਿੱਚ RD MD ਤੋਂ ਇਲਾਵਾ 3 ਹੋਰ ਰੈਗੂਲੇਟਡ ਸਰਟੀਫਾਈਡ ਕੰਸਲਟੈਂਟਸ ਹੈਗੇ ਨੇ। ਐਂਡ ਜਿੰਨਾ ਵੀ ਸਾਡਾ ਪ੍ਰੋਸੈਸਿੰਗ ਸਟਾਫ ਹੈਗਾ ਉਹ ਸਾਰੇ ਪ੍ਰੋਫੈਸ਼ਨਲਸ ਹੈਗੇ ਨੇ, ਜਾਂ ਤਾਂ ਉਹ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ, ਜਾਂ ਉਹ ਹੈਗੇ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਦਾ ਡਿਪਲੋਮਾਸ ਕੀਤੇ ਹੋਏ ਨੇ। ਸੋ ਐਟ ICC ਇਮੀਗ੍ਰੇਸ਼ਨ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪ੍ਰੋਫੈਸ਼ਨਲ ਐਡਵਾਈਸ ਦੇਈਏ, ਪ੍ਰੋਫੈਸ਼ਨਲ ਸਰਵਿਸਿਜ਼ ਦੇਈਏ, ਜਿਹੜੀ ਚੀਜ਼ ਹੋ ਸਕਦੀ ਹੈ, ਜਿਹੜੀ ਚੀਜ਼ ਉਹ ਦੱਸੀਏ, ਜਿਹੜੀ ਚੀਜ਼ ਨਹੀਂ ਹੋ ਸਕਦੀ ਉਹ ਵੀ ਤੁਹਾਨੂੰ ਕਨਵੇ ਕਰੀਏ ਕਿ ਭਾਈ ਇਹਦੇ ਵਿੱਚ ਟਾਈਮ ਅਤੇ ਪੈਸਾ ਖਰਾਬ ਨਾ ਕਰੋ, ਫਾਲਸ ਹੋਪਸ ਨਾ ਲੈ ਕੇ ਜਾਓ। ਜੀ ਜੀ ਬਿਲਕੁਲ, ਇੱਕ ਬਹੁਤ ਹੀ ਜਾਣਿਆ ਪਹਿਚਾਣਿਆ ਨਾਮ ਹੈ ICC ਇਮੀਗ੍ਰੇਸ਼ਨ ਔਰ ਮਨੂ ਦੱਤਾ ਜੀ। ਤੁਸੀਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਸਰਵਿਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਲੈ ਸਕਦੇ ਹੋ। ਅਤੇ ਹੁਣ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਦੇ ਹਾਂ ਜੀ। ਅਤੇ ਸਭ ਤੋਂ ਪਹਿਲਾਂ ਅੱਜ ਕਿਸ ਟੌਪਿਕ 'ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ? ਅੱਜ ਦਾ ਲੇਟੈਸਟ ਅਪਡੇਟਸ ਹੈਗੀਆਂ ਜੀ ਐਕਸਪ੍ਰੈਸ ਐਂਟਰੀ ਬਾਰੇ। ਅਤੇ ਸਭ ਤੋਂ ਪਹਿਲਾਂ ਤਾਂ ਗੱਲ ਉਹਦੀ ਬਾਰੇ ਹੀ ਹੋਣੀ ਚਾਹੀਦੀ ਹੈ। ਅੱਜ 74th ਡਰਾ ਆਊਟ ਹੋਇਆ ਹੈਗਾ ਭੈਣ ਜੀ, ਐਂਡ 74th ਐਂਡ 75th। ਐਂਡ ਜਿਹੜੇ ਵੀ ਦੋਸਤ ਸਾਡੇ ਟ੍ਰੇਡਸ ਦੇ ਨਾਲ ਤਾਲੁਕ ਰੱਖਦੇ ਨੇ, ਟ੍ਰੇਡਸ ਹੋ ਗਏ, ਜਿਹੜੇ ਕੁੱਕਸ ਹੋ ਗਏ, ਸ਼ੈਫਸ ਹੋ ਗਏ, ਬੇਕਰਸ ਹੋ ਗਏ, ਵੈਲਡਰਸ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਪਲੰਬਰਸ ਹੋ ਗਏ, ਕਾਰਪੈਂਟਰਸ ਹੋ ਗਏ, CNC ਪ੍ਰੋਗਰਾਮਰਸ ਹੋ ਗਏ, ਮਸ਼ੀਨਿਸਟ ਹੋ ਗਏ, ਡੀਜ਼ਲ ਮਕੈਨਿਕਸ ਹੋ ਗਏ, ਉਹ ਸਾਰੇ ਦੋਸਤ ਸਾਡੇ ਅੱਜ ਦੀ ਤਰੀਕ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ। ਚਾਹੀਦਾ ਕੀ ਹੈਗਾ ਕਿ ਜਿਹੜੇ ਤਾਂ ਕੁੱਕ ਹੈਗੇ ਨੇ ਜਾਂ ਬੇਕਰਸ ਹੈਗੇ ਨੇ ਜਾਂ ਸ਼ੈਫਸ ਹੈਗੇ ਨੇ, ਉਹਨਾਂ ਕੋਲ ਸਿਰਫ ਗ੍ਰੇਡ 12 ਚਾਹੀਦਾ ਹੈਗਾ। ਗ੍ਰੇਡ 12 ਚਾਹੀਦਾ, 35 ਸਾਲ ਤੋਂ ਘੱਟ ਉਮਰ ਹੋਵੇ, 3 ਸਾਲ ਦਾ ਘੱਟੋ ਘੱਟ ਤਜਰਬਾ ਹੋਵੇ, ਆਈਲੈਟ ਦੇ ਵਿੱਚ 5 ਬੈਂਡ ਚਾਹੀਦੇ ਨੇ, ਲਿਸਨਿੰਗ ਐਂਡ ਸਪੀਕਿੰਗ ਦੇ ਵਿੱਚ 5, ਰੀਡਿੰਗ ਐਂਡ ਰਾਈਟਿੰਗ ਦੇ ਵਿੱਚ 4.5 ਵੀ ਹੋਣਗੇ ਤਾਂ ਵੀ ਉਹ ਆਰਾਮ ਦੇ ਨਾਲ ਕੁਆਲੀਫਾਈ ਕਰ ਸਕਦੇ ਨੇ। ਐਂਡ ਜਿਹੜੇ ਬਾਕੀ ਟ੍ਰੇਡਸ ਹੋ ਗਏ, ਕਾਰਪੈਂਟਰਸ, ਵੈਲਡਰਸ, ਇਲੈਕਟ੍ਰੀਸ਼ੀਅਨਸ, ਪਲੰਬਰ, CNC ਪ੍ਰੋਗਰਾਮਰਸ, ਮਸ਼ੀਨਿਸਟ, ਉਹਦੇ ਵਿੱਚ ਉਹਨਾਂ ਨੂੰ ITI ਜੇ ਕੀਤੀ ਹੋਈ ਹੈ ਤਾਂ ਇਟ ਵਿਲ ਬੀ ਡੈਫੀਨੇਟਲੀ ਹੈਲਪਫੁਲ। ITI ਕੀਤੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ, ਮਕੈਨੀਕਲ ਫਿਟਰ ਹੋਣ, ਮਕੈਨੀਕਲ ਦਾ ਡਿਪਲੋਮਾ ਕੀਤਾ, ਉਹ ਵੀ ਕੁਆਲੀਫਾਈ ਕਰ ਸਕਦੇ ਨੇ। ਅਗੇਨ ਚਾਹੀਦਾ ਕੀ ਹੈਗਾ, ਗ੍ਰੇਡ 12 ਤੋਂ ਬਾਅਦ ਡਿਪਲੋਮਾ ਹੋਵੇ ਜਾਂ ITI ਹੋਵੇ, ਘੱਟੋ ਘੱਟ 3 ਤੋਂ 4 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ। ਐਂਡ 5 ਬੈਂਡਸ ਅਗੇਨ ਚਾਹੀਦੇ ਨੇ, 35 ਸਾਲ ਤੋਂ ਘੱਟ ਉਮਰ ਚਾਹੀਦੀ ਹੈ, ਐਂਡ ਉਹਨਾਂ ਵਾਸਤੇ ਆਪਸ਼ਨ ਐਗਜ਼ਿਸਟ ਕਰਦੀ ਪਈ ਹੈ। ਹੁੰਦਾ ਕੀ ਸੀਗਾ ਕਿ ਜਿਹੜੇ ਵੀ ਦੋਸਤ ਸਾਡੇ ਹੱਥੀ ਹੁਨਰ ਜਾਣਦੇ ਨੇ, ਕਾਰਪੈਂਟਰਸ ਹੋ ਗਏ, ਕੁੱਕਸ ਹੋ ਗਏ, ਸ਼ੈਫਸ ਹੋ ਗਏ, ਉਹ ਐਜੂਕੇਸ਼ਨ ਬਹੁਤ ਜ਼ਿਆਦਾ ਨਹੀਂ ਲੈਂਦੇ, ਉਹ ਐਂਡ ਉਹਨਾਂ ਦੀ ਕਮਿਊਨੀਕੇਸ਼ਨ ਵੀ ਉਨੀ ਸਟਰੋਂਗ ਨਹੀਂ ਹੁੰਦੀ। ਜੇ ਅਸੀਂ ਰੈਗੂਲਰ ਐਕਸਪ੍ਰੈਸ ਐਂਟਰੀ ਦੇ ਵਿੱਚ ਗੱਲ ਕਰੀਏ ਤਾਂ ਉਹ ਕੁਆਲੀਫਾਈ ਨਹੀਂ ਹੋ ਸਕਦਾ, ਬਿਕੋਜ਼ ਉਹਨੇ ਪੁਆਇੰਟਸ ਹੀ ਉਹਨਾਂ ਦੇ ਨਹੀਂ ਬਣਨੇ। ਅੱਜ ਇੱਕ ਹੋਰ ਡਰਾ ਹੋਇਆ ਜਿਹਦੇ ਵਿੱਚ 241 ਪੁਆਇੰਟਸ ਦਾ ਕੱਟ ਆਫ ਗਿਆ ਹੈਗਾ, 505 ਐਪਲੀਕੈਂਟਸ ਨੂੰ ਇਨਵੀਟੇਸ਼ਨ ਮਿਲਿਆ ਹੈਗਾ। ਸੋ 241 ਪੁਆਇੰਟਸ ਦਾ ਮਤਲਬ ਹੈਗਾ ਕਿ ਜਿਹਦੇ ਕੋਲ 35 ਸਾਲ ਤੋਂ ਘੱਟ ਉਮਰ ਆ, ITI ਜਾਂ ਡਿਪਲੋਮਾ ਕੀਤਾ ਜਾਂ ਈਵਨ ਗ੍ਰੇਡ 12 ਕੀਤੀ ਹੋਈ ਹੈ, ਘੱਟੋ ਘੱਟ 3-4 ਸਾਲ ਦਾ ਐਕਸਪੀਰੀਅੰਸ ਹੈਗਾ, ਆਈਲੈਂਡ ਦੇ ਵਿੱਚ 5 ਬੈਂਡਸ ਹੈਗੇ ਨੇ, ਉਹ ਆਰਾਮ ਦੇ ਨਾਲ PR ਵਾਸਤੇ ਵਿਦ ਫੈਮਲੀ ਕੁਆਲੀਫਾਈ ਕਰ ਸਕਦੇ ਨੇ। ਇਸ ਤੋਂ ਬੈਟਰ ਆਪਸ਼ਨ ਨਹੀਂ ਹੋ ਸਕਦੀ। ਆਈ ਥਿੰਕ ਦਿਸ ਇਜ਼ ਦਾ ਗੋਲਡਨ ਟਾਈਮ ਫੋਰ ਜਿਹੜੇ ਵੀ ਦੋ ਸਾਡੇ ਇਹਨਾਂ ਟ੍ਰੇਡਸ ਦੇ ਨਾਲ ਹੈਗੇ ਨੇ,
ਐਂਡ ਉਸ ਤੋਂ ਬਾਅਦ ਬਿਜ਼ਨਸ ਦੇ ਕੋਰਸਿਸ ਕਰ ਲਏ, ਐਕਸਪੀਰੀਅੰਸ ਵੀ ਲੈ ਲਿਆ, ਬਟ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੋਨੋਂ ਕੰਟਰੀਜ਼ ਦੇ ਵਿੱਚ ਇਹੋ ਜਿਹੇ ਚੇਂਜਸ ਆ ਗਏ ਹੈ ਕਿ ਉਹ ਬੱਚੇ ਉੱਥੇ ਪਰਮਾਨੈਂਟ ਰੈਜ਼ੀਡੈਂਸੀ ਐਲੀਜੀਬਲ ਨਹੀਂ ਹੈਗੇ, ਉਹਨਾਂ ਦੀ ਪੀ ਆਰ ਨਹੀਂ ਹੋ ਸਕਦੀ। ਉਹ ਕੀ ਕਰਦੇ ਪਏ ਨੇ, ਟਾਈਮ ਬਾਏ ਕਰਦੇ ਪਏ ਨੇ, ਅੱਗੇ ਪੜ੍ਹਾਈ ਕਰੀ ਜਾਂਦੇ ਨੇ, ਜਿਹਨੂੰ ਵਰਕ ਪਰਮਿਟ ਮਿਲ ਗਿਆ ਉਹ ਦੂਸਰੀ ਆਪਸ਼ਨ ਹੈਗੀ ਹੈ। ਬਟ ਉਹ ਬੱਚੇ ਸਾਰੇ ਜਿਨ੍ਹਾਂ ਦੇ ਕੋਲ ਦੋ ਦੋ ਸਾਲ ਦਾ ਕੁਕਿੰਗ ਦਾ ਐਕਸਪੀਰੀਅੰਸ ਹੈਗਾ, ਬੇਕਰੀ ਦਾ ਐਕਸਪੀਰੀਅੰਸ ਹੈਗਾ, ਅਸਿਸਟੈਂਟ ਕੁੱਕ ਦਾ, ਪੀਜ਼ਾ ਕੁੱਕ ਦਾ ਐਕਸਪੀਰੀਅੰਸ ਹੈ, ਉਹ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ ਐਲੀਜੀਬਲ ਹੈਗੇ ਨੇ। ਸਾਲ ਦੇ ਅੰਦਰ ਅੰਦਰ ਤੁਹਾਡੀ ਪੀ ਆਰ ਹੋ ਜਾਵੇ, ਇਸ ਤੋਂ ਬੈਟਰ ਆਪਸ਼ਨ ਕੀ ਹੋ ਸਕਦੀ ਹੈਗੀ ਹੈ? ਐਂਡ ਉਹ ਵੀ ਤੁਸੀਂ ਉੱਥੇ ਹੋਪ ਲੂਜ਼ ਕਰ ਚੁੱਕੇ ਹੋ, ਆਸਟ੍ਰੇਲੀਆ ਨਿਊਜ਼ੀਲੈਂਡ ਤੁਹਾਨੂੰ ਪਤਾ ਹੈ ਕਿ ਉੱਥੇ ਤੁਹਾਨੂੰ ਪੀ ਆਰ ਨਹੀਂ ਹੋਣੀ ਹੈਗੀ। ਸੋ ਦਿਸ ਇਜ਼ ਅ ਲੈਂਡ ਆਫ ਓਪਰਚੁਨਿਟੀ ਕੈਨੇਡਾ, ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਕੈਨੇਡਾ ਇਜ਼ ਵਨ ਆਫ ਦਾ ਬੈਸਟ ਕੰਟਰੀਜ਼ ਟੂ ਲਿਵ ਇਨ, ਐਂਡ ਈਵਨ 2017 ਦੇ ਵਿੱਚ ਇਟ ਹੈਜ਼ ਬੀਨ ਰੈਂਕਡ ਐਜ ਦਾ ਬੈਸਟ ਕੰਟਰੀ ਇਨ ਦਾ ਕੁਆਲਿਟੀ ਆਫ ਲਾਈਫ ਟੂ ਲਿਵ ਇਨ। ਸੋ ਤੁਸੀਂ ਇਹੋ ਜਿਹੇ ਮੁਲਕ ਦੇ ਵਿੱਚ ਆ ਰਹੇ ਹੋ ਜਿੱਥੇ ਤੁਹਾਡੇ ਬੈਨੀਫਿਟਸ ਵੀ ਲੈ ਰਹੇ ਹੋ, ਬੱਚੇ ਫ੍ਰੀ ਐਜੂਕੇਸ਼ਨ ਲੈ ਰਹੇ ਨੇ 12ਵੀਂ ਤੱਕ, ਜੇ ਤੁਸੀਂ ਮੈਰਿਡ ਹੈਗੇ ਹੋ, ਬੱਚੇ ਹੈਗੇ ਨੇ, ਹੈਲਥ ਦੀ ਗੱਲ ਕਰੀਏ, ਹੈਲਥ ਦੇ ਵਿੱਚ ਯੂ ਆਰ ਗੈਟਿੰਗ ਐਵਰੀਥਿੰਗ ਫ੍ਰੀ ਫਰੋਮ ਦਾ ਗਵਰਨਮੈਂਟ, ਯੂ ਨੋ। ਸੋ ਦਿਸ ਇਜ਼ ਅ ਗੋਲਡਨ ਓਪਰਚੁਨਿਟੀ। ਸੋ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਨੇ, ਇਹਨਾਂ ਟ੍ਰੇਡ ਦੇ ਨਾਲ ਐਕਸਪੀਰੀਅੰਸ ਹੈਗਾ ਤੁਹਾਡਾ, ਆਪਣਾ ਰੈਜ਼ੂਮੇ ਸਾਨੂੰ ਫਾਰਵਰਡ ਕਰ ਸਕਦੇ ਹੋ ਇਨਫੋ ਤੇ, INFO@ICCImmigration.ca, info@ICCImmigration.ca, ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-461-2424, 905-461-2424, ਐਂਡ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਨੇ, ਵਨ ਔਨ ਵਨ ਅਪੁਆਇੰਟਮੈਂਟ ਬਣਾਓ, ਆ ਕੇ ਆਫਿਸ ਦੇ ਵਿੱਚ ਮਿਲਣਾ ਚਾਹੋ, ਕਮ ਡਾਊਨ ਐਂਡ ਸਿਟ ਡਾਊਨ ਵਿਦ ਅਸ, ਐਂਡ ਅਸੀਂ ਉਸੇ ਵੇਲੇ ਤੁਹਾਨੂੰ ਅਸੈਸ ਕਰਕੇ ਦੱਸ ਦੇਣਾ ਕਿ ਤੁਸੀਂ ਲੈਂਡ ਕਿੱਥੇ ਕਰ ਰਹੇ ਹੈਗੇ ਹੋ, ਐਂਡ ਜੇ ਤੁਹਾਡੀਆਂ ਆਪਸ਼ਨਸ ਬਣਦੀਆਂ ਹੋਈਆਂ ਤੁਹਾਡੇ ਰਿਸ਼ਤੇਦਾਰ ਦੀਆਂ, ਤੁਹਾਡੇ ਭਾਈ ਭੈਣ ਦੀਆਂ, ਤਾਂ ਵਰਕ ਔਨ ਇਟ, ਐਂਡ ਤੁਹਾਡੀ ਕੰਸਲਟੇਸ਼ਨ ਐਬਸੋਲੂਟਲੀ ਐਂਡ ਕੋਈ ਓਬਲੀਗੇਸ਼ਨ ਨਹੀਂ ਹੈਗੀ ਉਹਦੇ 'ਤੇ ਕਿ ਤੁਸੀਂ ਸਾਈਨ ਹੀ ਕਰਨਾ ਆ, ਤੁਸੀਂ ਫ੍ਰੀ ਕੰਸਲਟੇਸ਼ਨ ਵਾਸਤੇ ਆ ਰਹੇ ਹੋ, ਆ ਕੇ ਕੰਸਲਟੇਸ਼ਨ ਲੈ ਕੇ ਸਾਡੇ ਤੋਂ ਵਾਪਸ ਜਾਓ, ਜੇ ਤੁਹਾਨੂੰ ਲੱਗਦਾ ਕਿ ਵੀ ਕੈਨ ਵਰਕ ਟੂਗੈਦਰ, ਕਮ ਡਾਊਨ ਐਂਡ ਸਾਈਨ ਐਨ ਐਗਰੀਮੈਂਟ ਵਿਦ ਅਸ। ਜੀ ਭੈਣ ਜੀ, ਕਿਉਂਕਿ ਕੈਨੇਡਾ ਦੇ ਵਿੱਚ ਇੰਨੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ, ਇਸੇ ਕਰਕੇ ਜਿਹੜੇ ਬਹੁਤ ਸਾਰੇ ਲੋਕ ਨੇ ਇਮੀਗ੍ਰੈਂਟਸ ਇੱਥੇ ਆਉਣਾ ਚਾਹੁੰਦੇ ਨੇ, ਬਟ ਕਈ ਵਾਰ ਸਾਨੂੰ ਜਿਹੜਾ ਪ੍ਰੋਪਰ ਨਹੀਂ ਪਤਾ ਹੁੰਦਾ, ਰਸਤਾ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਰਸਤੇ ਜਾਈਏ। ਬਿਲਕੁਲ, ਅਸੀਂ ਐਲੀਜੀਬਲ ਵੀ ਹੁੰਦੇ ਹਾਂ, ਬਟ ਸਾਡੇ ਕੋਲ ਉਹ ਜਾਣਕਾਰੀ ਨਹੀਂ ਹੁੰਦੀ ਕਿ ਅਸੀਂ ਕਿਸ ਰਸਤੇ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਜਾਈਏ, ਬਟ ਕਈ ਵਾਰ ਇਸੇ ਕਾਰਨ ਜਿਹੜੇ ਲੋਕ ਨੇ ਕਈ ਵਾਰ ਗਲਤ ਰਸਤਾ ਚੁਣ ਲੈਂਦੇ ਨੇ, ਤੇ ਗਲਤ ਰਸਤਾ ਚੁਣਨ ਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਬਟ ਉਹਨਾਂ ਦੇ ਕੋਲ ਰਸਤੇ ਹੈ ਇੰਨਾ ਜ਼ਿਆਦਾ, ਜਿਹੜਾ ਤੁਸੀਂ ਹੁਣੇ ਗੱਲ ਕੀਤੀ ਟ੍ਰੇਡ ਵਰਕਰਸ ਦੇ ਲਈ ਕਿ ਕਿੰਨਾ ਉਹਨਾਂ ਦੇ ਕੋਲ ਮੌਕਾ, ਵਧੀਆ ਮੌਕਾ ਹੈ ਉਹਨਾਂ ਦੇ ਕੋਲ, ਟਾਈਮ ਵੀ ਪੀਰੀਅਡ ਵੀ ਬਹੁਤ ਘੱਟ ਹੈ, 8-10 ਜਿਹੜਾ ਮਹੀਨਿਆਂ ਸਾਲ ਦੇ ਅੰਦਰ ਅੰਦਰ ਪੈ ਜੀ, 8-12 ਮਹੀਨਿਆਂ ਦੇ ਅੰਦਰ ਲੈਂਡਡ ਆ ਰਹੇ। ਜੀ ਬਿਲਕੁਲ, ਐਂਡ ਬਹੁਤ ਸਾਰੇ ਸਾਡੇ ਜਿਹੜੇ ਦੋਸਤ ਹੈਗੇ ਨੇ ਉਹ ਮਿਡਲ ਈਸਟ ਦੇ ਵਿੱਚ ਕੰਮ ਕਰ ਰਹੇ ਨੇ, ਵੈਲਡਰਸ ਦੀ ਗੱਲ ਕਰੀਏ, ਕਾਰਪੈਂਟਰਸ ਦੀ ਗੱਲ ਕਰ ਰਹੀ ਹੈ, ਇਲੈਕਟ੍ਰੀਸ਼ੀਅਨਸ ਦੀ ਗੱਲ ਕਰ ਰਹੀ ਹੈ, ਪਲੰਬਰਸ ਦੀ ਗੱਲ ਕਰ ਰਹੀ ਹੈ, ਸੀਐਨਸੀ ਪ੍ਰੋਗਰਾਮਰਸ ਦੀ ਗੱਲ ਕਰ ਰਹੀ ਹੈ, ਮਸ਼ੀਨਿਸਟ ਦੀ ਗੱਲ ਕਰ ਰਹੀ ਹੈ, ਫਿਟਰਸ ਦੀ ਗੱਲ ਕਰ ਰਹੀ ਹੈ, ਮਕੈਨੀਕਲ ਫਿਟਰਸ ਦੀ ਗੱਲ ਕਰ ਰਹੀ ਹੈ, ਮਤਲਬ ਇਹੋ ਜਿਹੇ 3600 ਟ੍ਰੇਡਸ ਹੈਗੇ ਨੇ ਜਿਹੜੇ ਸਾਡੇ ਦੋਸਤ ਮਿਡਲ ਈਸਟ ਦੇ ਵਿੱਚ ਜਾ ਕੇ ਜੋਬ ਕਰ ਰਹੇ ਨੇ, ਬਟ ਉਹਨਾਂ ਨੂੰ ਪਤਾ ਹੀ ਨਹੀਂ, ਐਂਡ ਉੱਥੇ ਕਦੀ ਵੀ ਉਹ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੋ ਸਕਦੇ ਮਿਡਲ ਈਸਟ ਦੇ ਵਿੱਚ, ਮਿਡਲ ਈਸਟ ਦੀ ਲਾਅ ਇਜ਼ ਲਾਅ ਇਹੋ ਜਿਹੇ ਹੈਗੇ ਨੇ, ਬਟ ਕੈਨੇਡਾ ਤੁਹਾਨੂੰ ਹੱਥ ਖੋਲ ਕੇ ਵੈਲਕਮ ਕਰ ਰਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੰਸਲਟੈਂਟ ਦੇ ਨਾਲ ਗੱਲ ਕਰਨੀ ਹੈ, ਕੰਮ ਕਰਨਾ, ਬਿਕੋਜ਼ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਰੈਗੂਲੇਟਡ ਕੰਸਲਟੈਂਟਸ ਜਿਹੜੇ ਸਰਕਾਰ ਤੋਂ ਮਨਜ਼ੂਰ ਸ਼ੁਦਾ ਕੰਸਲਟੈਂਟਸ ਹੈਗੇ ਨੇ, ਲਾਇਰਸ ਹੈਗੇ ਨੇ ਕੈਨੇਡਾ ਦੇ, ਉਹਨਾਂ ਦੇ ਨਾਲ ਗੱਲ ਕਰੋ, ਐਂਡ ਸਾਰੇ ਕੈਨੇਡੀਅਨ ਲਾਇਰਸ ਵੀ ਰੀਅਲ ਅਸਟੇਟ ਕੋਈ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਇਮੀਗ੍ਰੇਸ਼ਨ ਦੇ ਬੜੇ ਘੱਟ ਲਾਇਰਸ ਹੈਗੇ ਨੇ ਜਿਹੜੇ ਸਟ੍ਰੇਟ ਅਵੇ ਸਿਰਫ ਇਮੀਗ੍ਰੇਸ਼ਨ ਦੇ ਵਿੱਚ ਪ੍ਰੈਕਟਿਸ ਕਰਦੇ ਨੇ। ਸੋ ਇੱਕ ਸਰਟੀਫਾਈਡ ਕੰਸਲਟੈਂਟ, ਰੈਗੂਲੇਟਡ ਕੰਸਲਟੈਂਟ ਦੇ ਨਾਲ ਸੰਪਰਕ ਕਰੋ, ਐਂਡ ਤੁਹਾਨੂੰ ਉਹ ਪ੍ਰੋਪਰ ਗਾਈਡੈਂਸ ਮਿਲ ਸਕਦੀ ਹੈਗੀ ਹੈ। ਹੁਣ ਭਾਈ ਜੀ, ਇਹਦੇ ਨਾਲ ਨਾਲ ਟ੍ਰੇਡਸ ਦੇ ਨਾਲ ਅੱਜ ਇੱਕ ਦੂਸਰਾ ਡਰਾਅ ਵੀ ਐਕਸਪ੍ਰੈਸ ਐਂਟਰੀ ਦੇ ਵਿੱਚ ਹੋਇਆ, ਐਂਡ ਇਹਦੇ ਵਿੱਚ ਜਿਹੜਾ ਡਰਾਅ ਗਿਆ, ਖਾਸ ਕਰ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੇ ਵਿੱਚ ਜਿਹਨਾਂ ਨੂੰ ਪ੍ਰੋਵਿੰਸ਼ੀਅਲ ਸਰਟੀਫਿਕੇਟਸ ਮਿਲੇ ਹੋਏ ਨੇ, 600-600 ਪੁਆਇੰਟਸ ਮਿਲੇ ਹੋਏ ਨੇ, ਉਹ ਸਾਰੇ ਅੱਜ ਦੀ ਤਰੀਕ ਦੇ ਵਿੱਚ ਕੁਆਲੀਫਾਈ ਕਰ ਗਏ ਨੇ। ਬਹੁਤ ਸਾਰੇ ਸਾਡੇ ਬੱਚੇ ਇਹੋ ਜਿਹੇ ਸੀਗੇ ਜਿਹੜੇ ਦੂਜੇ ਪ੍ਰੋਵਿੰਸਿਸ ਦੇ ਵਿੱਚ ਮੂਵ ਕਰ ਗਏ ਸੀ, ਐਂਡ ਕਿਸੇ ਬਹੁਤ ਸਾਰੇ ਪ੍ਰੋਵਿੰਸਿਸ ਦੇ ਵਿੱਚ ਈਵਨ 4.5 ਬੈਂਡ ਦੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਅੱਜ ਜਿਹੜਾ ਡਰਾਅ ਗਿਆ 673 ਪੁਆਇੰਟਸ 'ਤੇ ਗਿਆ ਹੈਗਾ, ਐਂਡ ਮੈਂ ਤਾਂ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਜੇ ਤੁਹਾਡੇ ਦੋਸਤ ਕੁਆਲੀਫਾਈਡ ਵੀ ਹੈਗੇ ਨੇ, ਇੰਡੀਆ ਦੇ ਵਿੱਚ ਬੈਠੇ ਹੋਏ ਨੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਹੋਏ ਨੇ, ਬੈਚਲਰਸ ਕੀਤੀ ਹੋਈ ਹੈ ਜਾਂ ਮਾਸਟਰਸ ਕੀਤੀ ਹੋਈ ਹੈ, ਉਮਰ 35 ਸਾਲ ਤੋਂ ਘੱਟ ਹੋਵੇ ਤਾਂ ਬੈਟਰ ਹੈਗਾ, ਬਿਕੋਜ਼ 35 ਸਾਲ ਤੋਂ ਬਾਅਦ ਤੁਸੀਂ ਪੁਆਇੰਟਸ ਲੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ, ਇਹ ਨਹੀਂ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ, 45 ਸਾਲ ਤੱਕ ਤੁਸੀਂ ਕੁਆਲੀਫਾਈ ਕਰ ਸਕਦੇ ਹੈਗੇ ਹੋ, ਬਟ 45 ਸਾਲ ਤੋਂ ਬਾਅਦ ਤੁਹਾਡੇ ਏਜ ਦੇ ਪੁਆਇੰਟਸ ਬਿਲਕੁਲ ਜ਼ੀਰੋ ਹੋ ਜਾਂਦੇ ਨੇ, ਉਹ ਬਾਕੀ ਐਂਗਲਸ ਤੋਂ ਕਵਰ ਕਰਨੇ ਮੁਸ਼ਕਲ ਹੋ ਜਾਂਦੇ ਨੇ, ਅਤੇ ਤਾਂ ਅਸੀਂ ਕਹਿੰਦੇ ਕਿ 35 ਸਾਲ ਤੋਂ ਘੱਟ ਉਮਰ ਆ ਤਾਂ ਡੈਫੀਨੇਟਲੀ ਉਹ ਐਡਡ ਐਡਵਾਂਟੇਜ ਆ, 35 ਸਾਲ ਤੋਂ ਘੱਟ ਉਮਰ ਹੋਵੇ, ਬੈਚਲਰਸ ਮਾਸਟਰਸ ਕੀਤਾ ਹੋਵੇ, ਘੱਟੋ ਘੱਟ 1 ਸਾਲ ਦਾ ਪ੍ਰੋਫੈਸ਼ਨਲ ਐਕਸਪੀਰੀਅੰਸ ਹੋਵੇ ਕਿਸੇ ਵੀ ਫੀਲਡ ਦੇ ਵਿੱਚ, ਭਾਵੇਂ ਉਹ ਡਾਕਟਰ ਹੋਣ, ਇੰਜੀਨੀਅਰ ਹੋਣ, ਨਰਸ ਹੋਣ, ਟੀਚਰ
ਮਿਨਿਸਟਰ ਹੋਣ, ਪ੍ਰੋਫੈਸਰ ਹੋਣ, ਕਾਲਜ ਲੈਕਚਰਰ ਹੋਣ, ਬੈਂਕਿੰਗ ਸੈਕਟਰ ਦੇ ਵਿੱਚ, ਫਾਈਨੈਂਸ ਦੇ ਵਿੱਚ ਕੰਮ ਕੀਤਾ ਹੋਇਆ, ਅਕਾਊਂਟੈਂਸੀ ਦੇ ਵਿੱਚ ਕੰਮ ਕੀਤਾ, ਬੁੱਕ ਕੀਪਰ ਕੰਮ ਕੀਤਾ, ਆਫਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕੀਤਾ ਹੋਇਆ, ਬੈਂਕ ਦੇ ਵਿੱਚ ਕੰਮ ਕੀਤਾ ਹੋਇਆ, ਤੁਸੀਂ ਹਰ ਫੀਲਡ ਦੇ ਵਿੱਚ, ਜਰਨਲਿਜ਼ਮ ਦੇ ਵਿੱਚ ਹੈਗੇ, ਤੁਸੀਂ ਹਰ ਫੀਲਡ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਐਂਡ ਆਈਲੈਂਡ ਦੇ ਵਿੱਚ ਮਿਨੀਮਮ ਐਸ ਟ੍ਰੇਡ ਦੇ ਵਿੱਚ 6-6 ਬੈਂਡ ਚਾਹੀਦੇ ਨੇ। ਹੁਣ ਜਿਹੜਾ ਟ੍ਰੇਡ ਸੀਗੇ, ਜਿਹੜੇ ਕੁੱਕਸ ਹੋ ਗਏ, ਸ਼ੈਫ, ਉੱਥੇ ਤਾਂ ਸਿਰਫ 5 ਬੈਂਡ ਦੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਐਂਡ ਉਹ 5 ਵੀ ਸਿਰਫ ਲਿਸਨਿੰਗ ਐਂਡ ਸਪੀਕਿੰਗ ਦੇ ਵਿੱਚ, ਰੀਡਿੰਗ ਐਂਡ ਰਾਈਟਿੰਗ ਦੇ ਵਿੱਚ 4.5 ਵੀ ਹੈਗੇ ਨੇ, 3.5 ਵੀ ਹੈਗੇ ਨੇ, ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਬਟ ਇਹਦੇ ਵਿੱਚ ਮਿਨੀਮਮ 6 ਬੈਂਡ ਚਾਹੀਦੇ ਨੇ ਤੁਹਾਨੂੰ ਕੁਆਲੀਫਾਈ ਕਰਨ ਵਾਸਤੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ ਦੇ ਵਿੱਚ 6-6 ਇੰਚ। ਬਟ ਆਪਣਾ ਰੈਜ਼ੂਮੇ ਸਾਨੂੰ ਭੇਜੋ, ਵੀ ਵਿਲ ਅਸੈਸ ਇਟ ਐਂਡ ਲੈਟ ਯੂ ਨੋ ਕਿ ਤੁਹਾਡਾ, ਤੁਸੀਂ ਕਿੱਥੇ ਲੈਂਡ ਕਰ ਰਹੇ ਹੋ, ਐਂਡ ਤੁਹਾਡੇ ਪੁਆਇੰਟਸ ਤੁਹਾਨੂੰ ਉਸੇ ਵੇਲੇ ਦੱਸ ਦਿਆਂਗੇ। ਵਿਦਇਨ 24 to 48 ਆਰ ਯੂ ਵਿਲ ਹੇਅਰ ਬੈਕ ਫਰੋਮ ਅਸ। ਜੇ ਇਨ ਆਫਿਸ ਵਾਕ ਇਨ ਕਰੋਗੇ ਤਾਂ ਉਸੇ ਵੇਲੇ ਤੁਹਾਨੂੰ ਵੈਲੂਏਟ ਕਰਕੇ ਦੱਸ ਦਿਆਂਗੇ। ਜਿਹੜੇ ਵੀ ਹੱਥ ਦਾ ਕੰਮ ਜਾਣਦੇ ਨੇ, ਇੱਕ ਬਹੁਤ ਵਧੀਆ ਮੌਕਾ ਹੈ ਉਹਨਾਂ ਦੇ ਕੋਲ। ਤੇ ਮੈਨੂੰ ਲੱਗਦਾ ਜਿਹੜੇ ਵੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ, ਸਾਡੇ ਦਰਸ਼ਕ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ, ਤੇ ਹੋਰ ਵੀ ਇਨਫੋਰਮੇਸ਼ਨ ਜਿਹੜੀ ਇਸ ਸੰਬੰਧੀ ਤੁਸੀਂ ਲੈ ਸਕਦੇ ਹੋ। ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਜਾਂ ਆਪਣੇ ਕਿਸੇ ਭੈਣ ਭਰਾ ਦੀ ਮਦਦ ਤੁਸੀਂ ਕਰ ਸਕਦੇ ਹੋ। ਤੇ ਬਾਕੀ ਜ਼ਿਆਦਾ ਡਿਟੇਲ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ICC ਇਮੀਗ੍ਰੇਸ਼ਨ ਮਨੂ ਦੱਤਾ ਜੀ ਦੇ ਨਾਲ ਕਿਸੇ ਵੀ ਟਾਈਮ ਤੁਸੀਂ ਆਫਿਸ ਅਪੁਆਇੰਟਮੈਂਟ ਬਣਾ ਕੇ ਤੁਸੀਂ ਮਿਲ ਸਕਦੇ ਹੋ। ਤੇ ਜਿਹੜਾ ਇਹ ਮੌਕਾ ਹੈ, ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਐਲੀਜੀਬਲ ਨੇ ਇਸ ਫੀਲਡ ਦੇ ਵਿੱਚ, ਉਹਨਾਂ ਨੂੰ ਨਹੀਂ ਇਹ ਗਵਾਉਣਾ ਚਾਹੀਦਾ। ਬਿਲਕੁਲ ਨਹੀਂ ਭੈਣ ਜੀ। ਈਵਨ ਇਹਦੇ ਨਾਲ ਨਾਲ ਮੈਂ ਇੱਕ ਚੀਜ਼, ਦੋ ਟ੍ਰੇਡਸ ਹੋਰ ਲੈਣਾ ਚਾਹਾਂਗਾ ਨਾਮ। ਜਿਹੜੇ ਸਾਡੇ ਫਰੂਟ ਗਰੋਅਰਸ ਹੈਗੇ ਨੇ, ਜਿਹੜੇ ਦੋਸਤ ਬਾਗਬਾਨੀ ਕਰਦੇ ਨੇ, ਫਲਾਂ ਦੇ ਬਾਗ ਹੈਗੇ ਨੇ, ਕੋਈ ਡੇਅਰੀ ਫਾਰਮਿੰਗ ਕਰਦਾ ਆ, ਗ੍ਰੇਡ 12 ਕੀਤਾ ਹੋਵੇ, 3 ਸਾਲ ਦਾ ਤਜਰਬਾ ਹੋਵੇ, 5 ਬੈਂਡ ਆਈਲੈਂਡ ਦੇ ਵਿੱਚ, ਸਾਲ ਦੇ ਵਿੱਚ ਲੈਂਡਡ, ਇਸ ਤੋਂ ਬੈਟਰ ਆਪਸ਼ਨ ਕੀ ਹੋ ਸਕਦੀਆਂ? ਐਂਡ ਆ ਜਿਹੜਾ ਓਪਰਚੁਨਿਟੀਜ਼ ਹੈਗੀਆਂ, ਆ ਅੱਜ ਨੌਕ ਕਰ ਰਹੀਆਂ ਹੈਗੀਆਂ, ਅੱਜ ਹੀ ਇਹਦਾ ਫਾਇਦਾ ਚੱਕੋ। ਇਹ ਨਾ ਹੋਵੇ ਕਿ ਤੁਸੀਂ 6 ਮਹੀਨੇ ਬਾਅਦ, ਸਾਲ ਬਾਅਦ ਸੋਚੋ ਕਿ ਯਾਰ ਮੈਂ ਕਰ ਲੈਂਦਾ ਉਦੋਂ ਚੰਗਾ ਰਹਿੰਦਾ। ਅੱਜ ਆ ਕੈਟੇਗਰੀ ਐਗਜ਼ਿਸਟ ਕਰਦੀ ਪਈ ਹੈ, ਐਂਡ ਅੱਜ ਇਸ ਕੈਟੇਗਰੀ ਦਾ ਫਾਇਦਾ ਚੱਕੋ। ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਪਿਛਲੇ ਸਾਲ ਜੇ ਮਕਾਨ ਲਿੱਤਾ ਹੁੰਦਾ ਤਾਂ ਇੱਥੇ 1,00,000 ਵਾਲਾ ਕਮਾਇਆ ਹੁੰਦਾ। ਦਿਸ ਇਜ਼ ਅ ਟਾਈਮ, ਐਂਡ ਆ ਜਿਹੜੀ ਓਪਰਚੁਨਿਟੀਜ਼ ਹੈਗੀਆਂ ਉਹ ਨੌਕ ਕਰਦੀਆਂ ਹੁੰਦੀਆਂ, ਐਂਡ ਗ੍ਰੈਬ ਤੁਸੀਂ ਕਰਨੀਆਂ ਹੈਗੀਆਂ। ਜੇ ਤੁਸੀਂ ਗ੍ਰੈਬ ਨਹੀਂ ਕਰੋਗੇ, ਸੰਬਡੀ ਐਲਸ ਇਜ਼ ਗੋਨਾ ਗ੍ਰੈਬ ਦੈਟ ਫੋਰ ਯੂ। ਜੀ, ਬਹੁਤ ਵਧੀਆ ਮੌਕਾ ਹੈ। ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਤਾਂ ਹੱਥ ਦਾ ਕੰਮ ਜਾਣਦੇ ਨੇ, ਔਰ ਜਿਹੜਾ ਗ੍ਰੇਡ ਪਲੱਸ ਟੂ ਉਹਨਾਂ ਨੇ ਕੀਤਾ ਹੋਇਆ, 35 ਸਾਲ ਤੋਂ ਘੱਟ ਉਮਰ ਆ, ਤਾਂ ਇਸ ਤੋਂ ਵਧੀਆ ਮੌਕਾ ਹੋਰ ਕੀ ਹੋਵੇਗਾ ਕਿ ਤੁਸੀਂ 1 ਸਾਲ ਦੇ ਅੰਦਰ ਅੰਦਰ ਜਿਹੜਾ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ ਵਿਦ ਫੈਮਿਲੀ। ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੀ ਇਸ ਸੰਬੰਧੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਆ ਲੈਣੀ ਚਾਹੀਦੀ, ਤੁਸੀਂ ICC ਇਮੀਗ੍ਰੇਸ਼ਨ ਇਹਨਾਂ ਦੇ ਆਫਿਸ ਜਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਅਤੇ ਜਿਹੜੀ ਪ੍ਰੋਪਰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਹੈ ਤੁਸੀਂ ਲੈ ਸਕਦੇ ਹੋ ਜੀ। ਇਹਦੇ ਬਾਰੇ ਥੋੜਾ ਜਿਹਾ ਹੋਰ ਐਡ ਕਰ ਦਈਏ, ਬਿਕੋਜ਼ ਅਸੀਂ ਇੱਕ ਚੀਜ਼ ਹੋਰ ਦੇਖੀਏ ਕਿ ਪੰਜਾਬ ਦੇ ਵਿੱਚ ਨਾ ਖਾਸ ਕਰ ਸਾਡਾ ਫੋਕਸ ਵੀ ਹੈਗਾ ਆ ITI ਦੇ ਉੱਤੇ, ਡਿਪਲੋਮਾਸ ਦੇ ਉੱਤੇ। ਬਹੁਤ ਸਾਰੇ ਸਾਡੇ ਬੱਚੇ ਗ੍ਰੇਡ 10 ਤੋਂ ਬਾਅਦ ਡਿਪਲੋਮੇ ਦੇ ਵਿੱਚ ਚੱਲ ਜਾਂਦੇ ਨੇ, 3 ਸਾਲ ਦੇ ਡਿਪਲੋਮੇ ਦੇ ਵਿੱਚ ਚਲੇ ਗਏ, ਜਾਂ ਗ੍ਰੇਡ 12 ਤੋਂ ਬਾਅਦ ITI ਕਰਨ ਚਲੇ ਗਏ, ਐਂਡ ਸਾਡਾ ਰੁਝਾਨ ਵੀ ਹੈਗਾ ਆ, ਬਟ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਓਪਰਚੁਨਿਟੀ ਐਗਜ਼ਿਸਟ ਕਰਦੀ ਪਈ ਹੈ। ਐਂਡ ਉੱਥੇ ਅਸੀਂ ਏਜੰਟਾਂ ਦੇ ਚੱਕਰਾਂ ਦੇ ਵਿੱਚ ਪਏ ਹਾਂ ਕਿ ਕੈਨੇਡਾ ਲੈ ਜਾਣ ਜੀ, ਮੈਨੂੰ ਸਾਨੂੰ ਬਾਹਰ 25 ਲੱਖ ਵੀ ਖਰਚਣ ਨੂੰ ਤਿਆਰ ਆ, 50 ਲੱਖ ਵੀ ਖਰਚਣ, ਜੋਬ ਆਫਰ ਦੇ 2-2 ਲੱਖ ਰੁਪਏ ਖਰਚੀ ਜਾਂਦੇ ਹੋ, 50 ਲੱਖ, $50,000 ਖਰਚੀ ਜਾਂਦੇ ਹੋ, ਦਿਸ ਇਜ਼ ਐਨ ਓਪਰਚੁਨਿਟੀ ਜਿਹਦੇ ਵਿੱਚ ਤੁਸੀਂ ਬੜੇ ਹੀ ਆਰਾਮ ਦੇ ਨਾਲ ਸਟ੍ਰੀਮ ਲਾਈਨਡ ਪ੍ਰੋਸੀਜਰ ਦੇ ਰਾਹੀਂ, ਕੈਨੇਡੀਅਨ ਗੌਰਮੈਂਟ ਇਹ ਟ੍ਰੇਡ ਦੇ ਵਿੱਚ ਚਾਹੁੰਦੀ ਹੈਗੀ ਹੈ ਕਿ ਮੈਕਸੀਮਮ ਲੋਕ ਆਉਣ। ਈਵਨ ਸਾਡੇ ਬ੍ਰਿਕ ਲੇਅਰਸ ਹੋ ਗਏ, ਉਹ ਕੁਆਲੀਫਾਈ ਕਰ ਸਕਦੇ ਨੇ, ਸੀਮੈਂਟ ਫਿਨਿਸ਼ਰਸ ਕੁਆਲੀਫਾਈ ਕਰ ਸਕਦੇ ਨੇ। ਸੋ ਟ੍ਰੇਡਸ ਬਹੁਤ ਸਾਰੇ ਹੈਗੇ ਨੇ, ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈਗਾ, ਕੰਸਟਰਕਸ਼ਨ ਦੇ ਕਿਸੇ ਵੀ ਫੀਲਡ ਤੋਂ ਤੁਸੀਂ ਤਾਲੁਕ ਹੈਗਾ ਆ, ਆਪਣਾ ਰੈਜ਼ੂਮੇ, ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ, ਐਂਡ ਵੀ ਵਿਲ ਅਵੈਲੂਏਟ ਇਟ ਰਾਈਟ ਅਵੇ ਫੋਰ ਯੂ। ਜੀ ਬਿਲਕੁਲ, ਇਹ ਸਾਰੇ ਜਿਹੜੇ ਆ ਐਲੀਜੀਬਲ ਹੈ, ਬਟ ਗੱਲ ਇਹ ਕਿ ਬਿਲਕੁਲ ਇਨਫੋਰਮੇਸ਼ਨ ਦੀ ਜਿਹੜੀ ਕਮੀ ਆ ਉਹਨਾਂ ਦੇ ਕੋਲ ਏਜੰਟਾਂ ਦੇ ਚੱਕਰ ਵਿੱਚ ਤਾਂ ਹੀ ਪੈਂਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜਾ ਪ੍ਰੋਪਰ ਗਾਈਡੈਂਸ ਕਿਤੇ ਨਹੀਂ ਮਿਲਦੀ। ਐਂਡ ਭੈਣ ਜੀ, ਮੈਂ ਤਾਂ ਕੁਛ ਇੱਕ ਟ੍ਰੇਡਸ ਦੇ ਨਾਮ ਲਏ, ਬੇਇੰਤਹਾ ਹੋਰ ਟ੍ਰੇਡਸ ਇਹੋ ਜਿਹੇ ਹੈਗੇ ਨੇ ਜਿਹਦੇ ਵਿੱਚ ਤੁਸੀਂ ਕੁਆਲੀਫਾਈ ਕਰਦੇ। ਸੋ ਆਪਣੇ ਰੈਜ਼ੂਮੇ ਸਾਨੂੰ ਭੇਜੋ ਜੀ। ਜੀ ਬਿਲਕੁਲ, ਐਲੀਜੀਬਲ ਹੋਣ ਦੇ ਹੋਣ ਕਰਕੇ ਵੀ ਕਈ ਲੋਕ ਜਿਹੜੇ ਗਲਤ ਰਸਤੇ ਚੁਣ ਲੈਂਦੇ ਨੇ ਕਿ ਅਸੀਂ ਸਿਰਫ ਉਹਨਾਂ ਨੂੰ ਇੱਕ ਹੀ ਜਿਹੜਾ ਮੇਨ ਮੋਟਿਵ ਹੁੰਦਾ ਕਿ ਅਸੀਂ ਬਾਹਰ ਜਾਣਾ ਜਾਂ ਕੈਨੇਡਾ ਜਾਣਾ, ਬਟ ਇੰਨਾ ਕੁਛ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਇਹ ਇਸ ਜਾਣਕਾਰੀ ਦੀ ਕਮੀ ਹੈ ਕਿ ਤੁਸੀਂ ਐਲੀਜੀਬਲ ਹੋ, ਤੇ ਬਟ ਇਨਫੋਰਮੇਸ਼ਨ ਦੀ ਕਮੀ ਹੋਣ ਕਾਰਨ ਉਹ ਨਹੀਂ ਆ। ਕਹਿੰਦੇ ਆ ਕਿ ਐਜੂਕੇਸ਼ਨ ਦੀ ਘਾਟ ਜਾਂ ਅਵੇਅਰਨੈਸ ਦੀ ਘਾਟ, ਐਂਡ ਉਸੇ ਨੂੰ ਉਹ ਐਕਸਪਲੋਇਟ ਕੀਤਾ ਜਾਂਦਾ। ਉੱਥੇ ਜਿਹੜੇ ਏਜੰਟ ਬੈਠੇ ਹੋਏ ਨੇ, ਬਾਰਡਰ ਦਾ ਵੀਜ਼ਾ, ਮੈਕਸੀਕੋ ਦੇ ਵੀਜ਼ੇ ਲਵਾ ਕੇ ਬਾਰਡਰ ਟਪਾ ਕੇ ਤੁਹਾਨੂੰ ਭੇਜਦੇ ਨੇ, 35-35 ਲੱਖ ਰੁਪਏ ਚਾਰਜ ਕਰਦੇ ਨੇ। ਲੀਗਲ ਪ੍ਰੋਗਰਾਮ ਐਗਜ਼ਿਸਟ ਕਰਦਾ ਹੈ, ਐਂਡ ਲੀਗਲ ਸਰਟੀਫਾਈਡ ਕੰਸਲਟੈਂਟ, ਰੈਗੂਲੇਟ ਕੰਸਲਟੈਂਟਸ ਨਾਲ, ਲਾਇਰਸ ਨਾਲ ਡੀਲ ਕਰੋ ਤਾਂ ਕਿ ਤੁਹਾਨੂੰ ਪ੍ਰੋਪਰ ਐਡਵਾਈਸ ਮਿਲੇ। ਐਂਡ ਬਿਕੋਜ਼ ਸਾਡੀ ਬਾਡੀਜ਼ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਸਾਨੂੰ ਰੈਗੂਲੇਟ ਕਰਦੀਆਂ ਹੈਗੀਆਂ, ਐਂਡ ਉਹਨਾਂ ਦੀ ਗਾਈਡਲਾਈਨਸ ਦੇ ਅੰਦਰ ਹੀ ਅਸੀਂ ਕੰਮ ਕਰਦੇ ਹਾਂ। ਇੰਡੀਆ ਦੇ ਵਿੱਚ ਜਿਹੜੇ ਏਜੰਟ ਬੈਠੇ, ਉਹਨਾਂ ਦੀ ਕੋਈ ਬਾਡੀ ਕੋਈ ਨਹੀਂ ਹੈਗੀ,
ਜੀ ਬਿਲਕੁਲ, ਕਿਉਂਕਿ ਇਮੀਗ੍ਰੇਸ਼ਨ ਲਾਅ ਜਿਹੜਾ ਹੈ ਲੋਕਾਂ ਦੀ ਹੈਲਪ ਦੇ ਲਈ ਬਣਿਆ ਹੈ, ਬਟ ਅਸੀਂ ਅਗਰ ਉਸਨੂੰ ਕਾਨੂੰਨ ਤੋੜਦੇ ਹਾਂ ਤਾਂ ਆਪਣਾ ਨੁਕਸਾਨ ਕਰਦੇ ਹਾਂ, ਨਾਲ ਦੀ ਨਾਲ ਅਸੀਂ ਦੂਸਰੇ ਲੋਕਾਂ ਦਾ ਵੀ ਨੁਕਸਾਨ ਕਰਦੇ ਹਾਂ। ਤੇ ਹਮੇਸ਼ਾ ਜਿਹੜੀ ਹੈ ਅਸੀਂ ਆਪਣੇ ਵਿਊਅਰਸ ਨੂੰ ਇਹ ਐਡਵਾਈਸ ਕਰਦੇ ਹਾਂ ਕਿ ਹਮੇਸ਼ਾ ਕਿਸੇ ਐਕਸਪਰਟ ਦੀ, ਇਮੀਗ੍ਰੇਸ਼ਨ ਦਾ ਕੋਈ ਵੀ ਐਕਸਪਰਟ ਜਿਹੜਾ ਹੋਵੇ, ਤੁਸੀਂ ਉਸਦੀ ਸਲਾਹ ਲਵੋ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਅਗਲੇ ਟੌਪਿਕ ਬਾਰੇ ਮੈਂ। ਹੁਣੇ ਹੁਣੇ ਜਿਹੜਾ ਨਿਊਜ਼ ਦੇ ਵਿੱਚ ਸੀਗਾ ਕਿ ਜਿਹੜੇ ਬੱਚਿਆਂ ਦੀ ਉਮਰ ਹੈ, ਡਿਪੈਂਡੈਂਟ ਚਿਲਡਰਨ ਦੀ ਉਮਰ ਹੈ ਜਿਹੜੀ 19 to 22 ਕਰ ਦਿੱਤੀ ਗਈ ਹੈ ਜੀ, ਇਸ ਬਾਰੇ ਵੀ ਥੋੜਾ ਸਾਡੇ ਵਿਊਅਰਸ ਨੂੰ ਦੱਸਿਆ ਜਾਵੇ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਆ 22 ਤੱਕ ਉਹ ਆਪਣੇ ਪੇਰੈਂਟਸ ਦੇ ਨਾਲ ਕੈਨੇਡਾ ਆ ਸਕਦੇ ਨੇ। ਬਿਲਕੁਲ ਭੈਣ ਜੀ, 22 ਈਅਰਸ ਤੋਂ ਲੈਸ ਜਿਹੜੇ ਵੀ ਬੱਚੇ ਹੈਗੇ ਨੇ ਜਿਹੜੇ ਡਿਪੈਂਡੈਂਟ ਹੈਗੇ ਨੇ ਪੇਰੈਂਟਸ ਦੇ ਉੱਤੇ, ਉਹ ਪੇਰੈਂਟਸ ਦੀ ਐਪਲੀਕੇਸ਼ਨ ਦੇ ਨਾਲ ਪ੍ਰੋਸੈਸ ਹੋ ਸਕਦੇ ਨੇ। ਭਾਵੇਂ ਉਹ ਐਪਲੀਕੇਸ਼ਨ ਸਪੋਂਸਰਸ਼ਿਪ ਦੀ ਹੋਵੇ, ਇੱਥੇ ਕੋਈ ਭਾਈ ਬੈਠਾ ਹੋਇਆ ਉਹਨੇ ਆਪਣੇ ਪੇਰੈਂਟਸ ਨੂੰ ਸਪੋਂਸਰ ਕੀਤਾ ਪਰਮਾਨੈਂਟ ਲਈ, ਨਾਲ ਫੈਮਿਲੀ ਆਪਣੇ ਬ੍ਰਦਰ ਸਿਸਟਰਸ ਨੂੰ ਐਲੀਜੀਬਲ ਹੈਗਾ ਸਪੋਂਸਰ ਕਰਨ ਵਾਸਤੇ, ਜਾਂ ਫਿਰ ਪੇਰੈਂਟਸ ਡਾਇਰੈਕਟ ਸਕਿੱਲਡ ਕੈਟੇਗਰੀ ਦੇ ਵਿੱਚ ਆ ਰਹੇ ਨੇ ਜਾਂ ਟ੍ਰੇਡਸ ਦੇ ਵਿੱਚ ਆ ਰਹੇ ਨੇ, 22 ਤੋਂ ਘੱਟ ਉਹਨਾਂ ਦੇ ਵੀ ਬੱਚੇ ਨਾਲ ਹੈਗੇ ਨੇ, ਕੋਈ 2 ਸਾਲਾ ਖੇਤੀਬਾੜੀ ਕਰ ਰਿਹਾ, ਵਾਈ ਕਰਦਾ ਪਿਆ, ਕੋਈ ਬਾਗ ਹੈਗੇ ਨੇ ਕਿਸੇ ਦੇ, ਜਾਂ ਕੋਈ ਡੇਅਰੀ ਫਾਰਮਿੰਗ ਕਰ ਰਿਹਾ, ਉਹ ਵੀ ਸਾਰੇ 22 ਸਾਲ ਤੋਂ ਨਾਲ ਬੱਚੇ ਉਹਨਾਂ ਦੇ ਕੱਟ ਨਾਲ ਆ ਸਕਦੇ ਨੇ। ਐਂਡ ਇੱਕ ਚੀਜ਼ ਹੋਰ ਹੈਗੀ ਹੈ, ਬਹੁਤ ਸਾਰੀ ਫੈਮਿਲੀਜ਼ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਸਪੋਂਸਰ ਹੋ ਕੇ ਆ ਗਈਆਂ ਇੱਥੇ, ਐਂਡ ਭਾਵੇਂ ਉਹ ਕਿਸੇ ਵੀ ਕੈਟੇਗਰੀ ਦੇ ਵਿੱਚ ਆਈਆਂ, ਭਾਵੇਂ ਉਹ ਟ੍ਰੇਡਸ ਦੇ ਵਿੱਚ ਆਈਆਂ, ਭਾਵੇਂ ਉਹ ਸਪੋਂਸਰ ਹੋ ਕੇ ਆਈਆਂ, ਭਾਵੇਂ ਉਹ ਸਕਿੱਲਡ ਕੈਟੇਗਰੀ ਦੇ ਵਿੱਚ ਆਈਆਂ, ਬੱਚੇ ਉਹਨਾਂ ਦੇ 22 ਸਾਲ ਦੇ 22 ਤੋਂ ਘੱਟ ਹੈਗੇ ਨੇ, ਬਟ 19 ਤੋਂ ਜ਼ਿਆਦਾ ਸੀਗੇ ਇਸ ਲਈ ਉਹ ਐਲੀਜੀਬਲ ਨਹੀਂ ਸੀਗੇ ਐਪਲੀਕੇਸ਼ਨ ਲਗਾਉਣ ਵਾਸਤੇ। ਪੇਰੈਂਟਸ ਲੈਂਡ ਕਰ ਗਏ ਨੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਐਲੀਜੀਬਲ ਹੈਗੇ ਹੋ ਆਪਣੇ ਬੱਚਿਆਂ ਨੂੰ ਸਪੋਂਸਰ ਕਰਨ ਵਾਸਤੇ। ਜਿਹੜੇ ਬੱਚੇ ਤੁਹਾਡੇ 22 ਸਾਲ ਤੋਂ ਘੱਟ ਹੈਗੇ ਨੇ ਉਹ ਸਪੋਂਸਰ ਹੋ ਸਕਦੇ ਨੇ, ਉਹਦੀ ਇਨਫੋਰਮੇਸ਼ਨ ਲੈਣ ਵਾਸਤੇ ਸਾਨੂੰ ਸੰਪਰਕ ਕਰ ਸਕਦੇ ਹੋ, ਸਾਨੂੰ ਆ ਕੇ ਮਿਲ ਸਕਦੇ ਹੋ, ਐਂਡ ਵੀ ਕੈਨ ਗਾਈਡ ਯੂ ਕਿਸ ਤਰ੍ਹਾਂ ਐਪਲੀਕੇਸ਼ਨ ਪ੍ਰੋਸੈਸ ਹੋਗੀ। ਬਟ ਇਹਦੇ ਵਿੱਚ ਟਾਈਮ ਵੇਸਟ ਨਾ ਕਰੋ, ਬਿਕੋਜ਼ ਐਪਲੀਕੇਸ਼ਨ ਦੀ ਕਿਊ ਵੀ ਵਧਣ ਵਾਲੀ ਹੈਗੀ ਹੈ, ਐਂਡ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਛੋਟੇ 22 ਸਾਲ ਤੋਂ ਘੱਟ ਬੱਚਿਆਂ ਬਾਰੇ, ਤੇ RDMD ਨਾਲ ICC ਇਮੀਗ੍ਰੇਸ਼ਨ ਤੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ, ਜਾਂ ਯੂ ਕੈਨ ਕਮ ਡਾਊਨ ਔਰ ਯੂ ਕੈਨ ਸੈਂਡ ਅਸ ਐਨ ਈਮੇਲ ਐਸ ਵੈਲ। ਸਾਡਾ ਈਮੇਲ ID ਹੈਗਾ info@ICCimmigration.ca, ਜਾਂ ਫਿਰ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਐਟ 905-461-2424 ਜੀ। ਜਿਹੜੇ ਪੇਰੈਂਟਸ ਇੱਥੇ ਆ ਚੁੱਕੇ ਨੇ ਬਟ ਉਹਨਾਂ ਦੇ ਬੱਚੇ ਅਜੇ ਵੀ ਜਿਹੜੇ 22 ਸਾਲ ਤੱਕ ਹੈ ਉਹਨਾਂ ਦੀ ਉਮਰ ਹੈ, ਕੀ ਉਹ ਹੁਣ ਵੀ ਆ ਸਕਦੇ ਨੇ? ਬਿਲਕੁਲ ਉਹ ਕੀਤੇ ਜਾ ਸਕਦੇ ਨੇ ਸਪੋਂਸਰ ਜੀ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਆ ਕੇ ਅਪਾਇੰਟਮੈਂਟ ਬਣਾਓ ਐਂਡ ਆ ਕੇ ਡਿਸਕਸ ਕਰੋ, ਬਿਕੋਜ਼ ਇਸ ਓਪਰਚੁਨਿਟੀ ਦਾ, ਬਿਕੋਜ਼ ਅਸੀਂ ਹਮੇਸ਼ਾ ਚਾਹੁੰਦੇ ਹਾਂ ਇੱਥੇ ਫੈਮਿਲੀਜ਼ ਰੀਯੂਨਾਈਟ ਹੋਣ ਸਾਡੀਆਂ, ਉਹ ਇੰਡੀਆ ਵਾਲਾ ਮਾਹੌਲ ਇੱਥੇ ਵੀ ਅਸੀਂ ਉੱਦਾਂ ਦਾ ਕ੍ਰੀਏਟ ਕਰ ਲਈਏ, ਸਾਡੀ ਐਕਸਟੈਂਡਡ ਫੈਮਿਲੀਜ਼ ਵੀ ਹੋਣ ਅਤੇ ਬੱਚੇ ਵੀ ਸਾਰੇ ਕੈਨੇਡਾ ਇਕੱਠੇ, ਬਿਕੋਜ਼ ਜਿੰਨੀਆਂ ਬਾਵਾਂ ਇੱਥੇ ਹੋਣਗੀਆਂ ਉਨਾ ਬੈਟਰ ਹੈਗਾ ਆ। ਸੋ ਐਬਸੋਲਿਊਟਲੀ ਦਿਸ ਇਜ਼ ਅ ਟਾਈਮ ਟੂ ਟੇਕ ਐਡਵਾਂਟੇਜ, ਉਹਦੇ ਵਾਸਤੇ ਸਾਨੂੰ ਅਪਾਇੰਟਮੈਂਟ ਬਣਾ ਕੇ ਮੁਲਾਕਾਤ ਕੀਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਤੁਸੀਂ ICC ਇਮੀਗ੍ਰੇਸ਼ਨ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਆਫਿਸ ਅਪੁਆਇੰਟਮੈਂਟ ਬਣਾ ਕੇ ਕਿਸੇ ਵੀ ਸਮੇਂ ਜਿਹੜਾ ਤੁਸੀਂ ਇਹਨਾਂ ਤੋਂ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਹੋ ਇਮੀਗ੍ਰੇਸ਼ਨ ਸੰਬੰਧੀ। ਅਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੀ, ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਸੁਪਰ ਵੀਜ਼ਾ 'ਤੇ ਇੱਥੇ ਆਏ ਹੋਏ ਨੇ ਜੀ, ਔਰ ਸੁਪਰ ਵੀਜ਼ਾ 'ਤੇ ਕਈ ਇਹ ਸੁਣਨ ਵਿੱਚ ਆ ਰਿਹਾ ਕਿ ਉਹ 2 ਸਾਲ ਤੱਕ ਰਹਿ ਸਕਦੇ ਨੇ, ਬਟ ਕਈ ਪੇਰੈਂਟਸ ਦਾ ਇਹ ਹੁੰਦਾ ਕਿ ਨਹੀਂ ਉਹ 6 ਮਹੀਨੇ ਤੱਕ ਰਹਿ ਸਕਦੇ ਨੇ, ਇਹਦੇ ਵਿੱਚ ਕੀ ਡਿਫਰੈਂਸ ਹੈ? ਭੈਣ ਜੀ, ਜਦੋਂ ਪੇਰੈਂਟਸ ਪੋਰਟ ਆਫ ਐਂਟਰੀ 'ਤੇ ਲੈਂਡ ਕਰਦੇ ਨੇ, ਏਅਰਪੋਰਟ 'ਤੇ ਲੈਂਡ ਕੀਤੇ ਜਾਂ ਕਿਸੇ ਬਾਰਡਰ 'ਤੇ ਆਏ, ਉੱਥੇ ਉਹਨਾਂ ਨੇ ਆਪਣੇ ਡਾਕੂਮੈਂਟੇਸ਼ਨ ਆਪਣੇ ਪਾਸਪੋਰਟ ਪ੍ਰੈਜੈਂਟ ਕਰਨਾ ਹੁੰਦਾ ਆਫਿਸਰ ਨੂੰ, ਐਂਡ ਆਫਿਸਰ ਨੂੰ ਪਾਸਪੋਰਟ ਦੇ ਨਾਲ ਨਾਲ ਇੰਸ਼ੋਰੈਂਸ ਦੀ ਕਾਪੀ ਵੀ ਤੁਹਾਡੇ ਹੱਥ ਦੇ ਵਿੱਚ ਹੋਣੀ ਚਾਹੀਦੀ ਕਿ ਤੁਹਾਡੇ ਕੋਲ 1 ਮਿਲੀਅਨ ਤੋਂ ਜ਼ਿਆਦਾ ਦੀ ਕਵਰੇਜ ਹੈਗੀ ਹੈ ਕੈਨੇਡਾ ਦੇ ਵਿੱਚ ਫੋਰ ਅ ਪੀਰੀਅਡ ਆਫ ਐਟਲੀਸਟ 1 ਈਅਰ। ਜਦੋਂ ਤੁਸੀਂ ਇੰਸ਼ੋਰੈਂਸ ਦਾ ਡਾਕੂਮੈਂਟ ਪ੍ਰੈਜੈਂਟ ਕਰਦੇ ਹੋ ਨਾਲ, ਤਾਂ ਆਫਿਸਰਸ ਤੁਹਾਨੂੰ 2 ਸਾਲ ਦਾ ਵੀਜ਼ਾ ਗ੍ਰੈਂਟ ਕਰਦਾ ਹੈਗਾ, ਐਂਟਰੀ ਗ੍ਰੈਂਟ ਕਰਦਾ ਹੈਗਾ। ਬਟ ਜਦੋਂ ਤੁਸੀਂ ਇੰਸ਼ੋਰੈਂਸ ਦਾ ਡਾਕੂਮੈਂਟ ਨਹੀਂ ਗ੍ਰੈਂਟ, ਈਵਨ ਤੁਹਾਡੇ ਕੋਲ ਸੁਪਰ ਵੀਜ਼ਾ ਲੱਗਾ ਹੋਵੇ ਤਾਂ ਤੁਸੀਂ ਇੰਸ਼ੋਰੈਂਸ ਦਾ ਡਾਕੂਮੈਂਟ ਪ੍ਰੋਵਾਈਡ ਨਹੀਂ ਕੀਤਾ, ਤਾਂ ਤੁਹਾਡਾ ਜਿਹੜਾ ਵੀਜ਼ਾ ਲੱਗੇਗਾ, ਤੁਹਾਡਾ ਐਂਟਰੀ ਲੱਗੇਗੀ, ਉਹ 6 ਮਹੀਨੇ ਦੀ ਲੱਗੇਗੀ। ਸੋ ਇਸੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਜਦੋਂ ਵੀ ਤੁਹਾਡੇ ਪੇਰੈਂਟਸ ਟਰੈਵਲ ਕਰ ਰਹੇ ਨੇ, ਇਕੱਲੇ ਟਰੈਵਲ ਕਰ ਰਹੇ ਨੇ, ਤਾਂ ਉਹਨਾਂ ਨੂੰ ਪਹਿਲੇ ਹੀ ਦੱਸੋ ਕਿ ਮੰਮੀ ਤੁਸੀਂ ਜਾਂ ਡੈਡੀ ਤੁਸੀਂ ਨਾਲ ਇੰਸ਼ੋਰੈਂਸ ਦਾ ਡਾਕੂਮੈਂਟ ਵੀ ਐਟ ਦਾ ਪੋਰਟ ਆਫ ਐਂਟਰੀ ਪ੍ਰੈਜੈਂਟ ਕਰਨਾ ਆਫਿਸਰ ਨੂੰ। ਜੇ ਨਹੀਂ ਕਰੋਗੇ ਤਾਂ ਉਹ ਤੁਹਾਡੇ ਵਾਸਤੇ ਫਿਰ ਤੁਹਾਨੂੰ 6 ਮਹੀਨੇ ਬਾਅਦ ਖੱਜਲ ਖਰਾਬੀ ਹੋਏਗੀ, ਐਕਸਟੈਂਸ਼ਨ ਅਪਲਾਈ ਕਰਨੀ ਪਏਗੀ। ਈਵਨ 2 ਸਾਲ ਤੁਹਾਡੇ ਪੇਰੈਂਟਸ ਆਏ ਹੋਏ ਆ, 2 ਸਾਲ ਹੋ ਗਏ ਕੈਨੇਡਾ ਦੇ ਵਿੱਚ ਰਹਿੰਦੇ ਆ, ਇੱਥੇ ਰਹਿੰਦੇ ਹੋ ਵੀ ਐਕਸਟੈਂਸ਼ਨ ਕੀਤੀ ਜਾ ਸਕਦੀ ਹੈਗੀ ਹੈ। ਸੋ ਇੱਥੇ ਰਹਿੰਦੇ ਹੋ 2 ਸਾਲ ਦੀ ਦੁਬਾਰਾ ਐਕਸਟੈਂਸ਼ਨ ਵੀ ਮਿਲ ਸਕਦੀਆਂ ਹੈਗੀਆਂ। ਸੋ ਕੋਈ ਵੀ ਤੁਸੀਂ ਸੁਪਰ ਵੀਜ਼ਾ ਬਾਰੇ, ਵਿਜ਼ਿਟ ਵੀਜ਼ਾ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਇੱਕ ਵਾਰੀ RDMD ਨਾਲ ਜ਼ਰੂਰ ਆ ਕੇ ਕੰਟੈਕਟ ਕਰ ਸਕਦੇ ਹੋ। ਐਂਡ ਭੈਣ ਜੀ, ਵੈਸੇ ਵੀ ਸਾਡਾ ਪ੍ਰੋਵਨ ਟਰੈਕ ਰੈਕਰਡ ਹੈਗਾ ਵਿਜ਼ਿਟ ਵੀਜ਼ਾਸ ਦੇ ਵਿੱਚ, ਐਂਡ ਅਸੀਂ 2009 ਦੇ ਵਿੱਚ ਪਹਿਲੀ ਵਾਰੀ ਰਿਫਿਊਜ਼ ਕੇਸਿਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਜਦੋਂ ਕਿਹਾ ਜਾ ਰਿਹਾ ਸੀ ਕਿ ਚੰਡੀਗੜ੍ਹੋਂ ਨਵੀਂ ਦਿੱਲੀ ਤੋਂ ਵੀਜ਼ਾ ਗ੍ਰੈਂਟ ਨਹੀਂ ਹੋ ਰਹੇ। ਇੱਕ ਚੀਜ਼
ਵੀਜ਼ਾ ਦੇਣ ਵਾਸਤੇ ਬੈਠਾ ਹੈਗਾ, ਬਟ ਨਾਲ ਦੀ ਨਾਲ ਉਹ ਆਪਣਾ ਡਿਊ ਡਿਲੀਜੈਂਸ ਵੀ ਜ਼ਰੂਰ ਕਰਦੇ ਨੇ, ਉਹ ਦੇਖਣਾ ਚਾਹੁੰਦੇ ਨੇ ਜੋ ਰਿਕੁਆਇਰਮੈਂਟਸ ਹੈਗੀਆਂ ਉਹ ਐਪਲੀਕੈਂਟ ਮੀਟ ਵੀ ਕਰ ਰਿਹਾ ਜਾਂ ਨਹੀਂ ਕਰ ਰਿਹਾ। ਐਂਡ ਜੇ ਉਹ ਐਪਲੀਕੈਂਟ ਦੀ ਫਾਈਲ ਦੇ ਉੱਤੇ ਉਹ ਡਾਕੂਮੈਂਟੇਸ਼ਨ ਦੀ ਇਨਫੋਰਮੇਸ਼ਨ ਦੀ ਘਾਟ ਹੋਏਗੀ ਤੇ ਆਫੀਸਰ ਵੀਜ਼ਾ ਨਹੀਂ ਦੇ ਪਾਏਗਾ, ਬਿਕੋਜ਼ ਉਹਨੇ ਆਪਣੀ ਜੋਬ ਨੂੰ ਵੀ ਜਸਟੀਫਾਈ ਕਰਨਾ ਹੈਗਾ ਤੇ ਇਹ ਸਾਨੂੰ ਅੰਡਰਸਟੈਂਡ ਕਰਨਾ ਪਏਗਾ। ਸੋ ਜਦੋਂ ਅਸੀਂ ਤੁਸੀਂ ਪ੍ਰੋਫੈਸ਼ਨਲ ਦੇ ਕੋਲ ਆਉਂਦੇ ਹੋ, ਕੰਸਲਟੈਂਟ ਦੇ ਕੋਲ ਆਉਂਦੇ ਹੋ, ਅਸੀਂ ਇਹੋ ਜਿਹੀ ਸਾਰੀ ਚੀਜ਼ਾਂ ਦਾ ਖਿਆਲ ਰੱਖਦੇ ਹੈਗੇ ਹਾਂ। ਐਂਡ ਆਫੀਸਰਸ ਦੇਖਣਾ ਕੀ ਬੇਸਿਕ ਇਨਫੋਰਮੇਸ਼ਨ ਚਾਹੁੰਦਾ, ਉਹ ਦੇਖਣਾ ਚਾਹੁੰਦਾ ਐਜ਼ ਅ ਹੋਸਟ ਤੁਸੀਂ ਕਿੰਨੇ ਇਸਟੈਬਲਿਸ਼ਡ ਹੈਗੇ ਹੋ, ਜਿਹੜੇ ਬੁਲਾਉਣ ਜਾ ਰਹੇ ਨੇ ਉਹ ਆਪਣੇ ਕਿਹਨੂੰ ਬੁਲਾ ਰਹੇ ਨੇ, ਤੁਹਾਡਾ ਰਿਲੇਸ਼ਨਸ਼ਿਪ ਕੀ ਹੈਗਾ, ਤੁਹਾਡੇ ਦੋਸਤ ਹੈਗੇ ਨੇ, ਤੁਹਾਡੇ ਭਾਈ ਭੈਣ ਹੈਗੇ ਨੇ, ਤੁਹਾਡੇ ਮੰਮੀ ਡੈਡੀ ਹੈਗੇ ਨੇ। ਬਹੁਤ ਸਾਰੇ ਸਾਡੇ ਦੋਸਤ ਇਹੋ ਜਿਹੇ ਹੈਗੇ ਨੇ ਜਿਹੜੇ ਸੈਲਫ ਇੰਪਲੋਇਡ ਹੈਗੇ ਨੇ, ਇਨਕਮ ਬਹੁਤ ਵਧੀਆ ਹੈਗੀ ਹੈ, ਬਟ ਟੈਕਸ ਪਰਪਸ ਇਸ ਵਾਸਤੇ ਅਸੀਂ ਖਰਚੇ ਪਾ ਦਿੰਦੇ ਹਾਂ ਤੇ ਉਹ ਲਾਈਕੋ ਸੁਪਰ ਵੀਜ਼ਾ ਵਾਸਤੇ ਕਈ ਵਾਰੀ ਮਿਨੀ ਮੀਟ ਕਰਦੇ ਤੇ ਤਾਂ ਵੀ ਤੁਸੀਂ 10-10 ਸਾਲ ਦੇ ਵਿਜ਼ਿਟ ਵੀਜ਼ਾ ਗ੍ਰੈਂਡ ਕੀਤੇ ਜਾ ਰਹੇ ਨੇ ਉਹਦਾ ਫਾਇਦਾ ਚੱਕ ਸਕਦੇ ਹੈਗੇ ਹੋ। ਨਾਲ ਦੀ ਨਾਲ ਆਫੀਸਰ ਦੇਖਣਾ ਚਾਹੁੰਦਾ ਤੁਹਾਡੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਹੈਗੇ ਨੇ ਹੋਸਟ ਦੇ ਜਿਹੜੇ ਇੱਥੋਂ ਇਨਵਾਈਟ ਕਰਨ ਜਾ ਰਹੇ ਨੇ। ਫਾਈਨੈਂਸ਼ੀਅਲ ਰਿਸੋਰਸਿਸ ਦਾ ਮਤਲਬ ਹੈਗਾ ਕਿ ਜੇ ਤੁਸੀਂ ਜਿਹਨਾਂ ਨੂੰ ਬੁਲਾਉਣ ਜਾ ਰਹੇ ਹੋ ਉਹਨਾਂ ਦੀ ਬੋਰਡਿੰਗ, ਲੋਜਿੰਗ, ਜੇ ਮੈਡੀਕਲ ਨੀਡ ਦੀ ਲੋੜ ਪੈਂਦੀ ਹੈ ਤੁਸੀਂ ਉਹਨਾਂ ਨੂੰ ਲੁੱਕ ਆਫਟਰ ਕਰ ਸਕਦੇ ਹੋ ਜਾਂ ਨਹੀਂ ਕਰਦੇ, ਤੁਹਾਡਾ ਫਾਈਨੈਂਸ਼ੀਅਲ ਸਟੈਂਡਿੰਗਸ ਕਿਸ ਤਰ੍ਹਾਂ ਦੀਆਂ ਹੈਗੀਆਂ। ਐਂਡ ਸਭ ਤੋਂ ਇੰਪੋਰਟੈਂਟ ਉਹ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਇੰਡੀਆ ਤੋਂ ਆ ਰਹੇ ਨੇ ਜਾਂ ਕਿਸੇ ਹੋਰ ਮੁਲਕ ਤੋਂ ਆ ਰਹੇ ਨੇ ਆਪਣੇ ਮੁਲਕ ਦੇ ਵਿੱਚ ਕਿੰਨੇ ਇਸਟੈਬਲਿਸ਼ਡ ਹੈਗੇ ਨੇ, ਕਿਹੜੀਆਂ ਟਾਈਜ਼ ਉਹਨਾਂ ਦੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਪਸ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਖਿੱਚਣਗੀਆਂ, ਉਹਨਾਂ ਦੇ ਨਾਮ 'ਤੇ ਕਿੰਨੀ ਕੁ ਜ਼ਮੀਨ ਬੋਲਦੀ ਹੈ, ਕਿੰਨੇ ਘਰ ਹੈਗੇ ਨੇ, ਕਿੰਨੀ ਪ੍ਰੋਪਰਟੀਜ਼ ਹੈਗੀਆਂ, ਉਹਨਾਂ ਦੀ ਫਾਈਨੈਂਸ਼ੀਅਲ ਸਟੈਂਡਿੰਗਸ ਕਿਸ ਤਰ੍ਹਾਂ ਦੀਆਂ, ਉਹਨਾਂ ਦੇ ਨਾਮ 'ਤੇ ਐਫ ਡੀਜ਼ ਵਗੈਰਾ ਕਿਸ ਤਰ੍ਹਾਂ ਦੀਆਂ ਹੈਗੀਆਂ। ਸੋ ਸਟੇਟਮੈਂਟ ਤੁਹਾਡੀ ਪੂਰੀ ਚਾਹੀਦੀ ਹੁੰਦੀ ਹੈ ਇਹਦੇ ਵਿੱਚ। ਐਂਡ ਤੁਹਾਡੀ ਪ੍ਰੋਪਰਟੀ ਦੀ ਵੈਲੂਏਸ਼ਨ ਅਸੀਂ ਜ਼ਰੂਰ ਰਿਕਮੈਂਡ ਕਰਦੇ ਹਾਂ ਕਿ ਤੁਹਾਡੀ ਹੋਣੀ ਚਾਹੀਦੀਆਂ ਹੈਗੀਆਂ। ਨਾਲ ਦੀ ਨਾਲ ਜੇ ਤੁਸੀਂ ਜੋਬ ਕਰਦੇ ਪਏ ਹੋ ਜਾਂ ਅਤੇ ਉਹਦੇ ਤੋਂ ਛੁੱਟੀਆਂ ਲਿੱਤੀਆਂ ਜਾਂ ਨਹੀਂ ਲਿੱਤੀਆਂ, ਉਹ ਲੈਟਰ ਤੁਹਾਡੀ ਹੋਣੀ ਚਾਹੀਦੀ ਨਾਲ ਜੀ। ਜੇ ਆਪਣਾ ਬਿਜ਼ਨਸ ਕਰਦੇ ਹੋ ਉਹਦੀ ਡਿਟੇਲਸ ਹੋਣੀਆਂ ਚਾਹੀਦੀਆਂ ਹੈਗੀਆਂ। ਸੋ ਆਹ ਸਾਰੀਆਂ ਚੀਜ਼ਾਂ ਦੋ ਜੋ ਤੁਸੀਂ ਪ੍ਰੋਵਾਈਡ ਕਰਦੇ ਹੋ, ਨੋਰਮਲੀ ਆਫੀਸਰਸ ਇਹ ਸਾਰੀਆਂ ਚੀਜ਼ਾਂ ਦੇਖਣਾ ਚਾਹੁੰਦਾ ਆ, ਤੁਹਾਡੇ ਫਾਈਨੈਂਸ਼ੀਅਲ ਰਿਸੋਰਸਿਸ ਦੇਖਣਾ ਚਾਹੁੰਦਾ। ਜੇ ਹੋਸਟ ਪੈਸਾ ਨਹੀਂ ਸਪੈਂਡ ਕਰਦਾ, ਤੁਹਾਡੇ ਕੋਲ ਸਫੀਸ਼ੀਐਂਟ ਮਨੀ ਹੈਗਾ ਇਸ ਜਰਨੀ ਨੂੰ ਅੰਡਰਟੇਕ ਕਰਨ ਵਾਸਤੇ, ਸੋ ਆਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪ੍ਰੋਵਾਈਡ ਕਰਦੇ ਹੋ, ਆਫੀਸਰਸ ਨੋਰਮਲੀ ਵੀਜ਼ਾ ਜ਼ਰੂਰ ਗ੍ਰੈਂਟ ਕਰਦੇ ਨੇ। ਇਸ ਸਾਲ 1.5 ਮਿਲੀਅਨ ਤੋਂ ਜ਼ਿਆਦਾ ਵਿਜ਼ਿਟ ਵੀਜ਼ਾ ਗ੍ਰੈਂਟ ਕੀਤੇ ਜਾ ਚੁੱਕੇ ਨੇ 2017 ਦੇ ਵਿੱਚ। ਸੋ ਇੰਨੇ ਜ਼ਿਆਦਾ ਨੰਬਰਸ ਹੈਗੇ ਨੇ। ਸੋ ਜਿਹੜੇ ਵੀ ਭਾਈ ਭੈਣ, ਐਂਡ ਇਸ ਸਾਲ ਤਾਂ ਦਿਲ ਖੋਲ੍ਹ ਕੇ ਵੀਜ਼ਾ ਲੱਗ ਰਹੇ ਨੇ, ਸੋ ਜਿਹੜੇ ਵੀ ਦੋਸਤ ਆਪਣੇ ਮੰਮੀ ਡੈਡੀ ਨੂੰ, ਆਪਣੇ ਭਾਈ ਭੈਣ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਾਂ ਦਿਖਾਉਣਾ ਚਾਹੁੰਦੇ ਨੇ ਕਿ ਤੁਸੀਂ ਕੀ ਕੈਨੇਡਾ ਦੇ ਵਿੱਚ ਮੱਲਾਂ ਮਾਰੀਆਂ, ਉਹ ਸ਼ੇਅਰ ਕਰਨਾ ਚਾਹੁੰਦੇ ਹੈਗੇ ਹੋ, ਐਂਡ ਕ੍ਰਿਸਮਿਸ ਦਾ ਟਾਈਮ ਆ ਰਿਹਾ, ਨਵਾਂ ਸਾਲ ਦਾ ਟਾਈਮ ਆ ਰਿਹਾ, ਤੁਸੀਂ ਚਾਹੁੰਦੇ ਹੋ ਕਿ ਉਹ ਫੈਮਿਲੀ ਤੁਹਾਡੇ ਨਾਲ ਇੱਥੇ ਬੈਠੀ ਹੋਵੇ, ਅਤੇ ਉਹਦੇ ਵਾਸਤੇ ਤੁਸੀਂ ਸਾਨੂੰ ਹੁਣੇ ਹੀ ਸੰਪਰਕ ਕਰ ਸਕਦੇ ਹੋ। ਐਂਡ ICC ਦੇ ਉੱਤੇ ਭੈਣ ਜੀ, ਅਸੀਂ 2009 ਤੋਂ ਲੈ ਕੇ ਹਾਲੇ ਤੱਕ ਓਵਰ 7500 ਰਿਫਿਊਜ਼ਡ ਕੇਸਿਸ ਦੇ ਵਿੱਚ ਸਕਸੈਸਫੁਲੀ ਵੀਜ਼ਾ ਲਿੱਤਾ, ਐਂਡ ਕੁਛ ਇੱਕ ਰਿਫਿਊਜ਼ਲ 8-10 ਵਾਰ ਦੇ ਵੀ ਸੀਗੇ। ਸੋ ਆਹ ਸਾਡਾ ਪ੍ਰੋਵਨ ਟਰੈਕ ਰਿਕਾਰਡ ਹੈਗਾ, ਜਦੋਂ ਅਸੀਂ ਔਨ ਏਅਰ ਆ ਕੇ ਆ ਗੱਲ ਕਰਦੇ ਹਾਂ, ਦੈਟ ਮੀਨਸ ਵੀ ਹੈਵ ਅ ਪ੍ਰੋਵਨ ਟਰੈਕ ਰਿਕਾਰਡ। ਅਸੀਂ ਵੀਜ਼ਾ ਆਫੀਸਰ ਨਹੀਂ ਹੈਗੇ, ਬਟ ਵੀ ਨੋ ਹਾਊ ਟੂ ਐਡਰੈਸ ਦ ਕੰਸਰਨਸ ਆਫੀਸਰ ਹੈਜ਼। ਸੋ ਕੋਈ ਵੀ ਦੋਸਤ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਸਾਡਾ ਨੰਬਰ ਹੈਗਾ ਜੀ 905-4614-24, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ ਇਨਫੋ ਤੇ info@icc-immigration.ca। ਈਵਨ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਨਹੀਂ ਹੈਗਾ ਤਾਂ ਵੀ ਤੁਸੀਂ ਘੁੰਮਣ ਆਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਆ ਸਕਦੇ ਹੋ ਜੀ। ਜੀ ਬਿਲਕੁਲ। ਅਜੇ ਹੋਰ ਵੀ ਇਮੀਗ੍ਰੇਸ਼ਨ ਮੈਟਰਸ ਦੇ ਉੱਪਰ ਜਿਹੜੇ ਅਸੀਂ ਕੁਐਸਚਨ ਕਰਾਂਗੇ ਮਨੂ ਦੱਤਾ ਜੀ ਤੋਂ, ਅਤੇ ਹੋਰ ਵੀ ਇਨਫੋਰਮੇਸ਼ਨ ਜਿਹੜੀ ਇਹਨਾਂ ਤੋਂ ਲਵਾਂਗੇ, ਬਟ ਉਸ ਤੋਂ ਪਹਿਲਾਂ ਜਿਹੜਾ ਟਾਈਮ ਹੋ ਗਿਆ ਇੱਕ ਬ੍ਰੇਕ ਦਾ, ਅਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਓਨਟਾਰੀਓ ਹਰਬਲ ਸੈਂਟਰ, ਇਹ ਪਿਛਲੇ 30 ਸਾਲਾਂ ਤੋਂ ਲੋਕਾਂ ਦਾ ਇਲਾਜ ਆਯੁਰਵੈਦਿਕ ਦੇ ਰਾਹੀਂ ਕਰ ਰਹੇ ਨੇ। ਆਯੁਰਵੈਦਾ ਨਾਲ ਕਿਸੇ ਵੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਇੱਥੇ ਸਾਰੇ ਇਲਾਜ ਕੁਆਲੀਫਾਈਡ ਆਯੁਰਵੈਦਿਕ ਸਪੈਸ਼ਲਿਸਟ ਦੇ ਰਾਹੀਂ ਕੀਤਾ ਜਾਂਦਾ ਹੈ। ਵੇਟ ਲਾਸ, ਬਲੱਡ ਪ੍ਰੈਸ਼ਰ, ਹੇਅਰ ਲਾਸ, ਸਕਿਨ ਡਿਜ਼ੀਜ਼, ਕਿਡਨੀ ਸਟੋਨਸ, ਅਰਥਰਾਈਟਿਸ, ਇਮਿਊਨ ਸਿਸਟਮ, ਡਾਇਬੀਟੀਜ਼, ਕੋਲੇਸਟ੍ਰੋਲ, ਸਟ੍ਰੈਸ, ਮਾਈਗ੍ਰੇਨ ਜਾਂ ਕਿਸੇ ਵੀ ਤਰੀਕੇ ਦੀ ਮਸਲ ਸਪੇਨ ਦਾ ਇੱਥੇ ਇਲਾਜ ਹੋ ਸਕਦਾ ਹੈ। ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਥੇ ਸਿਰੋਧਾਰਾ, ਪੰਚਕਰਮਾ ਜਾਂ ਆਯੁਰਵੈਦਿਕ ਮਸਾਜ ਜਾਂ ਹੋਰ ਵੀ ਕੋਈ ਸਕਿਨ ਦੀ ਤੁਹਾਡੀ ਪ੍ਰੋਬਲਮ ਹੈ ਉਹ ਇੱਥੇ ਫੇਸ਼ੀਅਲ ਥਰੂ ਵੀ ਕਰਵਾ ਸਕਦੇ ਹੋ। ਓਨਟਾਰੀਓ ਹਰਬਲ ਸੈਂਟਰ, ਯੂਨਿਟ 102-7160 ਏਅਰਪੋਰਟ ਰੋਡ, ਮਾਲਟਨ, 6478787196।
ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅਗਰ ਕਿਸੇ ਵੀ ਬਿਮਾਰੀ ਦਾ ਇਲਾਜ ਲੱਭ ਰਹੇ ਹੋ ਤੇ ਬਿਨਾਂ ਸਾਈਡ ਇਫੈਕਟਸ ਦੇ ਜਿਵੇਂ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਅਲਸਰ ਪੱਥਰੀ ਸਟ੍ਰੈਸ ਮੋਟਾਪਾ ਸ਼ੂਗਰ ਕੈਂਸਰ ਨੀਂਦ ਡਰ ਦਿਲ ਦੇ ਰੋਗ ਦਾ ਇੱਕ ਹੀ ਪੁਰਾਣਾ ਨਾਮ ਪੌਲ ਐਂਡ ਪੌਲ ਹਰਬਲ ਪ੍ਰੋਡਕਟਸ ਯਾਦ ਰੱਖੋ ਹਰ ਇਲਾਜ ਦੁਨੀਆ ਭਰ ਤੋਂ ਹਰਬ ਨਾਲ ਸੰਭਵ ਹੈ ਗੋਲੀਆਂ ਲੱਗਣ ਤੋਂ ਪਹਿਲਾਂ ਇੱਕ ਵਾਰੀ ਸਲਾਹ ਮਸ਼ਵਰਾ ਜ਼ਰੂਰ ਕਰੋ ਪੌਲ ਐਂਡ ਪੌਲ ਹਰਬਲ ਪ੍ਰੋਡਕਟਸ ਲੈਣ ਵਾਸਤੇ 905-405-1515 Paul and Paul Herbal Products. मुझे फैमिली स्पॉन्सर करना किसी अच्छे से इमिग्रेशन कंपनी का नंबर बोलो जे आईसीसी इमिग्रेशन MD RD नु मिलो तोनु सही सलाह दे के तोड़ा केस बहुत जल्दी फाइल कर देंगे MD या RD ओ आईसी आईसी नहीं आईसीसी ओके एड्रेस बोलो 1137 डेरी रोड ईस्ट मिसिसागा टेलीफोन 905-401-8-24-24 ओ आईसी फिर आईसी आईसीसी बोलो आईसीसी इमिग्रेशन 905-461-2424 हाँ एकदम बढ़ती गल आई ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਮੇਰੇ ਨਾਲ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਬਹੁਤ ਸਾਰੀ ਜੀ ਡਿਟੇਲ ਇਨਫੋਰਮੇਸ਼ਨ ਅੱਜ ਇਮੀਗ੍ਰੇਸ਼ਨ ਉੱਪਰ ਦੇ ਰਹੇ ਨੇ ਸਾਡੇ ਵਿਊਅਰਸ ਨੂੰ ਔਰ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਉਹਨਾਂ ਨੂੰ ਜਾਣਕਾਰੀ ਚਾਹੀਦੀ ਹੋਵੇ ਹੈਲਪ ਚਾਹੀਦੀ ਹੋਵੇ ਤਾਂ ਉਹ ਕਿਸੇ ਵੀ ਟਾਈਮ ਇਹਨਾਂ ਦੇ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਨੇ ਅਪੁਆਇੰਟਮੈਂਟ ਬਣਾ ਸਕਦੇ ਨੇ ਔਰ ਸਕਰੀਨ ਤੇ ਮਨੂ ਦੱਤਾ ਜੀ ਦਾ ਤੁਸੀਂ ਨੰਬਰ ਦੇਖ ਸਕਦੇ ਹੋ ਤੁਸੀਂ ਇਸ ਨੰਬਰ ਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹ ਲਾਈਵ ਪ੍ਰੋਗਰਾਮ ਹੈ ਸਾਡੇ ਦਰਸ਼ਕਾਂ ਦਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਨਾਲ ਦੀ ਨਾਲ ਹਮਦਰਦ ਮੀਡੀਆ ਗਰੁੱਪ ਦੇ ਫੇਸਬੁੱਕ ਪੇਜ ਤੇ ਇਹ ਪ੍ਰੋਗਰਾਮ ਲਾਈਵ ਹੋ ਰਿਹਾ ਤੁਸੀਂ ਉਸ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਤੇ ਅਸੀਂ ਇਮੀਗ੍ਰੇਸ਼ਨ ਮੈਟਰਸ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਤੇ ਹੁਣ ਮੈਨੂੰ ਲੱਗਦਾ ਜਿਹੜੀ ਬਹੁਤ ਇੰਪੋਰਟੈਂਟ ਇੱਕ ਕੈਟੇਗਰੀ ਹੈ ਜੀ ਸਟੂਡੈਂਟਸ ਜੀ ਮੈਨੂੰ ਲੱਗਦਾ ਉਸ ਉੱਪਰ ਵੀ ਕੁਝ ਗੱਲਬਾਤ ਹੋ ਜਾਣੀ ਚਾਹੀਦੀ ਹੈ ਬਹੁਤ ਸਾਰੇ ਸਟੂਡੈਂਟਸ ਆ ਰਹੇ ਨੇ ਕਈ ਤਿਆਰੀ ਕਰ ਰਹੇ ਨੇ ਬਟ ਕਈਆਂ ਦਾ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਨਾ ਤੇ ਆਪਾਂ ਅੱਜ ਉਸ ਬੇਸ ਤੇ ਗੱਲ ਕਰਦੇ ਹਾਂ ਕਿ ਜਿਹੜੇ ਸਟੂਡੈਂਟਸ ਇੱਥੇ ਆਉਣ ਤੋਂ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗਿਆ ਉਹਨਾਂ ਦੇ ਲਈ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਮੁਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਕੈਨੇਡਾ ਦੇ ਵਿੱਚ ਬਹੁਤ ਵੈਲਕਮ ਹੈਗੇ ਨੇ ਐਂਡ ਜਿਹੜੇ ਨੰਬਰਸ ਹੈਗੇ ਨੇ ਉਹ ਵੀ ਓਵਰ 400,000 ਸਟੂਡੈਂਟਸ ਹਰ ਸਾਲ ਕੈਨੇਡਾ ਹੁਣ ਲੈਂਡ ਕਰ ਰਿਹਾ ਹੈਗਾ ਇਸ ਸਾਲ ਦੀ ਗੱਲ ਕਰੀਏ ਅਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਦਾ ਤਾਦਾਦ ਨੰਬਰ ਹੋਰ ਵਧਣ ਵਾਲੇ ਵੀ ਹੈਗੇ ਨੇ ਸੋ ਜੇ ਤੁਸੀਂ ਆਪਣੇ ਨੀਸ ਨੈਫਿਊ ਛੋਟੇ ਪਾਈਪੈਨ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਸਟੂਡੈਂਟ ਇੱਕ ਫਾਸਟੈਸਟ ਅਤੇ ਕੁਇਕੈਸਟ ਵੇ ਹੈਗਾ ਬਟ ਸਾਨੂੰ ਇੱਕ ਚੀਜ਼ ਹੋਰ ਖਿਆਲ ਕਰਨੀ ਪਏਗੀ ਕਿ ਕੈਨੇਡੀਅਨ ਇੰਸਟੀਟਿਊਟਸ ਦੀ ਕੁਛ ਇੱਕ ਰਿਕੁਆਇਰਮੈਂਟਸ ਹੈਗੀਆਂ ਤੁਹਾਡੇ ਪੁਆਇੰਟਸ ਤੁਹਾਡੇ ਜਿਹੜੇ ਮਾਰਕਸ ਹੈਗੇ ਨੇ ਉਹ ਇੱਕ ਸਰਟਨ ਲੈਵਲ ਦੇ ਹੋਣੇ ਚਾਹੀਦੇ ਨੇ ਨਾਲ ਦੀ ਨਾਲ ਤੁਹਾਡੇ ਕੋਲ ਆਈਲੈਟਸ ਦੇ ਇੱਕ ਸਰਟਨ ਲੈਵਲ ਦਾ ਸਕੋਰ ਹੋਣਾ ਚਾਹੀਦਾ ਹੈਗਾ ਐਂਡ ਜਨਵਰੀ ਤੋਂ ਆ ਕੇ ਉਹ ਵੀ ਚੇਂਜਸ ਹੋਰ ਆ ਰਹੀਆਂ ਹੈਗੀਆਂ ਕਿ ਹੁਣ ਅਸੀਂ ਕਹਾਂਗੇ ਕਿ ਜੇ ਗ੍ਰੈਜੂਏਸ਼ਨ ਤੋਂ ਬਾਅਦ ਆ ਰਹੇ ਹੋ ਤਾਂ 6.5 ਬੈਂਡਸ ਤਾਂ ਮਿਨੀਮਮ ਚਾਹੀਦੇ ਹੀ ਚਾਹੀਦੇ ਨੇ ਤੁਹਾਨੂੰ ਐਂਡ ਜੇ ਗ੍ਰੇਡ 12 ਤੋਂ ਬਾਅਦ ਆ ਰਹੇ ਹੋ ਤਾਂ ਮਿਨੀਮਮ 6 ਬੈਂਡਸ ਹੈਗੇ ਨੇ ਉਹ ਵੀ ਤੁਸੀਂ ਬੱਚੇ ਨੂੰ ਇਹ ਨਾ ਕਹੋ ਕਿ ਤੁਸੀਂ ਬਾਰਡਰ 'ਤੇ ਤੁਸੀਂ 6 ਹੀ ਚਾਹੀਦੇ ਨੇ ਬੱਚੇ ਨੂੰ ਤਿਆਰੀ ਕਹੋ ਕਿ ਬੱਚੇ ਤੁਸੀਂ 7 ਦੀ ਤਿਆਰੀ ਕਰੋ ਜਾਂ 8 ਦੀ ਤਿਆਰੀ ਕਰੋ ਐਂਡ ਜੇ 8 ਦੀ ਤਿਆਰੀ ਕਰੇਗਾ ਬੱਚਾ ਆਰਾਮ ਦੇ ਨਾਲ 7.5 ਲੈ ਲਏਗਾ ਸੋ ਬੱਚੇ ਨੂੰ ਅਸੀਂ ਪੁਸ਼ ਵੀ ਨਹੀਂ ਕਰਦੇ ਸੋ ਬੱਚੇ ਨੂੰ ਤਿਆਰੀ ਕਹੋ ਕਿ ਬੱਚੇ ਤੁਸੀਂ ਜੇ ਬੈਸਟ ਇੰਸਟੀਟਿਊਟਸ ਦੇ ਵਿੱਚ ਪੜ੍ਹਨ ਜਾਣਾ ਹੈਗਾ ਤੁਹਾਨੂੰ ਆਪਣੇ ਆਪ ਨੂੰ ਪ੍ਰਿਪੇਅਰ ਵੀ ਕਰਨਾ ਪਏਗਾ ਤੁਹਾਡੇ ਮਾਰਕਸ ਵੀ ਇੰਨੇ ਚਾਹੀਦੇ ਨੇ ਅੱਛੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਅੱਛੇ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਐਂਡ ਉੱਥੇ ਇੱਕ ਹੋਰ ਚੀਜ਼ ਚੱਲ ਰਹੀ ਹੈ ਭੈਣ ਜੀ ਕਿ ਅਸੀਂ 20 ਲੱਖ ਲਵਾਂਗੇ ਜਾਂ ਤੁਹਾਡੇ ਤੋਂ ਕੋਈ ਫੀਸ ਨਹੀਂ ਲਵਾਂਗੇ ਪਹਿਲੇ ਵੀਜ਼ਾ ਲੱਗਣ 'ਤੇ 20 ਲੱਖ ਲੈ ਲਵਾਂਗੇ ਇਹੋ ਜਿਹਾ ਕਿਹੜਾ 20 ਲੱਖ ਵਾਲਾ ਤੁਸੀਂ ਕੰਮ ਕਰਨ ਜਾ ਰਹੇ ਹੋ ਬਿਕੋਜ਼ ਤੁਸੀਂ ਤਾਂ ਏਜੰਟਾਂ ਤੋਂ ਵੀ ਮਾੜੇ ਹੋ ਗਏ ਐਂਡ ਜਿਹੜੇ ਵੀ ਬੱਚੇ ਤੁਸੀਂ ਉਹ ਦਿਖਾਉਣ ਵਾਸਤੇ ਤੁਹਾਨੂੰ ਜ਼ਰੂਰ ਸ਼ੋਅ ਕਰਦੇ ਨੇ ਕਿ ਤੁਸੀਂ ਸਿੰਗਲ ਸੈਂਟ ਨਹੀਂ ਦੇ ਰਹੇ ਵੀਜ਼ਾ ਲੱਗਣ ਦੇ ਵਿੱਚ ਬਟ ਅਲਟੀਮੇਟਲੀ ਤੁਸੀਂ ਦੇਖੋ ਕਿ ਤੁਹਾਨੂੰ ਫਟਕਾ ਕਿੰਨਾ ਮਾਰ ਰਹੇ ਨੇ ਐਂਡ ਦਿਸ ਇਜ਼ ਐਬਸੋਲੂਟਲੀ ਨੋਨਸੈਂਸ ਕਿ ਤੁਸੀਂ ਜੇ ਪੇ ਵੀ ਕਰ ਰਹੇ ਹੋ ਉਹ ਇਨਫੋਰਮੇਸ਼ਨ ਇੰਨੇ ਪੈਸੇ ਪੇ ਕਰ ਰਹੇ ਹੋ ਸਟੱਡੀ ਪਰਮਿਟ ਵਾਸਤੇ ਇੰਨੀ ਤਾਂ ਕਾਲਜ ਦੀ ਫੀਸ ਨਹੀਂ ਹੈਗੀ ਜਿੰਨੀ ਤੁਸੀਂ ਫੀਸ ਉਹਨੂੰ ਪੇ ਕਰ ਰਹੇ ਹੈਗੇ ਇਹੋ ਜਿਹੇ ਏਜੰਟਾਂ ਨੂੰ ਜੀ ਬਿਲਕੁਲ ਹਮੇਸ਼ਾ ਕਹਿੰਦੇ ਹਾਂ ਕਿ ਰੈਗੂਲੇਟਡ ਕੰਸਲਟੈਂਟਸ ਨੂੰ ਆ ਕੇ ਡਿਸਕਸ ਕਰੋ ਆ ਕੇ ਡੀਲ ਕਰੋ ਐਂਡ ਇਹਦੇ ਵਿੱਚ ਵੀ ਅੱਗੇ ਚੇਂਜਸ ਆਉਣ ਵਾਲੀਆਂ ਹੈਗੀਆਂ ਅੱਗੇ ਵਾਲੇ ਆ ਜਿਹੜੇ ਏਜੰਟ ਹੈਗੇ ਨੇ ਬਹੁਤ ਦੇਰ ਤੱਕ ਕੰਮ ਨਹੀਂ ਕਰ ਪਾਉਣਗੇ ਜੀ ਐਂਡ ਅਸੀਂ ICC ਇਮੀਗ੍ਰੇਸ਼ਨ ਦੇ ਅੱਜ ਦੀ ਤਰੀਕ ਦੇ ਵਿੱਚ ਮੇ ਸੈਸ਼ਨ ਦੀ ਐਡਮਿਸ਼ਨਸ ਕਰਵਾ ਰਹੇ ਹਾਂ ਮੇ ਆਫ 2018 ਦੀਆਂ ਜਨਵਰੀ ਤਾਂ ਪਹਿਲਾਂ ਹੀ ਫੁੱਲ ਹੋ ਚੁੱਕਾ ਸੀਗਾ ਐਂਡ
ਅੱਜ ਦੀ ਤਰੀਕ ਦੇ ਵਿੱਚ ਬੱਚੇ ਨੂੰ 6-8 ਮਹੀਨੇ ਤੁਹਾਨੂੰ ਪਹਿਲੇ ਪ੍ਰਿਪੇਅਰ ਕਰਨਾ ਪਏਗਾ ਐਂਡ ਉਸੇ ਤਰ੍ਹਾਂ ਉਹਦੇ ਸਾਰੇ ਪ੍ਰੋਸੈਸ ਦੇ ਉੱਤੇ ਕੰਮ ਵੀ ਕਰਨਾ ਪਏਗਾ ਐਂਡ ਕਾਫੀ ਸਾਰੇ ਬੱਚੇ ਤੁਸੀਂ ਰਿਫਿਊਜ਼ ਕੇਸਿਸ ਦੀ ਗੱਲ ਕਰੀਏ ਬਹੁਤ ਸਾਰੇ ਕੇਸ ਇਹੋ ਜਿਹੇ ਹੈਗੇ ਨੇ ਜਿਹੜੇ ਰਿਫਿਊਜ਼ ਹੋ ਜਾਂਦੇ ਨੇ ਐਂਡ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਹੁਣ ਕੀ ਨਾਓ ਵੀ ਹੈਵ ਨਥਿੰਗ ਰਿਫਿਊਜ਼ ਹੋ ਗਿਆ ਡਜ਼ ਨੋਟ ਮੀਨ ਕਿ ਦੁਬਾਰਾ ਐਪਲੀਕੇਸ਼ਨ ਨਹੀਂ ਲੱਗ ਸਕਦੀ ਦੈਟ ਮੀਨਸ ਕਿ ਕੁਛ ਕੰਸਰਨਸ ਹੈਗੇ ਨੇ ਜਿਹੜੇ ਐਡਰੈਸ ਕਰਨੇ ਬਾਕੀ ਹੈਗੇ ਨੇ ਐਂਡ ਉਹਦੇ ਵਾਸਤੇ ਹੀ ਅਸੀਂ ICC ਇਮੀਗ੍ਰੇਸ਼ਨ ਦੇ ਤੁਹਾਡੀ ਹੈਲਪ ਕਰਨ ਵਾਸਤੇ ਬੈਠੇ ਹੈਗੇ ਐਂਡ ਅਸੀਂ ਜਿਹੜੇ ਵੀ ਸਟੇਟਮੈਂਟ ਆਫ ਪਰਪਜ਼ ਬਣਾਉਂਦੇ ਹਾਂ ਅਸੀਂ ਦੀਜ਼ ਆਰ ਕੋਈ ਵੀ ਸਾਡੀ ਚੀਜ਼ ਜਨੈਰਿਕ ਨਹੀਂ ਹੁੰਦੀ ਕਿ ਸਾਰੇ ਬਲੈਂਕਟ ਨੂੰ ਅਸੀਂ ਸਾਰੇ ਉਹੀ ਚੀਜ਼ ਲਗਾਤੇ ਇਹ ਸਾਡੇ ਇਨਫੋਰਮੇਸ਼ਨ ਸਪੈਸੀਫਿਕ ਹੁੰਦਾ ਹੈ ਕਲਾਇੰਟ ਸਪੈਸੀਫਿਕ ਹੁੰਦਾ ਆ ਤੁਹਾਡੇ ਸਰਕਮਸਟਾਂਸ ਸਪੈਸੀਫਿਕ ਅਸੀਂ ਸਟੇਟਮੈਂਟ ਆਫ ਪਰਪਜ਼ ਬਣਦੀ ਹੈਗੀ ਕਿ ਤੁਸੀਂ ਆਉਣਾ ਕਿਉਂ ਚਾਹੁੰਦੇ ਹੋ ਕੈਨੇਡਾ ਵਾਟ ਇਜ਼ ਯੋਰ ਰੀਜ਼ਨ ਰੀਅਲ ਰੀਜ਼ਨ ਸੋ ਅਸੀਂ ਇੱਕ ਇੱਕ ਚੀਜ਼ ਨੂੰ ਐਡਰੈਸ ਕਰਦੇ ਹਾਂ ਐਂਡ ਜਿਹੜਾ ਸਾਡਾ ਸਟੂਡੈਂਟ ਡਿਪਾਰਟਮੈਂਟ ਵੀ ਹੈਗਾ ਉਹ ਥੋਰੋ ਪ੍ਰੋਫੈਸ਼ਨਲਸ ਹੈਗੇ ਨੇ ਜਿਹੜੇ 10-10 12-12 ਸਾਲ 15-15 ਸਾਲ ਦੇ ਐਕਸਪੀਰੀਅੰਸ ਲੈ ਕੇ ਬੈਠੇ ਹੋਏ ਨੇ ਕਲੈਕਟਿਵ ਐਕਸਪੀਰੀਅੰਸ ਸਾਡੇ ਆਫਿਸ ਦੇ ਵਿੱਚ ਸਟੂਡੈਂਟ ਵੀ ਇਹਦਾ 37 ਸਾਲ ਤੋਂ ਉੱਪਰ ਹੈਗਾ ਜੀ ਸੋ ਦੈਟ ਇਜ਼ ਦਾ ਕਾਇੰਡ ਆਫ ਐਕਸਪਰਟੀਜ਼ ਵੀ ਕਹਿ ਰਹੇ ਇਨ ਦਾ ਆਫਿਸ ਸੋ ਕਿਸੇ ਵੀ ਕਾਰਨ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੋਵੇ ਭਾਵੇਂ ਉਹ ਸਟੇਟਮੈਂਟ ਤੁਹਾਡੇ ਫਾਈਨੈਂਸ਼ੀਅਲ ਰਿਸੋਰਸਿਸ ਨੂੰ ਲੈ ਕੇ ਰਿਫਿਊਜ਼ ਕਰ ਦਿੱਤਾ ਆਫਿਸਰ ਨੇ ਆਫਿਸਰ ਨੇ ਤੁਹਾਡੇ ਟਾਈਜ਼ ਟੂ ਦਾ ਹੋਮ ਕੰਟਰੀ ਨੂੰ ਲੈ ਕੇ ਰਿਫਿਊਜ਼ ਕਰ ਦਿੱਤਾ ਵਾਪਸ ਜਾਣ ਦੇ ਰੀਜ਼ਨਸ ਨੂੰ ਲੈ ਕੇ ਰਿਫਿਊਜ਼ ਕਰ ਦਿੱਤਾ ਪ੍ਰਪੋਜ਼ ਸਟੱਡੀ ਨੂੰ ਲੈ ਕੇ ਕਿ ਕੋਰਸ ਤੁਹਾਡਾ ਰੈਲੇਵੈਂਟ ਨਹੀਂ ਹੈਗਾ ਉਹਨੂੰ ਲੈ ਕੇ ਰਿਫਿਊਜ਼ ਕਰ ਦਿੱਤਾ ਜਿਹੜਾ ਪਿਛਲੀ ਪੜ੍ਹਾਈ ਕੀਤੀ ਹੋਈ ਹੈ ਪ੍ਰੀਵੀਅਸ ਸਟੱਡੀ ਹੈਗੀ ਉਹਨੂੰ ਲੈ ਕੇ ਰਿਫਿਊਜ਼ ਕਰ ਦਿੱਤਾ ਐਵਰੀਥਿੰਗ ਕੈਨ ਬੀ ਐਡਰੈਸਡ ਐਂਡ ਅਸੀਂ ICC ਇਮੀਗ੍ਰੇਸ਼ਨ 'ਤੇ ਇਹਦੀ ਮਹਾਰਤ ਵੀ ਰੱਖਦੇ ਹਾਂ ਅਸੀਂ ਵੀਜ਼ਾ ਦੀ ਗਰੰਟੀ ਤਾਂ ਨਹੀਂ ਦਿੰਦੇ ਬਟ ਵੀ ਡੈਫੀਨੇਟਲੀ ਨੋ ਕਿ ਹਾਊ ਟੂ ਐਡਰੈਸ ਆਲ ਦ ਸੱਚ ਕੰਸਰਨਸ ਐਂਡ ਉਹਦੇ ਵਾਸਤੇ ਅਸੀਂ ਇੱਕ ਵਾਰੀ ਕਹਿੰਦੇ ਕਿ ਉਹ ਜਿਹੜਾ ਰਿਫਿਊਜ਼ਲ ਲੈਟਰ ਤੁਹਾਡਾ ਹੈਗਾ ਆ ਉਹ ਲੈ ਕੇ ਇੱਕ ਵਾਰੀ RDMD ਕੋਲ ICC ਇਮੀਗ੍ਰੇਸ਼ਨ 'ਤੇ ਆ ਕੇ ਜ਼ਰੂਰ ਡਿਸਕਸ ਕਰੋ ਐਂਡ ਵੀ ਵਿਲ ਹੈਲਪ ਯੂ ਇਨ ਐਡਰੈਸਿੰਗ ਆਲ ਸੱਚ ਕੰਸਰਨਸ ਐਂਡ ਜੇ ਈਵਨ ਹਾਲੇ ਵੀ ਤੁਸੀਂ ਜਨਵਰੀ ਵਾਸਤੇ ਫਾਈਲ ਲਗਾਈ ਸੀਗੀ ਐਂਡ ਉਹ ਕਿਸੇ ਵਾਲੇ ਵਜ੍ਹਾ ਨਾਲ ਟਰਨ ਡਾਊਨ ਹੋ ਗਈ ਰਿਫਿਊਜ਼ ਹੋ ਗਈ ਤੇ ਡੋਂਟ ਗੈਟ ਡਿਸਹਾਰਟਨਡ ਉਹ ਰਿਫਿਊਜ਼ਲ ਲੈਟਰ ਲੈ ਕੇ ਉਸੇ ਐਡਮਿਸ਼ਨ ਦੇ ਨਾਲ ਅਸੀਂ ਤੁਹਾਡੀ ਫਾਈਲ ਪ੍ਰੋਸੈਸ ਕਰਵਾ ਸਕਦੇ ਹਾਂ ਸੋ ਸਾਡਾ ਈਮੇਲ ਆਈਡੀ ਹੈਗਾ info@ICCimmigration.ca ਜਾਂ ਫਿਰ ਤੁਸੀਂ ਰੀਚ ਆਊਟ ਕਰ ਸਕਦੇ ਹੋ @905-461-2424 905-462-2424 ਇਸੇ ਤਰ੍ਹਾਂ ਬਹੁਤ ਸਾਰੇ ਬੱਚੇ ਸਾਡੇ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਏ ਨੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਹੋਏ ਨੇ ਹੁਣ ਉੱਥੇ ਉਹਨਾਂ ਨੇ ਐਕਸਪੀਰੀਅੰਸ ਵੀ ਨਹੀਂ ਲਿੱਤਾ ਬਟ ਕੰਟੀਨਿਊਸ ਐਜੂਕੇਸ਼ਨ ਚੱਲਦੀ ਪਈ ਹੈ ਐਂਡ ਉੱਥੇ ਉਹਨਾਂ ਨੂੰ ਰਸਤਾ ਵੀ ਨਹੀਂ ਨਜ਼ਰ ਆ ਰਿਹਾ ਬਿਕੋਜ਼ ਉੱਥੇ PR ਨਹੀਂ ਹੋ ਸਕਦੀ ਅੱਜ ਦੀ ਤਰੀਕ ਦੇ ਵਿੱਚ ਉਹ ਬੱਚੇ ਜੇ ਕੈਨੇਡਾ ਆ ਕੇ ਪੜ੍ਹਨਾ ਚਾਹੁੰਦੇ ਤੇ ਦੇ ਕੈਨ ਡੂ ਦੈਟ ਐਜ਼ ਵੈਲ ਸੋ ਉਹਦੇ ਵਾਸਤੇ ਵੀ ਜਾਣਕਾਰੀ ਵਾਸਤੇ ਸਾਨੂੰ ਈਮੇਲ ਕਰਨੀ ਪਏਗੀ ਜਾਂ 1-on-1 ਕਾਲ ਕਰਨੀ ਪਏਗੀ ਐਂਡ ਵੀ ਕੈਨ ਟਾਕ ਟੂ ਯੂ ਐਂਡ ਡਿਸਕਸ ਯੂਅਰ ਪਰਟੀਕੁਲਰ ਕੇਸ ਐਜ਼ ਵੈਲ ਜੀ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿ ਏਜੰਟਸ ਦੇ ਚੱਕਰ ਦੇ ਵਿੱਚ ਪੈ ਜਾਂਦੇ ਨੇ ਲੋਕ ਅਵੇਅਰਨੈਸ ਦੀ ਕਮੀ ਹੈ ਉਹਨਾਂ ਦੇ ਕੋਲ ਕਿ ਉਹਨਾਂ ਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲਦੀ ਜਾਂ ਪਤਾ ਨਹੀਂ ਚੱਲਦਾ ਕਿ ਕਿੱਥੋਂ ਜਿਹੜੀ ਉਹਨਾਂ ਨੂੰ ਸਹੀ ਜਾਣਕਾਰੀ ਉਹ ਮਿਲ ਸਕਦੀ ਹੋਵੇ ਤੇ ਹੁਣੇ ਹੁਣੇ ਜਿਹੜਾ ਉੱਥੇ ਇੱਕ ਹੋਰ ਜਿਹੜਾ ਮੁੱਦਾ ਚੱਲ ਰਿਹਾ ਕਿ ਜਿਹੜੇ ਛੋਟੇ ਬੱਚੇ ਨੇ ਉਹ ਵੀ ਇਹਨਾਂ ਕੰਟਰੀਜ਼ ਦੇ ਵਿੱਚ ਜਾ ਸਕਦੇ ਨੇ ਸਟੱਡੀ ਦੇ ਲਈ ਬਟ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਉਹ ਵੀ ਜਾ ਸਕਦੇ ਨੇ ਇਸ ਉੱਪਰ ਵੀ ਮੈਨੂੰ ਲੱਗਦਾ ਕਿ ਸਾਡੇ ਵਿਊਅਰਸ ਨੂੰ ਥੋੜੀ ਜਿਹੜੀ ਜਾਣਕਾਰੀ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਜਿਹੜਾ ਇਨਸਾਨ ਹੈ ਉਹ ਗੁੰਮਰਾਹ ਹੋਣ ਤੋਂ ਬਚ ਸਕੇ ਭੈਣ ਜੀ ਇਸ ਤੋਂ ਜਾਣ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਹੋਰ ਯਾਦ ਆ ਗਈ ਹੁਣੇ ਆਉਂਦਿਆਂ ਆਉਣ ਤੋਂ ਪਹਿਲਾਂ ਇੱਕ ਸਾਡੇ ਸਟੂਡੈਂਟ ਦਾ ਵੀਜ਼ਾ ਆਇਆ ਹੈਗਾ ਐਂਡ ਉਹ ਬੱਚੇ ਨਾਲ ਕਾਫੀ ਸਾਰੇ ਏਜੰਟ ਇੰਡੀਆ ਤੋਂ ਸੰਪਰਕ ਦੇ ਵਿੱਚ ਸੀਗੇ ਐਂਡ ਉਹਨੂੰ ਕਹਿ ਰਹੇ ਸੀਗੇ ਕਿ ਤੇਰਾ ਵੀਜ਼ਾ ਹੋ ਹੀ ਨਹੀਂ ਸਕਦਾ ਕਿਉਂਕਿ ਕੈਨੇਡੀਅਨ ਜਿਹੜੇ ਹੈਗੇ ਨੇ ਉਹ ਅਪਲਾਈ ਨਹੀਂ ਕਰ ਸਕਦੇ ਸੋ ਇਹੋ ਜਿਹੀ ਵੀ ਗੁੰਮਰਾਹ ਕੀਤੇ ਜਾ ਰਿਹਾ ਅਸੀਂ ਤਾਂ ਰੈਗੂਲੇਟਡ ਕੰਸਲਟੈਂਟਸ ਹੈਗੇ ਹਾਂ ਅਸੀਂ ਤਾਂ ਇੱਥੇ ਬੈਠੇ ਹੋਏ ਵੀ ਫਾਈਲ ਲਗਾ ਸਕਦੇ ਹੈਗੇ ਸੋ ਤੁਸੀਂ ਇਹੋ ਜਿਹੀ ਵੀ ਗਲਤ ਚੱਕਰਾਂ ਦੇ ਵਿੱਚ ਨਾ ਪਾਓ ਹੁਣ ਛੋਟੇ ਬੱਚਿਆਂ ਦੀ ਗੱਲ ਕਰੀਏ ਉੱਥੇ ਚੱਲ ਰਿਹਾ ਜੀ ਕਿ ਛੋਟੇ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵੀ ਵਾਪਸ ਚਲੇ ਜਾਣਗੇ ਐਬਸੋਲੂਟਲੀ ਛੋਟੇ ਬੱਚੇ ਆ ਕੇ ਇੱਥੇ ਪੜ੍ਹਾਈ ਕਰ ਸਕਦੇ ਨੇ ਜੇ ਤੁਹਾਡੇ ਬੱਚੇ ਗ੍ਰੇਡ 12 ਤੋਂ ਥੱਲੇ ਹੈਗੇ ਨੇ ਫਸਟ ਸੈਕਿੰਡ ਥਰਡ ਫੋਰਥ ਫਿਫਥ ਜਿਹੜੀ ਮਰਜ਼ੀ ਗ੍ਰੇਡ ਦੇ ਵਿੱਚ ਹੈਗੇ ਨੇ ਇੱਥੇ ਆ ਕੇ ਉਹ ਟੋਰੋਂਟੋ ਡਿਸਟ੍ਰਿਕਟ ਸਕੂਲ ਬੋਰਡ ਪੀਲ ਡਿਸਟ੍ਰਿਕਟ ਸਕੂਲ ਬੋਰਡ ਕਿਸੇ ਵੀ ਬੋਰਡ ਦੇ ਵਿੱਚ ਪੜ੍ਹਾਈ ਕਰ ਸਕਦੇ ਨੇ ਬਟ ਉਹ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਣਗੇ ਉਹਨਾਂ ਦੀ ਫੀਸ 12-13 ਹਜ਼ਾਰ ਦੇ ਵਿੱਚ ਸਾਲ ਦੀ ਹੋਏਗੀ ਐਂਡ ਇੱਥੇ ਆ ਕੇ ਉਹ ਪੜ੍ਹਾਈ ਕਰ ਸਕਣਗੇ ਬਟ ਉੱਥੇ ਕੀ ਇੱਥੇ ਇੱਕ ਹੋਰ ਰਿਕੁਆਇਰਮੈਂਟ ਹੈਗੀ ਜਦੋਂ ਵੀ 16 ਸਾਲ ਤੋਂ ਛੋਟਾ ਬੱਚਾ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਆਉਂਦਾ ਤਾਂ ਉਹਨੂੰ ਲੋਕਲ ਗਾਰਡੀਅਨ ਦੀ ਲੋੜ ਹੁੰਦੀ ਹੈ ਐਂਡ ਜੇ ਲੋਕਲ ਗਾਰਡੀਅਨ ਤੁਹਾਡੇ ਕੋਲ ਨਹੀਂ ਹੈਗਾ ਤਾਂ ਇੱਕ ਪੇਰੈਂਟ ਨੂੰ ਨੋਰਮਲੀ ਵੀਜ਼ਾ ਦਿੱਤਾ ਜਾਂਦਾ ਤਾਂ ਕਿ ਉਹ ਜਾ ਕੇ ਪੇਰੈਂਟ ਆਪਣੇ ਬੱਚੇ ਦੀ ਐਸਟੈਬਲਿਸ਼ਮੈਂਟ ਵਾਸਤੇ ਉਹਦੇ ਬੇਸਿਕ ਨੈਸੈਸਿਟੀਜ਼ ਵਾਸਤੇ ਤਿਆਰੀ ਕਰ ਸਕੇ ਸੋ ਉਸੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਤੁਸੀਂ ਪੇਰੈਂਟ ਜਾ ਕੇ ਉੱਥੇ ਕੰਮ ਕਰ ਪਾਣਗੇ ਬਿਲਕੁਲ ਤੁਹਾਨੂੰ ਵੀਜ਼ਾ ਵਰਕ ਪਰਮਿਟ ਨਹੀਂ ਮਿਲ ਰਿਹਾ ਤੁਹਾਨੂੰ ਵਿਜ਼ਿਟ ਵੀਜ਼ਾ ਮਿਲ ਰਿਹਾ ਫੋਰ ਦਾ ਡਿਊਰੇਸ਼ਨ ਆਫ ਦਾ ਸਟੱਡੀਜ਼ ਆਫ ਯੋਰ ਚਾਈਲਡ ਸੋ ਉਹ ਡਿਊਰੇਸ਼ਨ ਦੇ ਵਿੱਚ ਤੁਹਾਨੂੰ ਮਿਲ ਰਿਹਾ ਲੀਗਲੀ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਆ ਰਿਹਾ ਐਂਡ ਲੀਗਲੀ ਵਰਕ ਪਰਮਿਟ ਲੈਣ ਵਾਸਤੇ ਤੁਹਾਨੂੰ ਇੱਥੇ ਇੰਪਲੋਇਰ ਦੀ ਲੋੜ ਹੈਗੀ ਹੈ ਜਿਹੜਾ LMIA ਕਰਾ ਕੇ ਦੇਗਾ ਤਾਂ ਤੁਹਾਡਾ ਉਸਦੇ ਬੇਸ ਦੇ ਉੱਤੇ ਤੁਸੀਂ ਲੀਗਲੀ
ਚਾਹੀਦਾ ਜੀ। ਐਂਡ ਜੇ ਤੁਸੀਂ ਆਪਣੇ ਬੇਸ ਦੇ ਉੱਤੇ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਡੀ ਐਜੂਕੇਸ਼ਨ ਚਾਹੀਦੀ ਹੈ, ਤੁਹਾਡੇ ਇੰਗਲਿਸ਼ ਦੀ ਸਕੋਰਿੰਗਸ ਚਾਹੀਦੀਆਂ, ਨਾਲ ਦੀ ਨਾਲ ਤੁਹਾਡੇ ਕੋਲ ਕੈਨੇਡੀਅਨ ਲੀਗਲ ਲੈਜੀਟੀਮੇਟ ਵਰਕ ਐਕਸਪੀਰੀਅੰਸ ਵੀ ਚਾਹੀਦਾ, ਜਿਹੜਾ LMIA ਜਾਂ ਵਰਕ ਪਰਮਿਟ ਦੇ ਉੱਤੇ ਤੁਸੀਂ ਕੰਮ ਕੀਤਾ ਹੋਏਗਾ, ਤਾਂ ਤੁਸੀਂ PR ਵਾਸਤੇ ਐਲੀਜੀਬਲ ਹੋਵੋਗੇ। ਐਂਡ ਇੱਕ ਚੀਜ਼ ਹੋਰ ਇੱਥੇ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਅਸੀਂ ਇਹੋ ਜਿਹੀ ਚੀਜ਼ਾਂ ਸੁਣਦੇ ਕਿਉਂ ਹੈਗੇ ਹਾਂ, ਅਸੀਂ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ। ਉੱਥੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਐਡ ਆ ਰਹੀਆਂ ਦੀ ਇਸ ਤਰ੍ਹਾਂ ਤੁਸੀਂ ਜਾ ਸਕਦੇ ਹੋ, ਅਤੇ ਤੁਸੀਂ ਕੁਸ਼ਚਨ ਤਾਂ ਕਰੋ ਜਾ ਕੇ ਲੈਜੀਟੀਮੇਟਲੀ ਮੈਨੂੰ ਦਿਖਾਓ ਤਾਂ ਸਹੀ ਕਿ ਕਿਹੜਾ ਇਹੋ ਜਿਹਾ ਕੀਤਾ ਹੈਗਾ। ਹੈਲੋ ਹੈਲੋ, ਹਾਂਜੀ ਬੇਟਾ, ਹਾਂਜੀ ਸਵਾਗਤ ਹੈ ਜੀ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ, ਕੀ ਸਵਾਲ ਹੈ ਤੁਹਾਡਾ? ਹਾਂਜੀ ਬੇਟਾ, ਉਹ ਜਿਹੜੇ ਭਾਈ ਸਾਹਿਬ ਬੋਲਦੇ, ਮੈਂ ਉਹਨਾਂ ਨੇ ਇਹੀ ਪੁੱਛਣਾ ਚਾਹੁੰਦੀ ਸੀ, ਮੇਰਾ ਬੇਟਾ ਇਕੱਲਾ ਇੰਡੀਆ ਵਾ, ਨਾਲ ਉਹਦੀ ਵਾਈਫ ਜੀ, ਮੈਂ ਉਹਦੀ ਮੰਮੀ ਬੋਲਦੀ ਹਾਂ ਇੱਥੋਂ ਜੀ ਜੀ, ਤੇ ਹਾਂਜੀ ਬਈ ਉਹ ਕਿਸ ਤਰ੍ਹਾਂ ਫਾਈਲ ਲਾ ਸਕਦਾ? ਉਹ ਮੇਰਾ ਜਿਹੜਾ ਮੁੰਡਾ ਵਾ ਉਹ ਪਲੱਸ ਟੂ ਕਰਕੇ ਬਿਲਡਰ ਦਾ ਕੀਤਾ ਹੋਇਆ 1 ਸਾਲ ਦਾ। ਵੈਰੀ ਗੁੱਡ, ਐਕਸਪੀਰੀਅੰਸ ਕਿੰਨਾ ਚਿਰ ਹੈ ਜੀ ਉਹਨਾਂ ਦੇ ਬਿਲਡਿੰਗ ਦਾ? ਉਹ ਤਾਂ 1 ਸਾਲ ਦਾ ਆਪਣਾ, ਕਾਫੀ ਦੇਰ ਹੋ ਗਈ ਉਹਦੇ ਤਾਂ ਕੀਤੇ ਨੂੰ, ਉਹਦੀ ਉਮਰ ਵੀ 40 ਸਾਲ ਹੋ ਗਈ। ਅਸੀਂ ਵੇਟ ਕਰਦੇ ਸੀਗੇ ਇੱਥੇ 12 ਸਾਲ ਸਾਨੂੰ ਆਏ ਨੂੰ ਹੋ ਗਏ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਨਹੀਂ ਅਸੀਂ ਉਹਨੂੰ ਇੱਥੇ ਮਤਲਬ ਕਿਵੇਂ ਨਾ ਕਿਵੇਂ ਬੁਲਾ ਲੈਂਦੇ ਜੀ। ਤੁਸੀਂ ਉਸ ਬੱਚੇ ਦੀ ਸਾਨੂੰ ਡਿਟੇਲਸ, ਤੁਹਾਡੇ ਬੇਟੇ ਦੀ, ਤੁਹਾਡੇ ਡਾਟਰ ਇਨ ਲਾਅ ਦੀ ਡਿਟੇਲ ਸਾਨੂੰ ਫਾਰਵਰਡ ਕਰ ਦਿਓ ਜੀ। ਐਂਡ ਜਾਂ ਤੁਸੀਂ ਆ ਕੇ ਮਿਲ ਵੀ ਸਕਦੇ ਹੋ, ਮੈਨੂੰ ਉਹਦੀ 10ਵੀਂ 12ਵੀਂ ਉਹਦਾ ਐਕਸਪੀਰੀਅੰਸ ਦੇਖਣਾ ਹੈਗਾ, ਐਂਡ ਦੈਨ ਆਈ ਕੈਨ ਗਾਈਡ ਯੂ ਕਿ ਕਿਹੜਾ ਆਪਸ਼ਨ ਉਹਦੇ ਵਾਸਤੇ ਐਗਜ਼ਿਸਟ ਕਰਦਾ ਜੀ, ਬੈਸਟ ਆਪਸ਼ਨ। ਗੱਲ ਜਿਹੜੀ ਉਹਦੀ ਵਾਈਫ ਆ, ਫਿਰ ਵਿਆਹ ਕੀਤਾ ਹਾਰ ਕੇ, ਮੈਂ ਤਾਂ ਢਿੱਲੀ ਰਹਿੰਦੀ ਹਾਂ, ਮੈਂ ਤਾਂ ਇੰਡੀਆ ਜਾ ਹੀ ਨਹੀਂ ਸਕਦੀ, ਬਲੱਡ ਪ੍ਰੈਸ਼ਰ ਦੀ ਮਰੀਜ਼ ਆ ਜੀ, ਬੜੀ ਪਰੇਸ਼ਾਨ ਹੋ ਜਾਂਦੀ ਹੈ ਕਈ ਵਾਰੀ ਵੀ ਉਹ ਵੀ ਇੱਥੇ ਹੋਵੇ। ਤੇ ਜਿਹੜੀ ਉਹਦੀ ਵਾਈਫ ਆ ਉਹ ਮਦਰ ਡੇ ਸਕੂਲ ਦੇ ਵਿੱਚ ਪੜ੍ਹਾਉਂਦੀ ਆ 4 ਸਾਲ ਦੇ ਬੱਚਿਆਂ ਨੂੰ ਜੀ, ਬਿਲਕੁਲ, ਜੇ ਉਹ ਟੀਚਿੰਗ ਦਾ ਐਕਸਪੀਰੀਅੰਸ ਹੈ ਉਹ ਤਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕੁਆਲੀਫਾਈ ਹੋ ਸਕਦੇ ਨੇ। ਸੋ ਦਾ ਉਹਦਾ ਤਜਰਬਾ ਵਾ ਜੀ, ਬਿਲਕੁਲ ਹੋ ਸਕਦੇ ਨੇ, ਉਹਨਾਂ ਦਾ ਰੈਜ਼ੂਮੇ, ਉਹਨਾਂ ਦਾ CV ਬਣਵਾ ਕੇ ਸਾਨੂੰ ਭਿਜਵਾ ਦਿਓ, ਈਮੇਲ ਕਰਵਾ ਦਿਓ, ਜਾਂ ਤੁਸੀਂ ਫੋਨ ਕਰਕੇ ਉਹਨਾਂ ਦਾ ਫੋਨ ਨੰਬਰ ਛੱਡ ਦਿਆ ਜੀ, ਅਸੀਂ ਕਾਲ ਕਰ ਇੱਥੋਂ ਇੰਡੀਆ ਕਾਲ ਕਰ ਸਕਦੇ ਹਾਂ, ਐਂਡ ਵੀ ਕੈਨ ਗੈਦਰ ਮੋਰ ਇਨਫੋਰਮੇਸ਼ਨ ਉਹਨਾਂ ਬਾਰੇ ਜੀ। ਥੈਂਕ ਯੂ, ਥੈਂਕ ਯੂ ਜੀ। ਤੁਸੀਂ ਸਕਰੀਨ ਤੇ ਨੰਬਰ ਦੇਖ ਸਕਦੇ ਹੋ ਜੀ, ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮਨੂ ਦੱਤਾ ਜੀ ਦੇ ਨਾਲ, ਔਰ ਆਫਿਸ ਤੁਸੀਂ ICC ਇਮੀਗ੍ਰੇਸ਼ਨ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਮਿਲ ਸਕਦੇ ਹੋ, ਆਫਿਸ ਅਪੁਆਇੰਟਮੈਂਟ ਬਣਾ ਕੇ ਤੁਸੀਂ ਮਿਲ ਸਕਦੇ ਹੋ, ਔਰ ਹਰ ਤਰ੍ਹਾਂ ਦੀ ਜਿਹੜੀ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਸਰਵਿਸ ਇੱਥੋਂ ਲੈ ਸਕਦੇ ਹੋ ਜੀ। ਜੀ ਬਿਲਕੁਲ, ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਕਿ ਸਾਨੂੰ ਪਤਾ ਨਹੀਂ ਸੀਗਾ ਕਿ ਇਹ ਐਲੀਜੀਬਲ ਹੈ ਜੀ, ਜੇ ਵੈਲਡਰ ਹੈਗੇ ਨੇ ਬਈ ਜੀ, ਇਹਨਾਂ ਦੀ ਐਲੀਜੀਬਿਲਟੀ ਬਣ ਸਕਦੀ ਹੈਗੀ ਜੇ ਇਹਨਾਂ ਨੇ ਕੰਮ ਕੀਤਾ ਹੋਇਆ, 3-4 ਸਾਲ ਦਾ ਐਕਸਪੀਰੀਅੰਸ ਹੈਗਾ, ਤੇ ਇਹਨਾਂ ਦੇ ਪੁਆਇੰਟਸ ਆਰਾਮ ਦੇ ਨਾਲ 250 ਤੋਂ ਉੱਪਰ ਪੁਆਇੰਟਸ ਬਣ ਸਕਦੇ ਹੈਗੇ ਜੀ। ਬਿਲਕੁਲ, ਗੱਲ ਉਹੀ ਹੈ ਕਿ ਸਾਨੂੰ ਅਵੇਅਰਨੈਸ ਦੀ ਜਿਹੜੀ ਕਮੀ ਹੈ, ਤੇ ਜਿਵੇਂ ਤੁਸੀਂ ਇੰਡੀਆ ਦੇ ਏਜੰਟਸ ਦੀ ਗੱਲ ਕਰ ਰਹੇ ਹੋ, ਕਿਉਂਕਿ ਬੱਚਾ ਜਿਹੜਾ ਸਟੂਡੈਂਟ ਵੀਜ਼ਾ ਮਿਲ ਰਿਹਾ ਤਾਂ ਇੱਕ ਤਰ੍ਹਾਂ ਨਾਲ ਜਿਹੜੀ ਗੱਲ ਮਾਈਂਡ ਚ ਹੋਣੀ ਚਾਹੀਦੀ ਕਿ ਬੱਚਾ ਉੱਥੇ ਪੜ੍ਹਨ ਜਾ ਰਿਹਾ, ਨਾ ਕਿ ਪੂਰੀ ਫੈਮਿਲੀ ਨੂੰ PR ਦਿਵਾਉਣ ਦੇ ਲਈ ਜਾਂ ਸਿਟੀਜ਼ਨਸ਼ਿਪ ਦਿਵਾਉਣ ਦੇ ਲਈ। ਤੇ ਇਹ ਗੱਲ ਜਿਹੜੀ ਆ ਹਮੇਸ਼ਾ ਹੀ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਬਿਲਕੁਲ ਭੈਣ ਜੀ, ਕਈ ਵਾਰੀ ਨਾ ਅਸੀਂ ਆਪ ਆਪਣੀ ਅੱਖਾਂ ਤੇ ਪੱਟੀ ਬੰਨ ਲੈਂਦੇ ਹਾਂ ਕਿ ਸਾਡਾ ਕਰੇਜ਼ ਇੰਨਾ ਹੁੰਦਾ ਬਾਹਰ ਜਾਣ ਦਾ ਕਿ ਅਸੀਂ ਉੱਥੇ ਬੈਠੇ ਜਿਹੜੇ ਵੀ ਸਾਡੇ ਦੋਸਤ ਹੈਗੇ ਨੇ, ਭਾਈ ਭੈਣ ਹੈਗੇ ਨੇ, ਉਹ ਅੱਖਾਂ ਦੇ ਉਹ ਲੌਜਿਕਸ ਦੇ ਉੱਤੇ ਪੱਟੀ ਬੰਨ ਲੈਂਦੇ ਨੇ, ਐਂਡ ਬਸ ਇੰਟੈਂਸ਼ਨ ਕੀ ਹੁੰਦੀ ਕਿ ਮੈਂ ਬਾਹਰ ਚੱਲ ਜਾਵਾਂ, ਬੱਚੇ ਦੇ ਨਾਲ ਮੈਂ ਵੀ ਬਾਹਰ ਚੱਲ ਜਾਵਾਂ, 3 ਸਾਲਾਂ ਬਾਅਦ ਛੱਡ ਦੇਣਾ ਉੱਪਰ ਜਿਹੜਾ ਯਕੀਨ ਕਰ ਲੈਂਦੇ ਜੀ। ਬਿਲਕੁਲ, ਐਂਡ ਉਸੇ ਚੀਜ਼ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਇਹੋ ਜਿਹੇ ਏਜੰਟਾਂ ਤੋਂ ਜਿਹੜੇ 20-20 ਲੱਖ ਰੁਪਏ ਸਿਰਫ ਸਟੂਡੈਂਟਾਂ ਤੋਂ ਲੈ ਰਹੇ ਨੇ, ਸੋ ਬੇਸਿਕਲੀ ਤੁਹਾਨੂੰ ਗਲਤ ਰਾਏ ਪਾ ਰਹੇ ਨੇ ਜੀ, ਐਂਡ ਇਹੋ ਜਿਹੇ ਏਜੰਟਾਂ ਤੋਂ ਦੂਰ ਰਹੋ, ਮੈਂ ਤਾਂ ਇੱਕੋ ਚੀਜ਼ ਕਹੂੰਗਾ ਜੀ। ਜੀ ਬਿਲਕੁਲ, ਕਈ ਵਾਰ ਅਸੀਂ ਇਹ ਸੋਚ ਲੈਂਦੇ ਹਾਂ ਕਿ ਉਸਦਾ ਜਿਹੜਾ ਕੇਸ ਸੀ ਇਸ ਤਰ੍ਹਾਂ ਸੋਲਵ ਹੋਇਆ ਤਾਂ ਸੇਮ ਮੇਰਾ ਵੀ ਉਸੇ ਤਰ੍ਹਾਂ ਹੋਏਗਾ, ਬਟ ਸਰਕਮਸਟੈਂਸਿਸ ਜਿਹੜੇ ਉਹ ਡਿਫਰੈਂਟ ਹੁੰਦੇ ਨੇ ਇੱਕ ਪਰਸਨ ਤੋਂ ਦੂਸਰੇ ਪਰਸਨ ਦੇ। ਭੈਣ ਜੀ, ਅਸੀਂ ਰੋਜ਼ ਇਹੋ ਜਿਹੇ ਦੋਸਤਾਂ ਨੂੰ ਮਿਲਦੇ ਹੈਗੇ ਹਾਂ ਜਿਹੜੇ ਆ ਕੇ ਕਹਿੰਦੇ ਨੇ ਮੇਰਾ ਦੋਸਤ ਪੱਕਾ ਹੋ ਗਿਆ ਜੀ, ਜਦਕਿ ਸਾਨੂੰ ਪਤਾ ਹੈ ਕਿ ਉਹ ਐਲੀਜੀਬਿਲਟੀ ਉਹਦੀ ਬਣਦੀ ਨਹੀਂ ਪਈ, ਐਂਡ ਉਹ ਕੁਆਲੀਫਾਈ ਹੋ ਹੀ ਨਹੀਂ ਸਕਦਾ ਕਿਸੇ ਵੀ ਕੈਟੇਗਰੀ ਦੇ ਵਿੱਚ, ਤੇ ਉਹ ਇਹਨਾਂ ਨੂੰ ਦੱਸ ਦਿੰਦਾ ਹੈ ਕਿ ਮੈਂ ਹੋ ਗਿਆ ਪੱਕਾ, ਤੇ ਇਹਨਾਂ ਨੂੰ ਤੁਸੀਂ ਤੁਹਾਨੂੰ ਗਲਤ ਰਾਏ ਪਾ ਦਿੰਦਾ, ਤਾਂ ਤੁਸੀਂ ਅੱਗੇ ਸੋਚਣਾ ਤੁਰ ਪੈਂਦੇ ਹੋ ਕਿ ਮੇਰਾ ਇਹ ਹੋ ਗਿਆ ਤੇ ਮੈਂ ਕਿਉਂ ਨਹੀਂ ਹੋ ਸਕਦਾ, ਮੇਰਾ ਦੋਸਤ ਕਿਉਂ ਨਹੀਂ ਹੋ ਸਕਦਾ, ਮੇਰਾ ਭਰਾ ਕਿਉਂ ਨਹੀਂ ਹੋ ਸਕਦਾ। ਸੋ ਕਈ ਵਾਰੀ ਸਰਕਮਸਟਾਂਸਿਸ ਨੂੰ ਸਮਝੋ, ਜਿਹੜੇ ਕੰਸਲਟੈਂਟ ਹੈਗੇ ਨੇ ਉਹ ਤੁਹਾਨੂੰ ਲੀਗਲ ਸਲਾਹ ਦੇ ਰਹੇ ਨੇ, ਲੈਜੀਟੀਮੇਟ ਸਲਾਹ ਦੇ ਰਹੇ ਨੇ ਜਿਹੜੀ ਚੀਜ਼ ਹੋ ਸਕਦੀ ਹੈ। ਸਾਡੇ ਬਹੁਤ ਸਾਰੇ ਆਫਿਸ ਦੇ ਵਿੱਚ ਇਹੋ ਜਿਹੇ ਦੋਸਤ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਕਿਉਂ ਨਹੀਂ ਕੁਆਲੀਫਾਈ, ਅਸੀਂ ਕਹਿੰਦੇ ਹਾਂ ਕਿ ਬਈ ਤੁਸੀਂ ਐਜ਼ ਪਰ ਇਮੀਗ੍ਰੇਸ਼ਨ ਲਾਅ ਤੁਸੀਂ ਕੁਆਲੀਫਾਈ ਨਹੀਂ ਕਰ ਸਕਦੇ। ਕਈ ਵਾਰੀ ਅਸੀਂ ਆਪ ਵੀ ਨਾ ਮਤਲਬ ਜਿਹੜੇ ਦੋਸਤ ਆਉਂਦੇ ਨੇ ਉਹ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ, ਨਾ ਸੁਣਨ ਵਾਸਤੇ ਨਾ ਇੱਕ ਬੜਾ ਕੋੜਾ ਵਰਡ ਹੈਗਾ ਨੋ, ਨੋ ਵਾਈ ਨੋ
ਹੈ ਲੀਜੀਟੀਮੇਟਲੀ ਜੇ ਨਹੀਂ ਤੁਸੀਂ ਤੁਹਾਡੀ ਸਾਡਾ ਕੰਮ ਹੈਗਾ ਤੁਸੀਂ ਸਾਨੂੰ ਫੀਸ ਦੇ ਕੇ ਜਾਓਗੇ ਜਦੋਂ ਵੀ ਅਸੀਂ ਤੁਹਾਨੂੰ ਸਾਡੀ ਸਰਵਿਸਿਜ਼ ਰਿਟੇਨ ਕਰੋਗੇ ਜੇ ਤੁਸੀਂ ਐਲੀਜੀਬਲ ਨਹੀਂ ਹੈਗੇ ਤਾਂ ਹੀ ਤੁਹਾਨੂੰ ਨੋ ਕੀਤਾ ਜਾ ਰਿਹਾ ਹੈਗਾ ਸੋ ਦੇਰ ਇਜ਼ ਅ ਰੀਜ਼ਨ ਜੇ ਕੋਈ ਵੀ ਰਾਹ ਬਣਦਾ ਹੋਏਗਾ ਬਿਕੋਜ਼ ਅਸੀਂ ਤਾਂ ਸਾਰੇ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਨੂੰ ਅਸੈਸ ਕਰ ਲੈਣਾ ਤੁਹਾਨੂੰ ਜਦੋਂ ਵੀ ਤੁਸੀਂ ਆਓਗੇ ਕਿਹੜੀ ਆਪਸ਼ਨ ਬੈਸਟ ਵਰਕ ਕਰ ਸਕਦੀ ਹੈ ਉਹ ਤੁਹਾਨੂੰ ਡਿਸਕਸ ਕਰ ਲੈਣੀ ਹੈਗੀ ਹੈ ਸੋ ਜਦੋਂ ਵੀ ਤੁਸੀਂ ਕਿਸੇ ਰੈਗੂਲੇਟਡ ਕੰਸਲਟੈਂਟ ਦੇ ਕੋਲ ਲਾਇਰ ਦੇ ਕੋਲ ਆਉਂਦੇ ਹੋ ਤਾਂ ਤੁਹਾਨੂੰ ਇਹੋ ਜਿਹੀ ਐਡਵਾਈਸ ਹੀ ਮਿਲਦੀ ਹੈਗੀ ਜੀ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਐਡਵਾਈਸ ਦਿੰਦੇ ਹਾਂ ਕਿ ਹਮੇਸ਼ਾ ਹੀ ਕਿਸੇ ਰੈਗੂਲੇਟਡ ਕੰਸਲਟੈਂਟ ਦੇ ਕੋਲ ਤੁਸੀਂ ਜਾਓ ਤੇ ਇਮੀਗ੍ਰੇਸ਼ਨ ਦੀ ਜਿਹੜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਲਾਹ ਦੀ ਲੋੜ ਹੈ ਉਹ ਲਓ ਤਾਂ ਜੋ ਜਿਹੜੀਆਂ ਤੁਹਾਨੂੰ ਬਾਅਦ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਉਸ ਤੋਂ ਬਚਿਆ ਜਾ ਸਕੇ ਤੇ ਹੁਣੇ ਹੁਣੇ ਜਿਵੇਂ ਮੈਰਿਜ ਸੀਜ਼ਨ ਆ ਰਿਹਾ ਔਰ ਬਹੁਤ ਸਾਰੇ ਜਿਹੜੇ ਆਪਣੇ ਇੱਥੋਂ ਲੋਕ ਨੇ ਉਹ ਇੰਡੀਆ ਜਾ ਰਹੇ ਨੇ ਜਾਂ ਦੂਸਰੀ ਕੰਟਰੀ ਦੇ ਵਿੱਚ ਮੈਰਿਜ ਦੇ ਲਈ ਜਾ ਰਹੇ ਨੇ ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਦੇ ਲਈ ਵੀ ਕੋਈ ਮੈਸੇਜ ਦੇਣਾ ਚਾਹੀਦਾ ਕਿ ਕਿਹੜੀ ਕਿਹੜੀ ਜਿਹੜੀ ਉਹਨਾਂ ਨੂੰ ਪ੍ਰੀ ਪਲੈਨਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਕੇਸ ਆ ਉਹਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਪ੍ਰਵੀਨ ਜੀ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੇ ਤੁਸੀਂ ਵਿਆਹ ਕਰਾਉਣ ਇੰਡੀਆ ਜਾ ਰਹੇ ਹੋ ਜਾਂ ਈਵਨ ਵਿਦ ਇਨ ਕੈਨੇਡਾ ਤੁਸੀਂ PR ਹੈਗੇ ਹੋ ਸਿਟੀਜ਼ਨ ਹੈਗੇ ਹੋ ਕਿਸੇ ਕੋਈ ਫੋਰਨ ਵਰਕਰ ਆਇਆ ਹੋਇਆ ਕੋਈ ਸਟੂਡੈਂਟ ਆਇਆ ਹੋਇਆ ਜਾਂ ਕੋਈ ਰਿਫਿਊਜੀ ਹੈਗਾ ਜਾਂ ਕੋਈ ਵਿਜ਼ਿਟਰ 'ਤੇ ਆਇਆ ਉਹਦੇ ਨਾਲ ਤੁਹਾਡੀ ਮੈਰਿਜ ਹੋਣ ਜਾ ਰਹੀ ਹੈ ਅਤੇ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਆ ਕੇ ਜ਼ਰੂਰ ਡਿਸਕਸ ਕਰੋ ਬਿਕੋਜ਼ ਅਸੀਂ ਤੁਹਾਡੇ ਨਾਲ 15-20 ਮਿੰਟ ਅੱਧਾ ਘੰਟਾ ਇਨਵੈਸਟ ਕਰਦੇ ਹਾਂ ਡੂਜ਼ ਐਂਡ ਡੋਂਟ ਡਿਸਕਸ ਕਰਦੇ ਹਾਂ ਤੁਹਾਡੇ ਸਰਕਮਸਟਾਂਸਿਸ ਨੂੰ ਪਹਿਲੇ ਅੰਡਰਸਟੈਂਡ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਆਪਣੀ ਸੁਜੈਸ਼ਨਸ ਦਿੰਦੇ ਹਾਂ ਕਿ ਤੁਹਾਡੇ ਵਾਸਤੇ ਬੈਸਟ ਚੀਜ਼ ਕਿਹੜੀ ਹੋ ਸਕਦੀ ਹੈ ਐਂਡ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਦੀਆਂ ਚੇਂਜਿਸ ਆਈਆਂ ਹੈਗੀਆਂ 6-6, 8-8 ਮਹੀਨਿਆਂ ਦੇ ਵਿੱਚ ਸਪਾਊਸਲ ਐਪਲੀਕੇਸ਼ਨ ਸਪੋਂਸਰਸ਼ਿਪ ਥਰੂ ਹੋ ਰਹੀਆਂ ਹੈਗੀਆਂ ਐਂਡ ਵੈਸੇ ਤਾਂ ਟਾਈਮ 12 ਮਹੀਨਿਆਂ ਦਾ ਹੈਗਾ ਬਟ 6-6, 8-8 ਮਹੀਨਿਆਂ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਕੇਸਿਸ ਦੇਖੇ ਜਿਹੜੇ ਥਰੂ ਹੋ ਗਏ ਸੋ ਜਿਹੜੇ ਵੀ ਦੋਸਤ ਆਪਣੇ ਸਪਾਊਸ ਨੂੰ ਸਪੋਂਸਰ ਕਰਨ ਜਾ ਰਹੇ ਨੇ ਜਾਂ ਵਿਆਹ ਕਰਨ ਜਾ ਰਹੇ ਨੇ ਆ ਕੇ ਇੱਕ ਵਾਰੀ ਡਿਸਕਸ ਕਰੋ ਐਂਡ ਹਰ ਘਰ ਦੇ ਵਿੱਚ ਇੱਕ ਚੌਧਰੀ ਜ਼ਰੂਰ ਹੁੰਦਾ ਉਸ ਚੌਧਰੀ ਤੋਂ ਦੂਰ ਰੋ ਬਿਕੋਜ਼ ਉਹ ਤੁਹਾਡਾ ਕੇਸ ਖਰਾਬ ਕਰ ਰਿਹਾ ਉਹ ਆਪਣਾ ਕੇਸ ਨਹੀਂ ਮੈਂ ਤਾਂ ਫਲਾਣੇ ਟਾਈਮ ਤੇ ਕੀਤਾ ਸੀਗਾ ਜੀ ਇਸ ਤਰ੍ਹਾਂ ਕਰ ਲਿਆ ਸੀਗਾ ਇਹੋ ਜਿਹੇ ਦੋਸਤ ਤੋਂ ਇਹੋ ਜਿਹੇ ਰਿਸ਼ਤੇਦਾਰ ਤੋਂ ਥੋੜੇ ਜਿਹੇ ਦੂਰ ਰਹੋ ਬਿਕੋਜ਼ ਆਹ ਤੁਹਾਡਾ ਕੇਸ ਹੈਗਾ ਐਂਡ ਇੱਕ ਗਲਤੀ ਤੁਹਾਨੂੰ 6-8 ਮਹੀਨੇ ਜਾਂ ਇੱਕ ਵਾਰੀ ਰਿਫਿਊਜ਼ ਹੋ ਗਿਆ ਤੇ 2-2.5 ਸਾਲ ਪਿੱਛੇ ਪਾ ਸਕਦੀ ਹੈ ਐਂਡ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਇੱਕ ਵਾਰੀ ਤੁਹਾਡਾ ਕੇਸ ਚਲਾ ਗਿਆ ਜਾਂ ਰਿਫਿਊਜ਼ਲ ਹੋ ਗਈ ਤੇ 1.5 ਸਾਲ ਬਾਅਦ ਤਾਂ ਡੇਟ ਮਿਲ ਰਹੀ ਆ ਅੱਜ ਦੀ ਤਰੀਕ ਦੇ ਵਿੱਚ ਉਸ ਤੋਂ ਬਾਅਦ ਜੇ ਫੁੱਲ ਏਅਰਿੰਗ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਫਿਰ 8-10 ਮਹੀਨੇ ਹੋਰ ਉਸ ਤੋਂ ਬਾਅਦ ਡਿਸੀਜ਼ਨ ਆਇਆ ਫਿਰ 8-10 ਮਹੀਨੇ ਹੋਰ ਸੋ ਤੁਸੀਂ 2-2.5 ਸਾਲ ਆਰਾਮ ਦੇ ਨਾਲ ਪਿੱਛੇ ਪੈ ਜਾਓਗੇ ਐਂਡ ਫਸਟ ਇੰਸਟਾਂਸ ਦੇ ਵਿੱਚ ਹੀ ਤੁਸੀਂ ਇਹੋ ਜਿਹੀ ਇੱਕ ਫਾਈਲ ਤਿਆਰ ਕਰਕੇ ਤੁਹਾਡੀ ਜਾਣੀ ਚਾਹੀਦੀ ਜਿਹੜੀ ਸਾਰੀ ਚੀਜ਼ਾਂ ਨੂੰ ਐਡਰੈਸ ਕਰੇ ਤੁਹਾਡੇ ਸਰਕਮਸਟਾਂਸਿਸ ਨੂੰ ਦੇਖਦੇ ਹੋਇਆ ਐਂਡ ਇਨ ਕੇਸ ਤੁਹਾਡੀ ਸੈਕਿੰਡ ਮੈਰਿਜ ਹੈਗੀ ਹੈ ਆਪਣੀ ਫਾਈਲ ਨੂੰ ਆਪੇ ਹੱਥ ਲਗਾਉਣ ਦੇ ਬਾਰੇ ਸੋਚਿਆ ਵੀ ਨਾ ਜੇ ਉਹਦਾ ਰੀਜ਼ਨ ਹੈਗਾ ਕਿ ਇੰਨੀਆਂ ਕੁ ਕੰਪਲੀਕੇਸ਼ਨਸ ਇਨਵੋਲਵਡ ਹੈਗੀਆਂ ਪੈਸੇ ਬਚਾਉਣ ਦੇ ਚੱਕਰਾਂ ਦੇ ਵਿੱਚ ਨਾ ਪਿਆ ਜੇ ਬਿਕੋਜ਼ ਜਿੱਥੇ ਤੁਸੀਂ ਲੱਖਾਂ ਡਾਲਰ ਆਪਣੇ ਮੈਰਿਜ ਤੇ ਸਪੈਂਡ ਕੀਤੇ ਥੋੜੇ ਜਿਹੇ ਪੈਸੇ ਕੰਸਲਟੈਂਟ ਲਾਇਰ ਵਾਸਤੇ ਵੀ ਰੱਖ ਲਓ ਸਾਈਡ ਤੇ ਐਂਡ ਇੰਨੇ ਜ਼ਿਆਦਾ ਫੀਸ ਕੋਈ ਵੀ ਕੰਸਲਟੈਂਟ ਲਾਇਰ ਚਾਰਜ ਨਹੀਂ ਕਰਦਾ ਕਿ ਤੁਸੀਂ ਅਫੋਰਡ ਨਾ ਕਰ ਪਾਓ ਬਟ ਕੁਆਲਿਟੀ ਆਫ ਸਰਵਿਸ ਵਾਸਤੇ ਤੁਹਾਨੂੰ ਪੈਸੇ ਖਰਚ ਨਹੀਂ ਪੈਣਗੇ ਐਂਡ ICC ਇਮੀਗ੍ਰੇਸ਼ਨ ਤੇ ਅਸੀਂ ਹਮੇਸ਼ਾ ਬੜੇ ਪਰਟੀਕੁਲਰ ਹੋ ਕੇ ਇਹੋ ਜਿਹੇ ਸਰਕਮਸਟਾਂਸਿਸ ਨੂੰ ਇਹੋ ਜਿਹੇ ਕੇਸਿਸ ਨੂੰ ਡੀਲ ਕਰਦੇ ਹਾਂ ਐਂਡ ਇਨ ਕੇਸ ਸੈਕਿੰਡ ਮੈਰਿਜ ਹੈਗੀ ਹੈ ਯੂ ਹੈਵ ਟੂ ਬੀ ਐਕਸਟਰਾ ਕੇਅਰਫੁਲ ਕਿ ਤੁਹਾਡੇ ਸਰਕਮਸਟਾਂਸਿਸ ਕੀ ਸੀਗੇ ਕਿ ਕੀ ਰੀਜ਼ਨ ਸੀਗੇ ਕਿ ਸੈਪਰੇਸ਼ਨ ਹੋਈ ਕੀ ਰੀਜ਼ਨ ਸੀਗੇ ਡਿਵੋਰਸ ਹੋਇਆ ਕਿੰਨੇ ਚਿਰ ਬਾਅਦ ਡਿਵੋਰਸ ਹੋਇਆ ਕਿੰਨੇ ਚਿਰ ਬਾਅਦ ਸੈਪਰੇਸ਼ਨ ਹੋਈ ਸੋ ਐਂਡ ਤੁਹਾਡੀ ਅਗਲੀ ਮੈਰਿਜ ਰਿਲੇਸ਼ਨਸ਼ਿਪ ਕਦੋਂ ਇਨੀਸ਼ੀਏਟ ਹੋਈ ਉਹ ਸਾਰੀ ਚੀਜ਼ਾਂ ਨੂੰ ਅਸੀਂ ਐਡਰੈਸ ਜਦੋਂ ਕਰਦੇ ਹਾਂ ਸਬਮਿਸ਼ਨ ਦੇ ਵਿੱਚ ਅਸੀਂ ਇੱਕ ਇੱਕ ਚੀਜ਼ ਨੂੰ ਲੁੱਕ ਇਨ ਟੂ ਕਰਕੇ ਕਰਦੇ ਹੈਗੇ ਹਾਂ ਸੋ ਕੋਈ ਵੀ ਦੋਸਤ ਸਾਡੇ ਸਪਾਊਸਲ ਸਪੋਂਸਰਸ਼ਿਪ ਬਾਰੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ 1-on-1 ਅਪਾਇੰਟਮੈਂਟ ਬਣਾ ਕੇ ਸਾਨੂੰ ਮੁਲਾਕਾਤ ਕਰ ਸਕਦੇ ਜੀ ਜੀ ਬਿਲਕੁਲ ਇੱਕ ਹੋਰ ਕਾਲਰ ਆਪਣੇ ਜੁੜ ਚੁੱਕੇ ਨੇ ਹੈਲੋ ਹੈਲੋ ਹਾਂਜੀ ਸਵਾਗਤ ਹੈ ਜੀ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਕੀ ਸਵਾਲ ਹੈ ਤੁਹਾਡਾ ਹਾਂਜੀ ਹਾਂਜੀ ਆਪਣੇ ਨਾ ਪੁੱਛਣਾ ਸੀਗਾ ਵੀ ਬੇਟੀ ਬਾਰੇ ਪੁੱਛਣਾ ਸੀਗਾ ਵੀ ਇੰਗਲੈਂਡ ਵਿੱਚ ਸਿਟੀਜ਼ਨ ਆ ਬੱਚੇ ਵੀ ਉਹਦੇ 37 ਸਾਲ ਉਹਦੀ ਏਜ ਆ ਤੇ ਉਹ ਉੱਥੇ ਉਹ ਦੂਸਰਾ ਕਰਦੀ ਆ ਕੇਅਰ ਗਿਵਿੰਗ ਦਾ ਕਰਦੀ ਕੰਮ ਤੇ ਫਿਰ ਉਹ ਅਸੀਂ ਮੇਰੇ ਹਸਬੈਂਡ ਵੀ ਜੋਬ ਕਰਦੇ ਉਹਦੇ ਮੰਮੀ ਡੈਡੀ ਵੀ ਉਹ ਮੰਗਾ ਸਕਦੇ ਉਹਨਾਂ ਨੂੰ ਉਹ ਆਪ ਹੀ ਆਊਗੀ ਜਿੱਦਾਂ ਪੁਆਇੰਟ ਸਿਸਟਮ ਤੇ ਦੋਨੋਂ ਚੀਜ਼ਾਂ ਹੋ ਸਕਦੀਆਂ ਜੀ ਕੇਅਰ ਗਿਵਰ ਦੇ ਐਕਸਪੀਰੀਅੰਸ ਹੈਗਾ ਉਹਨਾਂ ਕੋਲ UK ਦਾ ਤੇ ਤੁਹਾਨੂੰ ਇੱਥੇ ਕੇਅਰ ਗਿਵਰ ਦੀ ਲੋੜ ਆ ਤੇ ਉਹ ਕੇਅਰ ਗਿਵਰ ਦੇ ਉੱਤੇ ਵੀ ਉਹਨਾਂ ਦੀ ਐਪਲੀਕੇਸ਼ਨ ਵਰਕ ਪਰਮਿਟ ਵਾਸਤੇ ਪ੍ਰੋਸੈਸ ਹੋ ਸਕਦੀ ਹੈਗੀ ਹੈ ਜਾਂ ਤੁਸੀਂ ਉਹਨਾਂ ਦਾ ਡਿਟੇਲ ਸਾਨੂੰ ਫਾਰਵਰਡ ਕਰ ਦਿਓ ਕਿ ਉਹਨਾਂ ਦੇ ਕੋਲ ਐਜੂਕੇਸ਼ਨ ਕੀ ਹੈ ਉਹਨਾਂ ਦੇ ਹਸਬੈਂਡ ਕੋਲ ਕੀ ਐਜੂਕੇਸ਼ਨ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਜੀ ਨੋ ਪ੍ਰੋਬਲਮ ਬਟ ਕੰਸਟਰਕਸ਼ਨ ਦੀ ਜੋਬ ਕਰਦੇ ਆ ਕਾਰਪੈਂਟਰ ਆ ਪਲੰਬਰ ਆ ਟ੍ਰੇਡ ਦੇ ਵਿੱਚ ਉਹ ਕੁਆਲੀਫਾਈ ਹੋ ਉਹਨਾਂ ਦੀ ਆਪਸ਼ਨ ਬਣ ਸਕਦੀ ਹੈ ਉਹਨਾਂ ਦੀ ਡਿਟੇਲ ਸਾਡੇ ਨਾਲ ਆਫਿਸ ਦੇ ਵਿੱਚ ਸ਼ੇਅਰ ਕਰ ਲਓ ਭੈਣ ਜੀ ਐਂਡ ਵੀ ਕੈਨ ਗਾਈਡ ਦੈਮ ਥੈਂਕ ਯੂ ਜੀ ਸੋ
ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਉਹ ਗ੍ਰੇਟ ਪਲੱਸ ਟੂ ਕੀਤੀ ਹੋਈ ਹੈ, ਪਲੱਸ ਟੂ ਦੇ ਨਾਲ ਕੋਈ ਆਈਟੀਆਈ ਕੀਤੀ ਹੋਈ ਹੈ, ਐਕਸਪੀਰੀਅੰਸ ਹੀ ਉਹਨਾਂ ਕੋਲ ਇੰਨਾ ਕੁ ਹੋਵੇ, ਐਂਡ ਯੂਕੇ ਦਾ ਐਕਸਪੀਰੀਅੰਸ ਹੈ, ਪ੍ਰੋਵਨ ਐਕਸਪੀਰੀਅੰਸ ਹੋਏਗਾ ਉਹਨਾਂ ਦੇ ਕੋਲ, ਸੋ ਆਹ ਚੀਜ਼ਾਂ ਵਰਕਆਊਟ ਕਰ ਸਕਦੀਆਂ। ਹੁਣ ਜੇ ਯੂਕੇ ਦੇ ਵਿੱਚ ਇੰਨੇ ਚਿਰ ਤੋਂ ਬੈਠੇ ਉਹਦੀ ਕਮਿਊਨੀਕੇਸ਼ਨ ਵੀ 5 ਬੈਂਡ ਤੋਂ ਉੱਪਰ ਵਾਲੀ ਜ਼ਰੂਰ ਹੋਏਗੀ, ਸੋ ਆਹ ਚੀਜ਼ਾਂ ਵਰਕਆਊਟ ਇਨ ਫੇਵਰ ਕਰ ਸਕਦੀਆਂ, ਬਟ ਇਹਨਾਂ ਨੂੰ ਪ੍ਰੋਬਲੀ ਇਨਫੋਰਮੇਸ਼ਨ ਨਹੀਂ ਸੀ, ਨਹੀਂ ਹੈਗੀ ਉਹਨਾਂ ਦੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ, ਕਿਉਂਕਿ ਕੈਨੇਡਾ ਨੇ ਮੈਨੂੰ ਲੱਗਦਾ ਇੱਕ ਤਰ੍ਹਾਂ ਪੂਰੇ ਦਰਵਾਜ਼ੇ ਖੋਲੇ ਹੋਏ ਨੇ ਇਹਨਾਂ ਟ੍ਰੇਡ ਵਰਕਰਸ ਦੇ ਲਈ ਵੀ, ਬਟ ਗੱਲ ਉਹੀ ਹੈ ਕਿ ਜਦੋਂ ਸਾਡੇ ਕੋਲ ਨੌਲੇਜ ਨਹੀਂ ਹੁੰਦੀ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਹੜਾ ਰਸਤਾ ਅਸੀਂ ਚੂਜ਼ ਕਰਨਾ, ਤਾਂ ਅਸੀਂ ਪਿੱਛੇ ਪੈ ਜਾਂਦੇ ਹਾਂ ਔਰ ਗਲਤ ਰਸਤੇ ਜਿਹੜੇ ਕਈ ਵਾਰ ਉਹ ਵੀ ਚੁਣ ਲੈਂਦੇ ਹਾਂ। ਤੇ ਬਿਲਕੁਲ ਜਿਵੇਂ ਤੁਸੀਂ ਮੈਰਿਜ ਕੇਸਿਸ ਦੀ ਗੱਲ ਕਰ ਰਹੇ ਸੀ, ਮੈਰਿਜ ਕੇਸਿਸ ਦੇ ਵਿੱਚ ਕਈ ਵਾਰ ਸਾਨੂੰ ਇਹ ਪਤਾ ਹੁੰਦਾ ਕਿ ਸਾਡੀ ਜਿਹੜੀ ਮੈਰਿਜ ਹੈ ਉਹ ਸਹੀ ਹੈ, ਬਟ ਸਾਨੂੰ ਇਹ ਉੱਥੇ ਸ਼ੋ ਕਰਨਾ ਇਹ ਜ਼ਿਆਦਾ ਜ਼ਰੂਰੀ ਹੈ, ਤੇ ਉਹਦੇ ਵਿੱਚ ਵੀ ਕਈ ਵਾਰ ਜਿਹੜੇ ਅਸੀਂ ਆਪਣੇ ਆਪ ਹੀ ਆਪਣੀ ਫਾਈਲ ਰੈਡੀ ਕਰ ਲੈਂਦੇ ਹਾਂ ਤਾਂ ਜਿਹੜਾ ਕੇਸ ਆ ਉਹ ਰਿਫਿਊਜ਼ ਹੋ ਜਾਂਦਾ, ਬਟ ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਮੇਰਾ ਤਾਂ ਕੇਸ ਬਿਲਕੁਲ ਠੀਕ ਸੀਗਾ ਪਰ ਫਿਰ ਵੀ ਰਿਫਿਊਜ਼ ਹੋ ਗਿਆ, ਔਰ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਬਿਲਕੁਲ ਗਲਤ ਹੁੰਦਾ ਉਹ ਵੀ ਪਾਸ ਹੋ ਜਾਂਦੇ ਨੇ। ਜੀ ਭੈਣ ਜੀ, ਤੁਹਾਡੀ ਸਬਮਿਸ਼ਨਸ ਦੇ ਉੱਤੇ, ਤੁਹਾਡੇ ਸਪੋਰਟਿੰਗ ਐਵੀਡੈਂਸਿਸ, ਡਾਕੂਮੈਂਟਸ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਕਈ ਵਾਰੀ ਤੁਸੀਂ ਬਿਲਕੁਲ ਠੀਕ ਕਿਹਾ ਜੀ, ਜੇ ਮੈਰਿਜ ਜੈਨੂਇਨ ਹੈਗੀ ਜੀ, ਸਾਨੂੰ ਡਾਕੂਮੈਂਟ ਲਗਾਉਣ ਦੀ ਕੀ ਲੋੜ ਹੈ, ਆਫੀਸਰ ਤੁਹਾਡੀ ਮੈਰਿਜ ਦੇ ਉੱਤੇ ਨਹੀਂ ਆਇਆ, ਨਾ ਹੀ ਉਹਨੂੰ ਪਤਾ ਆ ਕਿ ਤੁਹਾਡੀ ਮੈਰਿਜ ਕਿੱਥੇ ਹੋਈ ਸੀਗੀ, ਕਿੰਨੇ ਲੋਕਾਂ ਨੇ ਅਟੈਂਡ ਕੀਤੀ, ਉਹ ਫੋਟੋਆਂ ਦੇ ਵਿੱਚ ਉਹੀ 10 ਲੋਕੀ ਨਜ਼ਰ ਆਉਂਦੇ ਨੇ, ਤੇ ਆਫੀਸਰ ਨੂੰ ਲੱਗਦਾ ਕਿ ਆਹ ਤੇ ਫੇਕ ਮੈਰਿਜ ਕੀਤੀ ਜਾ ਰਹੀ ਹੈਗੀ ਹੈ। ਸੋ ਤੁਹਾਡੀ ਸਬਮਿਸ਼ਨਸ ਕਿਸ ਤਰ੍ਹਾਂ ਜਾ ਰਹੀਆਂ ਹੈਗੀਆਂ, ਸਪੋਰਟਿੰਗ ਐਵੀਡੈਂਸਿਸ ਕਿਸ ਤਰ੍ਹਾਂ ਜਾ ਰਹੇ ਨੇ, ਡਾਕੂਮੈਂਟੇਸ਼ਨ ਕਿਸ ਤਰ੍ਹਾਂ ਜਾ ਰਹੀਆਂ, ਤੁਹਾਡਾ ਰਿਲੇਸ਼ਨਸ਼ਿਪ ਪਰੂਫ ਕਿਸ ਤਰ੍ਹਾਂ ਜਾ ਰਹੇ ਨੇ, ਤੁਹਾਡਾ ਕੋਹਬਿਸ਼ਨ ਪਰੂਫ ਕਿਸ ਤਰ੍ਹਾਂ ਜਾ ਰਹੇ ਨੇ, ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੈਗੀਆਂ। ਸੋ ਜੇ ਪ੍ਰੋਫੈਸ਼ਨਲੀ ਹੈਂਡਲ ਕਰ ਸਕਦੇ ਹੋ ਤਾਂ ਹੀ ਕਰਿਆ ਜੇ, ਅਦਰਵਾਈਜ਼ ਹਾਇਰ ਅ ਕੰਸਲਟੈਂਟ ਔਰ ਅ ਲਾਇਰ। ਐਂਡ ਸੈਕਿੰਡ ਮੈਰਿਜ ਦੇ ਵਿੱਚ ਤਾਂ ਅਸੀਂ ਐਬਸੋਲਿਊਟਲੀ ਕਹਿੰਦੇ ਹਾਂ ਕਿ ਜੀਵਨ ਤੁਸੀਂ ਪ੍ਰੋਫੈਸ਼ਨਲ ਆਪਣੇ ਆਪ ਨੂੰ ਸੋਚੋ ਕਿ ਮੈਂ ਕਰ ਸਕਦਾ, ਤਾਂ ਵੀ ਨਾ ਕਰਿਆ ਜੇ, ਬਿਕੋਜ਼ ਉਹਦੇ ਵਿੱਚ ਬਹੁਤ ਸਾਰੀਆਂ ਕੰਪਲੀਕੇਸ਼ਨਸ ਇਨਵੋਲਵਡ ਹੈਗੀਆਂ। ਜੀ ਬਿਲਕੁਲ, ਮੈਂ ਆਪਣੇ ਵਿਊਅਰਸ ਨੂੰ ਫਿਰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ICC ਇਮੀਗ੍ਰੇਸ਼ਨ ਤੋਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਸਰਵਿਸ ਲੈ ਸਕਦੇ ਹੋ, ਤੁਸੀਂ ਇਹਨਾਂ ਦੇ ਨਾਲ ਮਿਲ ਸਕਦੇ ਹੋ, ਸਕਰੀਨ 'ਤੇ ਵੀ ਤੁਸੀਂ ਨੰਬਰ ਦੇਖ ਸਕਦੇ ਹੋ, ਅਤੇ ਕਦੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਕੋਈ ਜਾਣਕਾਰੀ ਲੈਣ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਅਤੇ ਜਾਂਦੇ ਜਾਂਦੇ ਮੈਨੂੰ ਲੱਗਦਾ ਕਿ ਅਸੀਂ ਵਿਜ਼ਟਰ ਵੀਜ਼ਾ 'ਤੇ ਵੀ ਕੁਛ ਗੱਲਬਾਤ ਕਰ ਲਈਏ, ਕਿਉਂਕਿ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੇਰੈਂਟਸ ਹੁੰਦੇ ਨੇ, ਜਾਂ ਅਸੀਂ ਕਿਸੇ ਫਰੈਂਡਸ ਨੂੰ ਬੁਲਾਉਣਾ ਹੋਵੇ ਤਾਂ ਇੱਥੇ ਕਿੰਨਾ ਜਿਹੜਾ ਫੰਡ ਹੈ ਉਹ ਇੱਥੋਂ ਵਾਲੇ ਨੂੰ ਸ਼ੋ ਕਰਨਾ ਪੈਂਦਾ ਹੈ ਕਿ ਤਾਂ ਜੋ ਜਿਹੜਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਿਜ਼ਟਰ ਵੀਜ਼ਾ 'ਤੇ ਇੱਥੇ ਬੁਲਾ ਸਕੇ। ਭੈਣ ਜੀ, ਤੁਸੀਂ ਕਿਸੇ ਨੂੰ ਵੀ ਬੁਲਾਉਣ ਜਾਓ, ਤੁਹਾਡਾ 2,250, 3,000 ਤਾਂ ਲੱਗ ਜਾਂਦਾ ਹੈਗਾ ਆ। ਸੋ ਬੇਸਿਕਲੀ ਜੇ ਤੁਸੀਂ 10,000 ਤੋਂ ਉੱਪਰ ਸ਼ੋਅ ਕਰਦੇ ਹੋ, ਦੈਟ ਇਜ਼ ਅ ਗੁੱਡ ਇਨਫ ਫੰਡ ਕਿ ਤੁਸੀਂ ਕਿਸੇ ਦੀ ਬੋਰਡਿੰਗ ਲੋਜਿੰਗ ਦੀ ਰਿਸਪੋਂਸੀਬਿਲਟੀ ਲੈ ਸਕਦੇ ਹੈਗੇ ਹੋ, ਐਂਡ ਆਹ ਚੀਜ਼ਾਂ ਮੈਟਰ ਕਰਦੀਆਂ। ਕਾਲਰ ਆਪਣੇ ਨਾਲ ਜੁੜ ਚੁੱਕੇ ਹਨ। ਹੈਲੋ ਹੈਲੋ, ਹਾਂਜੀ, ਸਵਾਗਤ ਹੈ ਜੀ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ। ਕੀ ਸਵਾਲ ਹੈ ਤੁਹਾਡਾ? ਸਾਡਾ ਸਵਾਲ ਹੈ, ਮੇਰਾ ਕੋਈ ਭਤੀਜਾ ਇੱਕ ਜੀ, ਉਹ ਨਿਊਜ਼ੀਲੈਂਡ ਹੈ ਜੀ, ਤੇ ਕੁਕਿੰਗ ਦੇ ਵਿੱਚ ਗਿਆ ਸੀਗਾ ਜੀ। ਹਾਂਜੀ ਹੈਲੋ, ਹਾਂਜੀ ਹਾਂਜੀ, ਤੁਸੀਂ ਬੋਲੋ ਜੀ। ਹਾਂਜੀ, ਕੁਕਿੰਗ ਦੇ ਵਿੱਚ ਗਿਆ ਤੇ ਉਹਦਾ ਉੱਥੇ ਕੋਰਸ ਤੇ ਪੂਰਾ ਹੋ ਗਿਆ, ਤੇ ਪਹਿਲਾਂ ਜਿੱਦਾਂ ਹੋ ਗਿਆ ਕੁਕਿੰਗ ਦੇ ਵਿੱਚ ਕੰਮ ਕਰਦਾ ਵੀ ਇੱਥੇ ਆ ਸਕਦਾ ਜੀ, ਇਹ PR ਬਣੀ ਆ ਉਹਨੇ। ਬਿਲਕੁਲ ਆ ਸਕਦਾ ਜੀ, ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਿਸ ਤਰ੍ਹਾਂ ਲਾਅ ਚੇਂਜ ਹੋਏ ਨੇ, ਉੱਥੇ ਹੋ ਸਕਦਾ ਉਹ ਬੱਚਾ ਐਲੀਜੀਬਲ ਨਾ ਹੋਵੇ। ਕੈਨੇਡਾ ਜੇ ਉਹਦੇ ਕੋਲ ਘੱਟੋ ਘੱਟ 2 ਸਾਲ ਦਾ ਤਜਰਬਾ ਹੈਗਾ ਐਜ਼ ਅ ਕੁੱਕ, ਐਜ਼ ਅ ਸ਼ੈਫ, ਐਜ਼ ਅ ਅਸਿਸਟੈਂਟ ਕੁੱਕ, ਅਤੇ ਉਹ PR ਵਾਸਤੇ, ਸਟ੍ਰੇਟ PR ਵਾਸਤੇ ਐਲੀਜੀਬਲ ਹੈਗਾ, 8 ਤੋਂ 12 ਮਹੀਨਿਆਂ ਦੇ ਅੰਦਰ ਉਹਦੀ PR ਹੋ ਸਕਦੀ ਹੈ। ਉਹਦਾ ਡਿਟੇਲ ਮੰਗਵਾ ਕੇ ਸਾਡੇ ਨਾਲ ਸ਼ੇਅਰ ਕਰ ਲਓ, ਜਾਂ ਉਹਦਾ ਫੋਨ ਨੰਬਰ ਸਾਡੇ ਆਫਿਸ ਦੇ ਵਿੱਚ ਲਿਖਾ ਦਿਓ, ਅਸੀਂ ਆਪੇ ਕਾਲ ਕਰਕੇ ਉਹਨੂੰ ਗਾਈਡ ਕਰ ਦਿਆਂਗੇ ਜੀ, ਕਿਸ ਤਰ੍ਹਾਂ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ। ਪੁੱਛਣਾ ਸੀਗਾ ਜੀ, ਮੇਰੀ ਭਤੀਜੀ ਹੈ ਇੰਡੀਆ ਦੇ ਵਿੱਚ ਜੀ, ਜਿਵੇਂ ਕਿ BA ਕਰਕੇ ਉਹ, ਪਰ ਪ੍ਰਾਈਵੇਟ ਹੈ ਨੀ ਇੰਸਟੀਚਿਊਟ ਜਿਹੜੇ ਆਪਣੇ ਕੋਚਿੰਗ ਵਾਲਿਆਂ ਦੇ ਵਿੱਚ 5-6 ਸਾਲ ਦੀ ਬੱਚਿਆਂ ਨੂੰ ਕੋਚਿੰਗ ਦਿੰਦੀ ਹੈ, ਵੀ ਉਹ ਐਲੀਜੀਬਲ ਹੈਗੀ ਔਰ ਫਾਈਨਲ ਬਿਲਕੁਲ ਕਰ ਸਕਦੀ ਅਪਾਇੰਟ ਤੇ? ਬਿਲਕੁਲ, ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਆਲੀਫਾਈ ਕਰ ਸਕਦੀ ਹੈ ਜੀ, ਬਿਕੋਜ਼ ਜੇ ਪ੍ਰਾਈਵੇਟ ਇੰਸਟੀਚਿਊਟ ਵੀ ਹੈਗਾ ਤੇ ਪ੍ਰਾਈਵੇਟ ਇੰਸਟੀਚਿਊਟ ਰਜਿਸਟਰਡ ਜ਼ਰੂਰ ਹੋਏਗਾ ਜੀ। ਸੋ ਜੀ ਉਹ ਰਜਿਸਟਰਡ ਹੈ ਸਰ, ਦੇ ਵਿੱਚ 5-6 ਸਾਲ ਹੋ ਗਏ ਉਹਨੂੰ ਪੜ੍ਹਾਉਂਦੀ, ਪਹਿਲਾਂ ਉਹਨੇ 2 ਵਾਰ ਐਲਐਕਸ ਦਾ ਟੈਸਟ ਵੀ ਦਿੱਤਾ, 6.5 ਬੈਂਡ ਆਏ ਉਹਦੇ, ਸਾਡੇ ਆਫਿਸ ਦੇ ਵਿੱਚ ਨੰਬਰ ਲਿਖਵਾ ਦਿਓ, ਅਸੀਂ ਕਾਲ ਕਰ ਲਵਾਂਗੇ, ਜਾਂ ਉਹ ਸਟ੍ਰੇਟ ਕਾਲ ਕਰ ਸਕਦੇ ਨੇ ਜੀ ਸਾਨੂੰ। ਓਕੇ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਅੱਜ ਮੈਨੂੰ ਲੱਗਦਾ ਜਿਹੜਾ ਅਸੀਂ ਟ੍ਰੇਡ ਵਰਕਰਸ 'ਤੇ ਗੱਲ ਕੀਤੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਬਹੁਤ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਹ ਗੱਲਬਾਤ ਪਸੰਦ ਆਈ ਹੈ, ਉਹਨਾਂ ਨੂੰ ਅੱਜ ਪਤਾ ਚੱਲਿਆ ਹੋਏਗਾ ਕਿ ਉਹ ਐਲੀਜੀਬਲ ਨੇ, ਉਹਨਾਂ ਦੇ ਰਿਸ਼ਤੇਦਾਰ ਐਲੀਜੀਬਲ ਨੇ, ਬਟ ਇਹ ਕਿ ਪ੍ਰੋਪਰ ਜਿਹੜੀ ਗਾਈਡੈਂਸ ਨਹੀਂ ਸੀ ਉਹਨਾਂ ਦੇ ਕੋਲ, ਤਾਂ
ਔਰ ਸਮਝ ਨਹੀਂ ਸੀ ਆ ਰਹੀ ਉਹਨਾਂ ਨੂੰ ਕਿ ਕਿਸ ਤਰ੍ਹਾਂ ਜਿਹੜਾ ਸੀ ਕੈਨੇਡਾ ਦੇ ਵਿੱਚ ਐਬਸੋਲੂਟਲੀ ਆ ਦੇਖੋ ਇੱਕ ਨਹੀਂ ਉੱਥੇ ਹਜ਼ਾਰਾਂ ਸਟੂਡੈਂਟਸ ਜਿਹੜੇ ਹੈਗੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਕੁਕਿੰਗ ਦੇ ਡਿਪਲੋਮਾਸ ਵਾਸਤੇ ਹਸਪਿਟੈਲਿਟੀ ਦੇ ਡਿਪਲੋਮਾਸ ਵਾਸਤੇ ਗਏ ਸੀਗੇ ਜੀ ਬਿਲਕੁਲ ਐਂਡ ਅੱਜ 6-6 ਸਾਲ 7-7 ਸਾਲ 8-8 ਸਾਲ ਹੋ ਗਏ ਨੇ ਪਰਮਨੈਂਟ ਰੈਜ਼ੀਡੈਂਸੀ ਉਹਨਾਂ ਬੱਚਿਆਂ ਦੀ ਨਹੀਂ ਹੋਈ ਉੱਥੇ ਐਂਡ ਐਕਸਪੀਰੀਅੰਸ ਵੀ ਹੈਗਾ ਆ ਗ੍ਰੇਡ 12 ਕਰਕੇ ਗਏ ਸੀਗੇ ਸੋ ਉਹ ਰਿਕੁਆਇਰਮੈਂਟਸ ਵੀ ਮੀਟ ਕਰ ਰਹੇ ਨੇ ਉੱਥੇ ਜਾ ਕੇ ਉਹਨਾਂ ਨੇ ਡਿਪਲੋਮਾ ਵੀ ਕੰਟੀਨਿਊ ਕੀਤੇ ਕੁਕਿੰਗ ਦੇ ਕੀਤੇ ਹੋਣੇ ਬਿਜ਼ਨਸ ਦਾ ਕੀਤਾ ਹੋਣਾ ਆ ਮਤਲਬ ਕਈ ਡਿਪਲੋਮਾਸ ਵੀ ਕਰ ਲਏ ਐਂਡ ਉਸ ਤੋਂ ਬਾਅਦ ਕੁਕਿੰਗ ਦਾ ਐਕਸਪੀਰੀਅੰਸ ਵੀ ਹੋਏਗਾ ਬਹੁਤ ਸਾਰੇ ਬੱਚਿਆਂ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਾਰੇ ਬੱਚੇ ਕੈਨੇਡੀਅਨ ਇਮੀਗ੍ਰੇਸ਼ਨ ਵਾਸਤੇ ਇਟ ਇਜ਼ ਅ ਬਿਗ ਥਿੰਗ ਬਟ ਅਗੇਨ ਨੌਲੇਜ ਦੀ ਘਾਟ ਕਰਕੇ ਪਤਾ ਹੀ ਨਹੀਂ ਕਿ ਕਰਨਾ ਕਿਸ ਤਰ੍ਹਾਂ ਐਪਲੀਕੇਸ਼ਨ ਕਿਸ ਤਰ੍ਹਾਂ ਪ੍ਰੋਸੈਸ ਹੋਣੀ ਹੈ ਸੋ ਪ੍ਰੋਫੈਸ਼ਨਲ ਨੂੰ ਹਾਇਰ ਕਰੋ ਐਂਡ ਪ੍ਰੋਫੈਸ਼ਨਲ ਸਰਵਿਸਿਸ ਲਓ ਐਂਡ ਉਹ ਸਾਰੀ ਐਪਲੀਕੇਸ਼ਨ 8 ਤੋਂ 12 ਮਹੀਨਿਆਂ ਦੇ ਅੰਦਰ ਤੁਹਾਨੂੰ ਫੀਸ ਵੀ ਪਿੰਚ ਨਹੀਂ ਹੋਏਗੀ ਬਿਕੋਜ਼ ਜਦੋਂ 8 ਤੋਂ 12 ਮਹੀਨਿਆਂ ਦੇ ਵਿੱਚ ਤੁਹਾਡਾ ਪਰਮਨੈਂਟ ਰੈਜ਼ੀਡੈਂਸੀ ਦਾ ਵਿਦ ਫੈਮਿਲੀ ਕੰਮ ਹੋ ਜਾਵੇ ਤਾਂ ਤੁਸੀਂ ਜਿਹੜੀ ਫੀਸ ਦਿੱਤੀ ਤੁਸੀਂ ਸੋਚੋਗੇ ਵੀ ਨਹੀਂ ਕਿ ਆਹ ਤਾਂ ਬਿਲਕੁਲ ਸਹੀ ਖਾਤੇ ਲਾ ਗਏ ਆਹ 20 ਲੱਖ ਨਹੀਂ ਤੁਸੀਂ ਦੇਣ ਵਾਲੇ ਸਾਨੂੰ ਜਿਹੜੇ ਇੰਡੀਆ ਦੇ ਵਿੱਚ ਸਟੂਡੈਂਟ ਵੀਜ਼ਾ ਦਾ 20-20 ਲੱਖ ਰੁਪਏ ਲਈ ਜਾਂਦੇ ਆ ਐਂਡ ਗਲਤ ਗਾਈਡ ਕਰੀ ਜਾਂਦੇ ਆ ਤੇ ਤੁਸੀਂ ਰੈਗੂਲੇਟਡ ਕੰਸਲਟੈਂਟ ਦੇ ਨਾਲ ਕੰਮ ਕਰ ਰਹੇ ਹੋ ਐਂਡ ਸਟੈਪ ਬਾਏ ਸਟੈਪ ਅਸੀਂ ਫੀਸ ਲੈਂਦੇ ਆ ਐਂਡ ਇੰਸਟਾਲਮੈਂਟਸ ਦੇ ਵਿੱਚ ਲੈਂਦੇ ਆ ਤਾਂ ਕਿ ਉਹ ਤੁਹਾਨੂੰ ਪਿੰਚ ਵੀ ਨਾ ਹੋਵੇ ਕਿਸੇ ਵੀ ਹਾਲਾਤ ਵਿੱਚ ਜੀ ਬਿਲਕੁਲ ਮੈਂ ਆਪਣੇ ਵਿਊਅਰਸ ਨੂੰ ਫਿਰ ਦੱਸਣਾ ਚਾਹੁੰਦੀ ਹਾਂ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਤਾਂ ਮੈਨੂੰ ਲੱਗਦਾ ਕਿ ਸਾਡੇ ਵਿਊਅਰਸ ਨੂੰ ਬਹੁਤ ਪਸੰਦ ਆਇਆ ਹੋਵੇਗਾ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ ਮੇਰੇ ਨਾਲ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਸੰਬੰਧੀ ਡਿਟੇਲ ਇਨਫੋਰਮੇਸ਼ਨ ਦਿੱਤੀ ਸਾਡੇ ਵਿਊਅਰਸ ਨੂੰ ਅੱਜ ਤੇ ਜਾਂਦੇ ਜਾਂਦੇ ਮਨੂ ਦੱਤਾ ਜੀ ਇੱਕ ਵਾਰ ਫਿਰ ਤੋਂ ਤੁਸੀਂ ICC ਇਮੀਗ੍ਰੇਸ਼ਨ ਫਰਮ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਹੋਰ ਦੇ ਦਿਓ ਤਾਂ ਜੋ ਉਹਨਾਂ ਨੂੰ ਜ਼ਰੂਰਤ ਪਵੇ ਅਤੇ ਉਹ ਤੁਹਾਡੇ ਨਾਲ ਰਾਬਤਾ ਕਾਇਮ ਕਰ ਜੀ ਸ਼ੋਰ ਭੈਣ ਜੀ RDMD ICC ਇਮੀਗ੍ਰੇਸ਼ਨ ਅਤੇ ਇੱਕ ਜਾਣਿਆ ਪਛਾਣਿਆ ਨਾਮ ਹੈਗਾ ਜੀ ਟੋਰੋਂਟੋ ਦੇ ਵਿੱਚ ਐਂਡ RDMD ਰਿਪੂਦਮਨ ਸਿੰਘ ਢਿੱਲੋਂ ਅਤੇ MD ਮਨੂ ਦੱਤਾ ICC ਇਮੀਗ੍ਰੇਸ਼ਨ ਅਤੇ RDMD ਤੋਂ ਇਲਾਵਾ ਸਾਡੇ 3 ਹੋਰ ਸਰਟੀਫਾਈਡ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ ਜਿੰਨਾ ਵੀ ਪ੍ਰੋਸੈਸਿੰਗ ਸਟਾਫ ਹੈਗਾ ਜਾਂ ਤਾਂ ਉਹ ਪੈਰਾਲੀਗਲਸ ਹੈਗੇ ਨੇ ਲਾਅ ਸੋਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ ਜਾਂ ਫਿਰ ਉਹ ਹੈਗੇ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਦੇ ਡਿਪਲੋਮਾਸ ਕੀਤੇ ਹੋਏ ਨੇ ICC ਤੇ ਅਸੀਂ ਜਾਣੇ ਆ ਫੋਰ ਆ ਕ੍ਰਿਸਟਲ ਕਲੀਅਰ ਐਡਵਾਈਸ ਜਿਹੜੀ ਚੀਜ਼ ਹੋ ਸਕਦੀ ਉਹ ਤੁਹਾਨੂੰ ਦੱਸਦੇ ਹਾਂ ਜਿਹੜੀ ਚੀਜ਼ ਨਹੀਂ ਹੋ ਸਕਦੀ ਉਹ ਵੀ ਤੁਹਾਨੂੰ ਕਹਿੰਦੇ ਕਿ ਭਾਈ ਇਹਦੇ ਵਿੱਚ ਟਾਈਮ ਤੇ ਪੈਸਾ ਖਰਾਬ ਨਾ ਕਰੋ ਸੋ ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਵੀ ਹੋਣੇ ਚਾਹੀਦੇ ਹੋ ਜਦੋਂ ਤੁਸੀਂ ICC ਇਮੀਗ੍ਰੇਸ਼ਨ ਦੇ ਉੱਤੇ ਆ ਰਹੇ ਹੈਗੇ ਹੋ ਤੁਹਾਡੀ ਕੰਸਲਟੇਸ਼ਨ ਪਹਿਲੀ ਕੰਸਲਟੇਸ਼ਨ ਐਬਸੋਲੂਟਲੀ ਫਰੀ ਹੈਗੀ ਹੈ ਕੋਈ ਚਾਰਜਿਸ ਨਹੀਂ ਹੈਗੇ ਐਂਡ ਉਸੇ ਕੰਸਲਟੇਸ਼ਨ ਦੇ ਵਿੱਚ ਅਸੀਂ ਡਿਸਕਸ ਕਰ ਦਿੰਦੇ ਹਾਂ ਤੁਹਾਡੇ ਨਾਲ ਕਿ ਤੁਹਾਡੇ ਕੋਲ ਆਪਸ਼ਨ ਕੀ ਹੈਗੀ ਹੈ ਤੁਹਾਡਾ ਕੇਸ ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ ਜੇ ਹੋ ਸਕਦਾ ਹੋਇਆ ਤਾਂ ਅਸੀਂ ਕਹਿੰਦੇ ਹਾਂ ਕਿ ਘਰ ਜਾ ਕੇ ਸੋਚੋ ਐਂਡ ਦੈਨ ਯੂ ਕਮ ਬੈਕ ਟੂ ਅਸ ਸਲੀਪ ਓਵਰ ਇਟ ਐਂਡ ਉਸ ਤੋਂ ਬਾਅਦ ਸਾਡੇ ਨਾਲ ਆ ਕੇ ਰਿਟੇਨਰ ਸਾਈਨ ਕਰੋ ਅਸੀਂ ਕਾਹਲੀ ਦੇ ਵਿੱਚ ਤੁਹਾਡੇ ਤੋਂ ਕੋਈ ਚੀਜ਼ ਨਹੀਂ ਕਰਵਾਉਂਦੇ ਸੋ ਜਦੋਂ ਤੁਸੀਂ ਵੈਨ ਯੂ ਵਾਂਟ ਟੂ ਐਨੀ ਇਮੀਗ੍ਰੇਸ਼ਨ ਐਡਵਾਈਸ ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਹੈਗੇ ਹੋ ਕੋਈ ਰਿਫਿਊਜ਼ ਕੇਸ ਹੈਗਾ ਉਹ ਡਿਸਕਸ ਕਰਨਾ ਚਾਹੁੰਦੇ ਹੋ ਕੋਈ ਕੰਪਲੀਕੇਸ਼ਨ ਹੈਗੀ ਹੈ ਤੁਹਾਡੇ ਇਮੀਗ੍ਰੇਸ਼ਨ ਦੇ ਕੇਸ ਦੇ ਵਿੱਚ ਕਿਸੇ ਵੀ ਕੇਸ ਦੇ ਵਿੱਚ ਕੋਈ ਕੰਪਲੀਕੇਸ਼ਨ ਹੈਗੀ ਹੈ ਤਾਂ ਤੁਸੀਂ RDMD ਨਾਲ ICC ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਜਿੰਨੇ ਵੀ ਦਫ਼ਤਰ ਹੈਗੇ ਨੇ ਦੇ ਆਰ ਆਲ ਇਨ ਕੈਨੇਡਾ ਇਟ ਸੈਲਫ ਐਂਡ ਸੋ ਇੰਡੀਆ ਦੇ ਵਿੱਚ ਸਾਡਾ ਕੋਈ ਦਫ਼ਤਰ ਨਹੀਂ ਹੈਗਾ RDMD ਹੈੱਡ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ 1137 1137 ਡੇਰੀ ਰੋਡ ਈਸਟ ਸਾਡਾ ਈਮੇਲ ICC ਹੈਗਾ info@iccimmigration.ca ਐਂਡ ਫੋਨ ਨੰਬਰ ਹੈਗਾ ਜੀ 9054612424 905-4561-2424 ਐਂਡ ਆਈ ਥਿੰਕ ਇਟ ਵਾਜ਼ ਅ ਵਰਥ ਇਟ ਪ੍ਰੋਗਰਾਮ ਜੇ ਦੋ ਇੰਡੀਵਿਜੁਅਲਸ ਨੂੰ ਵੀ ਅਸੀਂ ਕੋਈ ਨੌਲੇਜ ਇੰਪਾਰਟ ਕਰ ਪਾਏ ਹੋਈ ਹੈ ਤੇ ਆਈ ਥਿੰਕ ਇਟ ਵਾਜ਼ ਅ ਵਰਥ ਪ੍ਰੋਗਰਾਮ ਜੀ ਬਿਲਕੁਲ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਬਹੁਤ ਪਸੰਦ ਆਇਆ ਹੋਵੇਗਾ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਇਹ ਅਪੀਲ ਕਰਦੀ ਹਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸੰਬੰਧੀ ਜਿਹੜੀ ਹੈਲਪ ਚਾਹੀਦੀ ਹੋਵੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ICC ਇਮੀਗ੍ਰੇਸ਼ਨ ਤੁਸੀਂ ਇਹਨਾਂ ਦੇ ਨਾਲ ਮਿਲ ਸਕਦੇ ਹੋ ਸਕਰੀਨ 'ਤੇ ਤੁਸੀਂ ਨੰਬਰ ਵੀ ਲੈ ਸਕਦੇ ਹੋ ਅਤੇ ਇਸ ਦੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਮੈਟਰਸ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਪ੍ਰੋਗਰਾਮ ਦੇਖਣ ਦੇ ਲਈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ